ਧੰਨ ਭਾਗ ਭਾਈ ਸਾਹਿਬ ਜੀ ਆਇਆਂ ਨੂੰ ਬਹੁਤ ਖੁਸ਼ੀ ਹੋਈ। ਕੋਈ ਆਉਣ ਤੁਹਾਨੂੰ ਤਕਲੀਫ ਤਾਂ ਨਹੀਂ ਹੋਈ? ਕੀ ਦੱਸਾਂ ਹਰਨਾਮ ਸਿੰਘ ਜੀ, ਕੇਰਾਂ ਦਾ ਰਾਹ 'ਚ ਇੱਕੇਦਮ ਔਖੇ ਔਖੇ ਜਿਹੇ ਸਾਹ ਲੈਣ ਲੱਗ ਗਈ, ਫਿਰ ਬਸ ਦੋ ਚਾਰ ਹਚਕੋਲੇ ਜੇ ਖਾਧੇ ਆ, ਫਿਰ ਤਾਂ ਮੈਨੂੰ ਐਂ ਹੋ ਗਿਆ ਵੀ ਹੁਣ ਤਾਂ ਨਿਕਲ ਗਈ ਫੂਕ। ਭੈਣ ਜੀ ਹੁਣ ਤੁਸੀਂ ਠੀਕ ਆ ਨਾ? ਨਹੀਂ ਤਾਂ ਆਪਾਂ ਪਿੰਡ ਵਾਲਾ ਡਾਕਟਰ ਬੁਲਾ ਲੈਂਦੇ। ਮੈਂ ਤਾਂ ਨਹੀਂ ਨਹੀਂ ਭੈਣ ਜੀ, ਇਹਨਾਂ ਦੀ ਗੱਲ ਨਹੀਂ ਕਰਦੇ, ਗੱਡੀ ਦੀ ਗੱਲ ਕਰਦੇ ਆ। ਡਰਾਈਵਰ ਨਸ਼ਾ ਕੀਤਾ ਹੋਇਆ ਸੀ, ਰਾਹ 'ਚੋਂ ਮੋੜਿਆ। ਇਹਦਾ ਜੀ ਵਧੀਆ ਕੀਤਾ ਮੋੜਤਾ, ਨਾ ਮੁੜਦਾ ਨਾ ਮੈਂ ਖੱਬੇ ਹੱਥ ਨਾਲ ਮਾਰ ਮਾਰ ਕੇ ਲਪੜੇ ਨਾਨੀ ਕਿਹੜਾ ਯਾਦ ਨਾ ਕਰਾ ਦਿੰਦਾ, ਤਾਂ ਮੈਨੂੰ ਵੀ ਜਿਗਰ ਸ਼ੋਰ ਸੀਗਾ ਨਾ ਕਿਸੇ ਨੂੰ। ਪਰ ਭਾਈ ਸਾਹਿਬ ਤੁਹਾਡਾ ਖੱਬਾ ਹੱਥ ਚੱਲਦਾ ਤਾਂ ਹੈ ਨੀ? ਇਹੋ ਜਿਹੇ ਕੰਮਾਂ ਵੇਲੇ ਚੱਲਦਾ ਜੋਗਿੰਦਰ ਸਿੰਘ, ਖੱਬਾ ਹੱਥ ਲੜਾਈ ਚ ਨੇਰੀਆਂ ਲਿਆ ਦਿੰਦਾ। ਭੂਆ ਮੁੰਡੇ ਦਾ ਮੂੰਹ ਤੇ ਆਪਣੇ ਸੀਰ ਦੇ ਕੋਲੇ ਵਰਗਾ ਚੁੱਪ ਖੜਿੱਬਾ ਜਿਹਾ ਹੈ। ਮੈਨੂੰ ਵੀ ਐਵੇਂ ਹੀ ਲੱਗਦਾ ਹੈ। ਚੁੱਪ, ਬਹੁਤ ਜ਼ਿਆਦਾ ਬੋਲਦੀ ਹਾਂ, ਚਲੋ। ਕੁਛ ਹੈ ਲਿਆ ਮੈਨੂੰ ਲਾ ਦੇ ਪੁੱਤ, ਲਿਆ ਲੈ ਜਾ। ਹੈਲੋ ਭੈਣ ਜੀ। ਸੱਚੇ ਪਾਤਸ਼ਾਹ ਮੇਰ ਕਰੀਏ ਕਿਸਤਾ ਸਿਰੇ ਚੜ ਜੇ ਸੱਚੇ ਪਾਤਸ਼ਾਹ। ਲਓ ਜੀ ਲੱਡੂ ਲਓ। ਲੱਡੂ ਤਾਂ ਮੈਨੂੰ ਬਾਲੇ ਪਸੰਦ ਨੇ, ਉਹ ਤੁਹਾਡੀ ਭੈਣ ਦੀ ਠੀਕ ਹੈ ਨਹੀਂ? ਮੈਂ ਤਾਂ ਭੈਣ ਜੀ ਨੂੰ ਕਹਿੰਦਾ ਸੀ ਵੀ ਸਾਡੇ ਵੱਲੋਂ ਤਾਂ। ਹਾਂ ਜੀ ਹਾਂ ਜੀ ਭੈਣ ਜੀ, ਤੁਸੀਂ ਜੋ ਪੁੱਛਣਾ ਪੁੱਛ ਲਓ, ਮੁੰਡਾ ਤੁਹਾਡੇ ਸਾਹਮਣੇ ਬੈਠਾ। ਮੁੰਡਾ ਤਾਂ ਸਾਨੂੰ ਭਾਈ ਮੁੰਡਾ ਪਸੰਦ ਹੈ ਜੀ। ਮੈਂ ਕਹਿੰਦਾ ਅਗਲੇ ਮਹੀਨੇ ਪੁੰਨਿਆ ਦਾ ਵਿਆਹ ਰੱਖ ਲਈਏ ਫਿਰ। ਨਹੀਂ ਨਹੀਂ ਵਿਚੋਲਾ ਸਾਹਿਬ, ਇੰਨੀ ਛੇਤੀ ਵਿਆਹ ਦੀ ਤਿਆਰੀ ਕਰਨੀ ਬਹੁਤ ਔਖੀ ਹੈ। ਤਿਆਰੀ ਤਾਂ ਮੈਂ ਚੁਟਕੀ ਚ ਪਤਾ ਨਹੀਂ ਖੱਲੀ ਖੁੱਲੀ ਚੜ੍ਹ ਗਈ। ਹਾਏ ਕੀ ਹੋ ਗਿਆ ਤੁਹਾਨੂੰ? ਚੁਟਕੀ ਵੱਜੀ ਤਾਂ ਹੈ ਨਹੀਂ। ਤਿਆਰੀ ਕਿਹੜਾ ਹੋ ਗਈ? ਜੇ ਤਿਆਰੀ ਹੋ ਜੂ ਚੁਟਕੀ ਵੱਜੂ, ਹੈ ਨਾ, ਕਰਾਓ ਫਿਰ ਮੁੰਡੇ ਦੇ ਡੈਡੀ ਦਾ ਮੂੰਹ ਮਿੱਠਾ। ਹਾਂ ਜੀ ਹਾਂ, ਆ ਲਓ ਮੈਂ ਕਰਾਉਂਦਾ। ਲਓ ਜੀ ਲਓ ਜੀ, ਕੁੜਮ ਸਾਹਿਬ ਸਾਡੀ ਸਿਫਤ ਨੇ ਆਪਣੇ ਹੱਥਾਂ ਨਾਲ ਬਣਾਏ ਆ, ਆ ਖਾਓ। ਸੋਰੀ 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 ਸੋਰੀ, ਬਾਲਾ ਮਖੌਲੀ ਸੁਭਾਅ ਜੀ ਆਪਣੇ ਮੱਖਣ ਸਿੰਘ ਦਾ, ਮੈਂ ਕਰਦਾ ਜੀ ਸਾਫ਼। ਆ ਕੋਈ ਗੱਲ ਹੈ ਯਾਰ? ਸੋਰੀ, ਪਹਿਲਾਂ ਉਹ ਮੂੰਹ ਮਿੱਠਾ ਕਰ ਗਿਆ। ਕੁੜੀ ਦਾ ਵਿਆਹ ਕਿਤੇ ਹੋਰ ਕਰਨਾ? ਭੈਣ ਦੀ ਸਾਰਾ ਕੰਜਰਾਂ ਦਾ ਟੱਬਰ ਆ, ਹੱਦ ਹੋ ਗਈ। ਗੱਲ ਤਾਂ ਸੁਣੋ, ਦੱਸੋ ਕੀ ਹੋਇਆ? ਹੁਣ ਨੂੰ ਕਸਰ ਬਾਕੀ ਕੀ ਰਹਿ ਗਈ? ਅਸੀਂ ਤਾਂ ਆਏ ਸੀ ਮੁੰਡਾ ਵਿਆਹ ਕੇ ਕੁੜੀ ਲਿਜਾਣ ਨੂੰ, ਆ ਕੰਜਰ ਛੜਾ ਮੇਰੇ ਵਾਲੀ ਨੂੰ ਲਿਜਾਣ ਨੂੰ ਫਿਰਦਾ। ਚਲੋ ਮੁੰਡਿਆ ਚੱਲੀਏ, ਆਪਾਂ ਨੀ ਕਰਨਾ ਇੱਥੇ ਰਿਸ਼ਤਾ। ਰੋ ਭਾਈ ਸਾਹਿਬ, ਉਹ ਗੱਲ ਤਾਂ ਸੁਣੋ, ਗੱਲ ਕਰਦੇ ਆ। ਚਲੋ ਚਲ ਗੱਡੀ ਸਟਾਰਟ ਕਰੋ। ਭਾਈ ਸਾਹਿਬ ਜੋੜ ਕੇ ਰਿਸ਼ਤਾ ਲਿਆਂਦਾ ਸੀ ਓਏ। ਹਾਂ ਭਾਜੀ, ਹੈਲੋ। ਹਾਂਜੀ ਆਹ
ਹਾਏ, ਅੱਜ ਤਾਂ ਲੱਗਦਾ ਮਰੇ ਹੋਏ ਸਾਹਿਬ ਨੂੰ ਦੁਬਾਰੇ ਮਾਰੇਂਗੀ। ਕੀ ਸਿਫਤ ਕਰਾਂ ਤੇਰੀ ਸਿਫਤ, ਦੇਖੀ ਕਿਤੇ ਮੇਰੀ ਨਜ਼ਰ ਹੀ ਨਾ ਲੱਗ ਜੇ। ਮਾਸਟਰ ਜੀ, ਇਹ ਮੁਰਗਾ ਕਿਵੇਂ ਬਣ ਸਕਦੀ ਆ? ਇਹ ਤਾਂ ਮੁਰਗੀ ਬਣੂ। ਚੁੱਪ, ਚੱਲ ਫਿਰ ਮੁਰਗੀ ਬਣ। ਸੋਰੀ ਕਹਦੇ, ਕੁਛ ਨਹੀਂ ਕਹਿੰਦਾ। ਸੋਰੀ ਸਰ। ਬੇਟੀ ਜੀ, ਓਕੇ, ਗੱਲ ਸੁਣੋ, ਪਰ ਅੱਗੇ ਤੋਂ ਇਹੋ ਜਿਹੀ ਗੁਸਤਾਖੀ ਨਹੀਂ ਹੋਣੀ ਚਾਹੀਦੀ। ਹਾਂ ਜੀ। ਉਹ ਮੇਰੇ ਬਾਰੇ, ਓਏ ਤੂੰ ਠੀਕ ਤਰ੍ਹਾਂ ਨਹੀਂ ਕਰ ਰਿਹਾ। ਪੀਟੀ ਵਾਲਾ ਮਾਸਟਰ ਆ, ਆਈ ਸਜਾ ਦਿੰਦਾ ਸਾਰਿਆਂ ਨੂੰ, ਪਰ ਤੈਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ। ਮੈਂ ਸ਼ੀਲਾ, ਆਰਕੈਸਟਰਾ ਵਾਲੀ। ਓ ਅੱਛਾ, ਲੱਗਦਾ ਤੇਰਾ ਵੀ ਮੇਰੇ ਵਾਂਗੂ ਟਾਈਮ ਨਾਲ ਹੀ ਵਾਜਾ ਵੱਜ ਗਿਆ। ਪਰ ਮੈਂ ਤਾਂ ਨਾ ਤੇਰਾ ਧੰਨਵਾਦ ਕਰਨ ਆਈ ਆ। ਧੰਨਵਾਦ ਮੇਰਾ? ਹਾਂ। ਉਹ ਕਿਉਂ? ਕੱਲ ਜਿਹੜੇ ਮੁੰਡੇ ਦਾ ਤੂੰ ਰਿਸ਼ਤਾ ਤੋੜਵਾਇਆ ਨਾ, ਮੈਂ ਉਹਨੂੰ ਪਿਆਰ ਕਰਦੀ ਸੀ, ਮਰ ਜਾਣੇ ਨੇ ਮੇਰਾ ਦਿਲ ਤੋੜਤਾ ਤੇ ਮੈਂ ਖੁਦਕੁਸ਼ੀ ਕਰ ਲਈ। ਹੁਣ ਮੈਂ ਬਹੁਤ ਪਛਤਾਉਣੀ ਆ। ਪਰ ਮੈਨੂੰ ਇਹ ਦੱਸ, ਤੂੰ ਉਹ ਰਿਸ਼ਤਾ ਕਿਉਂ ਤੋੜਵਾਇਆ? ਮੇਰੀ ਵੀ ਕੁਛ ਤੇਰੇ ਵਰਗੀ ਹੋਈ ਕਹਾਣੀ ਆ। ਅੱਛਾ, ਮਤਲਬ ਉਹ ਬਾਂਦਰ ਜੇ ਦਾ ਜਿਹੜੀ ਕੁੜੀ ਲਈ ਰਿਸ਼ਤਾ ਗਿਆ, ਉਹਦੇ ਕਰਕੇ ਤਾਰਾ ਜੋਬਨ ਰੁਤੀ ਟੁੱਟਿਆ? ਓ ਨਹੀਂ ਨਹੀਂ, ਉਹਦਾ ਕੋਈ ਕਸੂਰ ਨਹੀਂ। ਬਹੁਤ ਲੰਬੀ ਕਹਾਣੀ ਆ, ਤੈਨੂੰ ਕਦੇ ਫੇਰ ਸੁਣਾਓ। ਅੱਛਾ, ਮੇਰੀ ਸਾਰੀ ਕਹਾਣੀ ਸੁਣ ਲਈ ਤੇ ਆਪਦੀ ਕਦੇ ਫੇਰ ਸੁਣਾਓ। ਬਥੇਰੀ ਲੰਬੀ ਰਾਤ ਹੈ, ਤੂੰ ਨਾ ਮੈਨੂੰ ਹੁਣੇ ਸੁਣਾ ਮਿੱਠਿਆ। ਮਿੱਠਿਆ? ਹਾਂ ਮਿੱਠਿਆ। ਹੜਦੀ ਨਹੀਂ ਨਾ ਮਿੱਠਿਆ। ਉਹ ਠੀਕ ਆ, ਸੁਣਾਓ ਨਾ, ਤੂੰ ਐਂ ਕਰ ਇੱਧਰ ਸਾਹਮਣੇ ਬੈਠ ਕੇ ਸੁਣ। ਕੀਪ ਡਿਸਟੈਂਸ। ਠੀਕ ਆ ਮਿੱਠਿਆ, ਚਲ ਸੁਣਾ। ਉਹ ਟਾਈਮ ਦੀਆਂ ਵੀ ਕਿਆ ਬਾਤਾਂ ਸੀ, ਚੜਾਈ ਸੀ ਜੱਟ ਦੀ, ਚਾਰੇ ਪਾਸੇ ਸਾਬ ਸਾਬ ਹੁੰਦੀ ਸੀ। ਉਹ ਹੁਣ ਇਹਨੂੰ ਕੀ ਹੋਇਆ? ਉਹ ਭਰਾਵਾ, ਰਾਤ ਚੰਗੀ ਭਲੀ ਚੱਲ ਕੇ ਆਈ ਆ, ਹੁਣ ਬੋਲਦੀ ਨਹੀਂ ਪਈ। ਦੇਖੋ ਬਾਈ ਜੀ, ਮਾਲ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਇਹ ਫੈਕਟਰੀ ਦੀ ਇੱਜ਼ਤ ਦਾ ਸਵਾਲ ਹੈ। ਮੇਰੇ ਵੱਸੋਂ ਬਾਹਰ ਆ ਭਰਾਵਾ, ਹੁਣ ਦੱਸ ਮੈਂ ਕੀ ਕਰਾਂ। ਹੁਣ ਤੂੰ ਕੀ ਕਰਨਾ ਹੈ? ਹੁਣ ਤਾਂ ਜੋ ਕਰਨਗੇ ਸਾਹਿਬ ਜੀ ਕਰਨਗੇ। ਇਹਨੇ ਵੀ ਅੱਜ ਹੀ ਬੰਦ ਹੋਣਾ ਸੀ। ਓਏ ਫਿਰ ਬੁਲਾਓ ਉਹਨੂੰ। ਓਏ ਉਹ ਕੌਣ? ਉਹ ਯਾਰ ਜਿਹਦਾ ਜਿਹਦਾ ਨਾਮ ਉਹ ਕੜਾਹ ਵਰਗਾ ਨਾਂ ਜਿਹਦਾ, ਉਹ ਪ੍ਰਸ਼ਾਦ ਇਲੈਕਟ੍ਰੀਸ਼ਨ। ਹਾਂ, ਉਹ ਤਾਂ ਯਾਰ ਮੈਡੀਕਲ ਲੀਵ ਤੇ ਗਿਆ ਹੋਇਆ। ਤੇ ਫੇਰ ਹੁਣ? ਫੇਰ ਲੱਗਦਾ ਹੁਣ ਸਾਹਿਬ ਜੀ ਦਾ ਮੰਤਰ ਲਾ ਕਰਦੀ। ਉਹ ਯਾਰ, ਜੀ ਐਸ ਟੀ ਦੀ ਅੰਤਿਮ ਤਰੀਕ ਹੈ, ਓਨੀ ਮੇਰੀ ਤਨਖਾਹ ਨਹੀਂ ਜਿੰਨਾ ਜੁਰਮਾਨਾ ਪੈ ਜਾਣਾ। ਉਹ ਲਿਆ ਗੱਲ ਹਿਸਾਬ ਚ? ਮੇਰੇ ਹਿਸਾਬ ਚ ਨਹੀਂ ਆਉਂਦਾ ਜੀ ਇਹ। ਤੇ ਫੇਰ ਹੋਰ ਕੌਣ ਲਿਆਉ ਹਿਸਾਬ ਚ? ਇਹਨੂੰ ਤਾਂ ਜੀ ਸਾਹਿਬ ਜੀ ਲਿਆਉਣਗੇ ਹਿਸਾਬ ਚ ਹੁਣ ਤਾਂ। ਹੋਏ ਹੋਏ ਹੇ ਜੀ ਜੀ ਹੇ
ਮੇਰਾ ਪ੍ਰੈਕਟਿਸ ਖਰਾਬ ਹੋ ਗਿਆ ਫਿਰ ਸੁਰਗਨ ਬਣੀ ਫਿਰ ਮਿਹਰਬਾਨ ਹੋ ਗਿਆ। ਕੰਨ ਖੋਲ ਕੇ ਸੁਣ ਲਓ, ਕੰਮ ਤੁਹਾਡੇ ਮੈਂ ਸਾਰੇ ਕਰ ਦੂੰ, ਪਰ ਤੁਸੀਂ ਕਰੋਗੇ ਮੇਰੀ ਥਾਂ ਤੇ। ਚੋਰੀ ਭਾਵੇਂ ਲੱਖ ਦੀ ਹੋਵੇ ਭਾਵੇਂ ਕੱਖ ਦੀ, ਚੋਰੀ ਚੋਰੀ ਹੁੰਦੀ ਹੈ। ਸੋ ਬੀ ਅਲਰਟ, ਕਿਉਂਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਚੱਲ ਫਿਰ ਮਾਰ। ਮਿਹਰਬਾਨੀ ਸਰ। ਸਿੰਘ ਦੇ ਹੁੰਦੇ ਆ ਵਾਰ ਦਾ ਬੰਦਾ ਬੇਹੋਸ਼, ਡਿਊਟੀ ਆਫ। ਪਰ ਦੇਖ ਤਾਂ ਲਈਏ ਬੰਦਾ ਹੈ ਕੌਣ। ਸਰ ਹੁਣ ਕਿਵੇਂ ਆ ਜੀ ਸਿਹਤ? ਬੁਰੇ ਹਾਲ ਹੈ ਤੇ ਬੌਂਕੇ ਦਿਹਾੜੇ, ਪਰ ਤੂੰ ਇੱਥੋਂ ਬਾਹਰ ਜਾ। ਸਰ ਮੇਰਾ ਇੱਥੇ ਕੋਈ ਕਸੂਰ ਨਹੀਂ ਜੀ, ਸਾਹਿਬ ਸਿੰਘ ਤਾਂ ਬਿਨਾਂ ਗੱਲੋਂ ਬਦਨਾਮ ਹੋ ਗਿਆ। ਮੈਂ ਤਾਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਸੀ। ਤੁਸੀਂ ਮੈਨੂੰ ਇਹ ਦੱਸੋ ਬਈ ਤੁਹਾਨੂੰ ਮੂੰਹ ਬੰਨ ਕੇ ਆਉਣ ਦੀ ਕੀ ਲੋੜ ਪੈ ਗਈ ਸੀ? ਨਾ ਨਾ, ਤੇਰਾ ਤਾਂ ਕੋਈ ਕਸੂਰ ਨਹੀਂ। ਨਾ ਮੈਂ ਜੜਾ ਕਢਾਉਂਦਾ, ਨਾ ਮੂੰਹ ਨੂੰ ਸੋਜ ਆਉਂਦੀ ਤੇ ਨਾ ਮੂੰਹ ਬੰਨ ਕੇ ਆਉਂਦਾ। ਪਰ ਸਰ ਆ ਤੁਹਾਨੂੰ ਜਾੜਾਂ ਕਢਾਉਣ ਕਰਕੇ ਚੋਰਾਂ ਵਾਂਗੂ ਦਬੇ ਪੈਰ ਆਉਣ ਦੀ ਕੀ ਲੋੜ ਪੈ ਗਈ ਸੀ? ਅੱਛਾ, ਤੁਸੀਂ ਆਪਣੀ ਡਿਊਟੀ ਛੱਡ ਕੇ ਬਾਹਰ ਲੋਕਾਂ ਦੇ ਕੰਮ ਧੰਦੇ ਕਰਦੇ ਫਿਰੋ ਤੇ ਮੈਂ ਹੁਣ ਇੰਚਾਰਜ ਬਣ ਕੇ ਸਿਕਿਉਰਿਟੀ ਵੀ ਨਾ ਚੈੱਕ ਕਰਾਂ? ਸਰ ਮਾਫੀ, ਮਰੀਜ਼ ਦੀ ਟੁੱਟੀ ਹੋਈ ਲੱਤ ਨੂੰ ਨੱਪੀ ਜਾਂਦੇ ਹੋ। ਸੋਰੀ ਸਰ, ਮਾਫ ਮਾਫ ਕੀਤਾ ਜੀ, ਥੈਂਕ ਯੂ। ਮੈਨੂੰ ਇਸ ਬੰਦੇ ਦੀ ਅੱਜ ਤੱਕ ਸਮਝ ਨਹੀਂ ਆਈ। ਸਾਹਬ ਦੀ ਸਮਝ ਤਾਂ ਹਲੇ ਤੱਕ ਉਹਦੇ ਜੰਮਣ ਵਾਲਿਆਂ ਨੂੰ ਨਹੀਂ ਆਈ। ਮੈਂ ਤਾਂ ਜੰਮ ਕੇ ਪਛਤਾਉਣੀ ਆ ਇਹੋ ਜਿਹੇ ਨੂੰ, ਵਿਆਹ ਦਾ ਨਾਂ ਲਈਏ ਨਾ ਅੱਡੀ ਨਹੀਂ ਲਾਉਂਦਾ। ਬੋਲਿਆ ਦੱਸ ਦੇ ਆਪਣੀ ਚਾਚੀ ਨੂੰ ਕਿ ਅੱਡੀ ਬੁੱਢੇ ਲਾਉਂਦੇ ਹੁੰਦੇ ਆ, ਮੁੰਡੇ ਖੁੰਡੇ ਅੱਡੀ ਚੱਕ ਕੇ ਰੱਖਣ ਤਾਂ ਹੀ ਗੱਲ ਬਣਦੀ ਆ। ਗੱਲ ਤੇਰੀ ਠੀਕ ਹੈ ਚਾਚਾ। ਕੀ ਠੀਕ ਹੈ ਵੇ, ਟੁੱਟ ਪੈਣੀ ਦਾ ਕਹਿ ਦੇ ਇਹਨੂੰ ਹੈ। ਜਿੱਦੇ ਮੇਰੀ ਅੱਡੀ ਚੌਂਕੇ ਚ ਲੱਗਣੋਂ ਹਟ ਗਈ ਨਾ, ਪਿਓ ਪੁੱਤ ਹੱਥ ਫੋਕਦੇ ਰਹਿ ਜਾਣਗੇ ਤੇ ਮੇਰੀ ਸਿਹਤ ਵੱਲ ਨਹੀਂ ਦੇਖਦੇ, ਤੇ ਜਿੱਦੇ ਗਸ਼ੀ ਖਾ ਕੇ ਡਿੱਗ ਪਈ ਨਾ ਉੱਤੇ ਪਤਾ ਲੱਗੂ ਇਹਨਾਂ ਨੂੰ। ਚਾਚੀ ਗੱਲ ਤੇਰੀ ਵੀ ਠੀਕ ਆ, ਜਮਾ 16 ਆਨੇ।
ਐਵੇਂ ਰੌਲਾ ਪਾਈ ਜਾਂਦੀ ਆ, ਚੰਗੀ ਭਲੀ ਆ ਪਰ ਗੋਡਿਓ ਰਹਿ ਗਈ ਆ, ਜਵਾਨ ਉਹਦੇ ਚੱਲਦੀ ਆ ਪਰ ਕੰਮ ਨਾ ਕਰਨ ਦੇ ਲੱਛਣ ਆ। ਦੱਸ ਦੇ ਆਪਣੀ ਚਾਚੀ ਨੂੰ ਅੱਜ ਚਾਹ ਚ ਉਹ ਗੱਲ ਹੈ ਨੀ ਸੀ। ਗੱਲ ਤੇਰੀ ਠੀਕ ਆ, ਉਹ ਗੱਲ ਹੈ ਨੀ ਸੀ। ਕੀ ਹੈ ਨੀ ਸੀ? ਆ ਚਾਚੀ ਵੀ ਮੇਰੀ ਚਾਚ ਤਾਂ ਹੈਗੀ ਸੀ, ਆ ਚਾਚੇ ਦੀ ਚਾਚ ਹੈ ਨੀ ਸੀ। ਕਹਿ ਦੇ ਇਹਨੂੰ ਬਈ ਉੱਥੋਂ ਡਫ ਲਵੇ ਜਿੱਥੇ ਇਹਦੀ ਗੱਲ ਬਣਦੀ ਹੈ। ਕਹਿ ਦਿੰਦਾ ਕੀ ਹੈ ਨੀ ਸੀ। ਨਾਲੇ ਕਹਿ ਦੇ ਆਪਣੀ ਚਾਚੀ ਨੂੰ ਜੇ ਮੈਂ ਚਾਹ ਉੱਥੋਂ ਡਫ ਲਈ ਨਾ ਤੇ ਫਿਰ ਇਹ ਸਮਝ ਕੇ ਜੱਟ ਇੱਥੋਂ ਨਿਕਲ ਗਿਆ। ਅੱਛਾ ਖੂਹੇ ਨੂੰ ਚਾਚਾ, ਵੈਸੇ ਗੱਲ ਤੇਰੀ ਠੀਕ ਆ। ਤੁਸੀਂ ਦੋਵੇਂ ਠੀਕ ਹੋ, ਮੈਂ ਹੀ ਗਲਤ ਟਾਈਮ ਤੇ ਆਇਆ। ਆ ਮਾਰ ਮਾਰ ਨਿਸ਼ਾਨੇ ਨਾ ਮੇਰੀਆਂ ਵੱਖੀਆਂ ਸਜਾਤੀਆਂ, ਉੱਤੋਂ ਕਬਜ਼ ਮੈਨੂੰ ਪਹਿਲਾਂ ਹੀ ਰਹਿੰਦੀ ਆ। ਇੱਕ ਤਾਂ ਨਾ ਤੁਹਾਨੂੰ ਗੱਲ ਕਰਨ ਵਾਸਤੇ ਸਾਨੂੰ ਚ ਬੰਦਾ ਚਾਹੀਦਾ, ਜੇ ਬੰਦਾ ਨੀ ਨਾ ਮਿਲਦਾ ਤਾਂ ਤੁਸੀਂ ਘੱਟੇ ਬੱਚਿਆਂ ਨੂੰ ਹੋ ਜਾਂਦੇ ਹੋ। ਮੈਨੂੰ ਪਹਿਲਾਂ ਐ ਦੱਸੋ ਵੀ ਤੁਸੀਂ ਆਪਸ ਚ ਸਿੱਧੀ ਗੱਲ ਕਦੋਂ ਕਰੋਗੇ? ਆਪਸ ਚ ਸਿੱਧੀ ਗੱਲ ਤਾਂ ਹੁਣ ਉਦੋਂ ਹੋਊਗੀ ਜਦੋਂ ਨੂੰਹ ਘਰ ਆਊਗੀ। ਚੰਗਾ ਠੀਕ ਆ, ਮੈਂ ਚੱਲਦਾ ਫਿਰ, ਤੁਸੀਂ ਮੇਰੀ ਗੱਲ ਤਾਂ ਸੁਣਨੀ ਨੀ। ਇਹ ਵੀ ਠੀਕ ਆ, ਅਸੀਂ ਆਪਣੇ ਕੁੱਤਕਲੇਸ਼ ਤੇਰੀ ਗੱਲ ਸੁਣੀ ਨੀ, ਚੱਲ ਦੱਸ ਕੀ ਗੱਲ। ਉਹ ਆਹੀ ਚਾਚਾ ਕੁੱਤਕਲੇਸ਼, ਉਹ ਮੇਰੀ ਘਰ ਵਾਲੀ ਨਿੰਮੋ ਫਿਰ ਰੁੱਸ ਕੇ ਤੁਰ ਗਈ। ਬੂਬੇ ਮਰ ਗਈ, ਫਿਰ ਜਵਾਕ ਤਾਂ ਨੀ ਲੈ ਗਈ ਨਾਲ? ਉਹ ਮੇਰੇ ਵਾਲੇ ਛੱਡ ਗਈ, ਆਪਦੇ ਵਾਲੇ ਲੈ ਗਈ। ਕੀ ਮਤਲਬ? ਮਤਲਬ ਜਿਹੜੇ ਤਾਂ ਮੇਰੇ ਤੇ ਗਏ ਆ ਉਹ ਮੇਰੇ ਕੋਲ ਆ, ਜਿਹੜੇ ਉਹਦੇ ਤੇ ਗਏ ਆ ਉਹ ਉਹਦੇ ਕੋਲ ਆ। ਫੇਰ ਨਾ ਤੂੰ ਸੰਸਾ ਕਰ, ਹੈ ਫੇਰ ਨਹੀਂ ਉਹ ਕਿਧਰੇ ਜਾਂਦੀ, ਇੱਥੇ ਆਊਗੀ ਮੁੜ ਕੇ ਦੁਬਾਰਾ। ਉਹ ਕਿੱਥੇ ਆਊਗੀ? ਮਹਿਲਾ ਮੰਡਲ ਚ ਸ਼ਿਕਾਇਤ ਕਰਤੀ ਉਹਨੇ ਮੇਰੀ, ਟੈਲੀਫੋਨ ਆਇਆ ਸੀ ਮੈਨੂੰ, ਬੁਲਾਇਆ ਉਹਨਾਂ ਨੇ, ਮੈਂ ਤਾਂ ਤੁਹਾਡੇ ਕੋਲ ਆਇਆ ਸੀ ਵੀ ਇੱਕ ਜਣਾ ਮੇਰੇ ਨਾਲ ਚੱਲੋ। ਲਓ ਆ ਗਿਆ ਸਾਹਿਬ ਦਾ ਫੁੱਫੜ। ਫੇਰ ਤਾਂ ਘੜ ਜੂ ਅੱਜ ਖੁੱਡੇ ਚੋ ਕੇ ਕੁੱਕੜ। ਚੱਲ ਕੋਈ ਨਾ, ਘੜ ਜੂ ਤੇ ਘੜ ਜੇ, ਪ੍ਰਾਹੁਣਾ ਆਇਆ, ਸੇਵਾ ਤੇ ਕਰ ਰਹੀ ਆ। ਤੂੰ ਚੱਲ ਫਿਰ, ਕੱਲ ਸਾਹਿਬ ਨੂੰ ਭੇਜਾਂਗੇ ਤੇਰੇ ਨਾਲ। ਮੱਥਾ ਟੇਕਦਾ ਭੂਆ, ਪੈਰੀ ਪੈਂਦਾ ਫੁੱਫੜਾ। ਉਹ ਪੈ ਜਾ ਪੈ ਜਾ, ਜਿੱਥੇ ਥਾਂ ਮਿਲਦੀ ਆ ਪੈ ਜਾ। ਚਤਾਨ ਹੋ ਗਿਆ ਹੈ। ਮਾਮਾ ਜੀ, ਮੰਮੀ ਜੀ, ਪਵਿੱਤਰ ਜਿਹਾ ਵਿਚੋਲਗੀ ਦਾ ਕਲਾ ਤੇ ਮੁੰਦੀ ਅੱਜ ਇੱਧਰ ਖਿੱਚ ਲਿਆਈ। ਪਵਿੱਤਰ ਸਿੰਘ ਘੁੰਮਣ ਲਾ ਦੋ ਦੁਨੀਆ ਝੁੰਮਣ। ਨੀ ਮਾਂ ਸਦਕੇ ਚੰਗਾ ਹੋ ਗਿਆ ਤੂੰ ਆ ਗਿਆ। ਸਤਿ ਸ੍ਰੀ ਅਕਾਲ ਕਬੂਲ ਹੈ, ਪਹਿਲਾਂ ਇਹ ਦੱਸੋ ਵੀ ਮੁੰਡਾ ਵਿਆਹ ਵਾਸਤੇ ਮੰਨਿਆ ਕਿ ਨਹੀਂ ਮੰਨਿਆ? ਹਾਏ ਹਾਏ, ਕਿੱਥੇ ਭਰਾ ਜੀ, ਜੇ ਮੰਨਿਆ ਹੁੰਦਾ ਤਾਂ ਮੈਂ ਤੁਹਾਨੂੰ ਗਿਰਦਾ ਪਾਉਂਦੀ ਨਾ ਦਿਖਦੀ ਵਿਹੜੇ ਚ। ਤੂੰ ਗਿਰਦੇ ਦੀ ਗੱਲ ਕਰਦੀ ਆ ਭੈਣੇ, ਮੈਂ ਕਿਹਾ ਵੀ ਪਵਿੱਤਰ ਸਿੰਘ ਘੁੰਮਣ ਤਾਂ ਲਾ ਦੂ ਦੁਨੀਆ ਝੁੰਮਣ, ਜੇ ਤੈਨੂੰ ਗੋਰੀ ਚਿੱਟੀ ਪਤੰਗ ਵਰਗੀ ਨੂੰਹ ਨਾ ਲਿਆ ਕੇ ਦਿੱਤੀ ਤਾਂ ਫਿਰ ਮੈਨੂੰ ਪ੍ਰਾਹੁਣਾ ਨੀ, ਧਰਾਉਣਾ ਨੀ, ਦਾਦੇ ਮੰਗਾਉਣਾ ਆਖਿਓ। ਹਾਂ ਪ੍ਰਾਹੁਣਿਆ, ਆ ਤੇਰੀ ਅਖੀਰਲੀ ਗੱਲ ਨੇ ਨਾ ਮੈਨੂੰ ਕੀਲ ਕੇ ਰੱਖਤਾ। ਪਤਾ ਤਾਂ ਤੈਨੂੰ ਉਦੋਂ ਲੱਗਣਾ ਰਿਸ਼ਤੇਦਾਰਾ ਜਦੋਂ ਤੇਰੇ ਖੁੱਡੇ ਚੋਂ ਇੱਕ ਕੁੱਕੜ ਕੀ ਲਿਆ ਗਿਆ ਰੋਟੀ ਮੁਰਗੇ ਨਾਲ। ਨਹੀਂ ਜੱਗੀ। ਹਾਂਜੀ ਮਾਮਾ ਜੀ। ਆਪਣੇ ਡੈਡੀ ਨੂੰ ਲੈ ਜਾ ਕੁੱਕੜਾਂ ਵਾਲੇ ਖੁੱਡੇ ਕੋਲ। ਜੀ ਮਾਮਾ ਜੀ। ਆ ਰਿਸ਼ਤੇਦਾਰਾ, ਆ ਪ੍ਰਾਹੁਣੇ ਨਾਲ ਮਜ਼ਾਕ ਮਹਿੰਗਾ ਪਊਗਾ ਮੈਂ ਤੈਨੂੰ ਦੱਸਾਂ। ਹਾਂ ਪ੍ਰਾਹੁਣਿਆ, ਤੂੰ ਤੇ ਗੁੱਸਾ ਕਰ ਗਿਆ, ਮੈਂ ਤਾਂ ਇਹ ਕਹਿ ਰਿਹਾ ਸੀ ਕਿ ਤਾਜ਼ਾ ਜਿਹਾ ਕੁੱਕੜ ਫੜ ਲਓ ਤੇ ਧਰ ਲਓ। ਹੁਣ ਬਣੀ ਨਾ ਗੱਲ, ਲੈ ਭੈਣੇ ਤੂੰ ਧਰ ਕੁੱਕੜ, ਹੁਣੇ ਧਰ ਲੈ, ਇਹਨੂੰ ਆ ਲੈਣ ਦਿਓ, ਅੱਜ ਪਤਾ ਲੱਗੂ ਉਹਨੂੰ ਉਹ ਕਿੱਡੀ ਕੁੱਤੀ ਚੀਜ਼ ਆ ਉਹਦਾ।
ਚਟਕੀ ਭੰਗੜਾ ਪਾਉਂਦਾ ਬਈ ਮਾਮਾ ਛੇਣੇ ਵਜਾਉਂਦਾ ਬਈ ਰਿੱਲੇ ਚ ਕੁੱਕੜ ਦਹਾਈਆਂ ਪਾਉਂਦਾ ਬਈ ਜਦੋਂ ਜੱਗੀ ਨਾਨਕੇ ਹਜੇ ਤਾਂ ਜੱਗੀ ਨਾਨਕੇ ਕੋਣ ਦਾ ਪਜਾਮਾ ਆਵਦੀ ਦਾ ਜੱਗੀ ਗਾਲ ਨਹੀਂ ਕਰਨੀ ਬੜਾ ਭਾਈ ਆ ਤੇਰਾ ਮੈਂ ਮੇਰਾ ਬੜਾ ਭਾਈ ਤਾਂ ਤੂੰ ਹੈਗਾ ਪਰ ਜਵਾਕਾਂ ਦੀ ਵੀ ਕੋਈ ਇੱਜ਼ਤ ਹੁੰਦੀ ਆ ਹੁੰਦੀ ਤਾਂ ਕਿਰਨਾ ਓ ਮਾਮਾ ਚੱਲਾ ਵਾਲਾ ਕੋਈ ਨਾ ਪਤਾ ਸ਼ਰਮ ਦਾ ਹਾਂ ਸਤਿ ਸ੍ਰੀ ਅਕਾਲ ਫੁੱਫੜਾ ਹਾਂ 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 ਉਹ ਦੇਖੀ ਫੁੱਫੜਾ ਕੀ ਟੋਟੋ ਦੇਖੀ ਜਾਂਦਾ ਜਿਵੇਂ ਕਸਾਈ ਬੱਕਰੇ ਨੂੰ ਦੇਖਦਾ ਹੁੰਦਾ ਪਹਿਲਾਂ ਰਿਸ਼ਤੇ ਹੀ ਰਿਸ਼ਤੇ ਹੁਣ ਆ ਮਸਤਕ ਦੇਖੀ ਜਾਂਦਾ ਕੋਈ ਨਵਾਂ ਕੰਮ ਤਾਂ ਨਹੀਂ ਤੋਰਨਾ ਨਾ ਨਵਾਂ ਕੰਮ ਨਹੀਂ ਤੋਰਨਾ ਤੇਰੇ ਮਗਰ ਝਾਂਜਰਾਂ ਵਾਲੀ ਤੋਰਨੀ ਹੈ ਪਰ ਫੁੱਫੜਾ ਫਾਇਦਾ ਕੀ ਵਿਆਹ ਕਰਾਉਣ ਦਾ ਬੜੇ ਫਾਇਦੇ ਆ ਮੈਂ ਕਿਹਾ ਜੀ ਫਿਰ ਜਦੋਂ ਘਰ ਵਾਲੀ ਬਾਅਦ ਚ ਕਹਿੰਦੀ ਆ ਨਾ ਮੈਂ ਕਿਹਾ ਜੀ ਅੱਜ ਬਲਾਈ ਸੋਹਣੇ ਲੱਗੀ ਜਾਂਦੇ ਹੋ ਕਿਤੇ ਨਜ਼ਰ ਨਾ ਲੱਗ ਜੇ ਕਾਲਾ ਟਿੱਕਾ ਲਾ ਲਓ ਕੁਛ ਨੀ ਕਾਲਾ ਟਿੱਕਾ ਲੱਭਦਾ ਸੀ ਰੰਗ ਜੀ ਰਲ ਗਿਆ ਹੁਣ ਜੱਗੀ ਪੁੱਤ ਹਾਂ ਜੀ ਮਾਮਾ ਜੀ ਕਿ ਜ਼ੁਲਮੀ ਔਰਤਾਂ ਕਰਕੇ ਨਾ ਕਈ ਸਾਊ ਬੰਦੇ ਇਹਨਾਂ ਫਾਇਦਿਆਂ ਤੋਂ ਵਾਂਝੇ ਰਹਿ ਜਾਂਦੇ ਆ ਮਾਮਾ ਜੀ ਤੁਹਾਡੀ ਗੱਲ ਜੱਗੀ ਸਮਝਿਆ ਨਹੀਂ ਕੋਈ ਨਹੀਂ ਪੁੱਤ ਜਿਹਨੇ ਸਮਝਣੀ ਸੀ ਉਹਨੂੰ ਸਮਝ ਆ ਗਈ ਹਾਂ ਲੈ ਫਾਇਦਾ ਨੰਬਰ 2 ਲੈ ਤੁਸੀਂ ਹਲ ਤੱਕ ਇੱਥੇ ਹੀ ਖੜੇ ਹੋ ਨਾ ਲੈਂਦੇ ਤਾਂ ਮੈਂ ਗਰਮਾ ਗਰਮ ਫੁਲਕਾ ਬਣਾ ਲੈਂਦੀ ਤੁਸੀਂ ਖਾ ਲੈਂਦੇ ਆ ਜਾਓ ਫਾਇਦਾ ਨੰਬਰ 2 ਗਰਮਾ ਗਰਮ ਰੋਟੀ ਤਾਜ਼ੀ ਰੋਟੀ ਫਿਰ ਸਿਹਤ ਸੈੱਟ ਤੇ ਫਿੱਟ ਤੇ ਫਿਰ ਫੇਸ ਐਂ ਗਲੋ ਮਾਰਦਾ ਜਿਵੇਂ ਮੇਰਾ ਮਾਰਦਾ ਨਹੀਂ ਮਾਰਦਾ ਮਾਰਦਾ ਜੱਗੀ ਪੁੱਤ ਇਹ ਫਾਇਦੇ ਚੋਂ ਫਾਇਦੇ ਉਹਨਾਂ ਲੋਕਾਂ ਨੂੰ ਮਿਲਦੇ ਨੇ ਜੇ ਕਿਸੇ ਬੁੜੀ ਨੂੰ ਕੋਈ ਚੰਗੇ ਸੰਸਕਾਰਾਂ ਵਾਲਾ ਬੰਦਾ ਮਿਲ ਜੇ ਪਰ ਕਈ ਮੇਰੇ ਵਰਗੀਆਂ ਭਲੇ ਮਾਨਸਾਂ ਨੂੰ ਨਾ ਟੱਕਰ ਹੀ ਊਤ ਲਾਣੇ ਚੋਂ ਜਾਂਦੇ ਆ ਮਾਮੀ ਜੀ ਗੱਲ ਤੁਹਾਡੀ ਵੀ ਨਹੀਂ ਜੱਗੀ ਸਮਝਿਆ ਕੋਈ ਨਾ ਪੁੱਤ ਜਿਹਨੂੰ ਸਮਝ ਆਉਣੀ ਚਾਹੀਦੀ ਸੀ ਨਾ ਉਹਨੂੰ ਆ ਗਈ ਹੈ ਤਾਂ ਫਿਰ ਫਾਇਦਾ ਨੰਬਰ 3 ਹਾਏ ਹਾਏ ਜੀ ਤੁਸੀਂ ਐਂ ਕਾਹਤੋਂ ਬੈਠੇ ਹੋ ਆ ਲੋ ਸਰਾਣਾ ਲੋ ਵੇ ਜੱਗੀ ਉਰੇ ਆ ਕੇ ਆਪਦੇ ਡੈਡੀ ਦੀਆਂ ਲੱਤਾਂ ਘੁੱਟ ਆਇਆ ਮੰਮੀ ਵੇ ਆ ਜਾ ਹੁਣ ਮਹਾਰਾਜਾ ਵਾਲੀ ਫੀਲਿੰਗ ਸੋਖੀ ਸੁਖ ਲੱਤਾਂ ਘਟਾਉਣ ਨਾਲ ਜਿਹੜੀ ਥਕਾਵਟ ਦੂਰ ਹੁੰਦੀ ਹੈ ਲੈ ਹੁਣ ਤੂੰ ਮੇਰੀ ਬੋਡੀ ਲਾ ਲਾ ਮੇਰੇ ਸਾਹਮਣੇ ਤੂੰ ਖਲੀ ਨੂੰ ਖੜਾ ਕਰ ਦੇ ਜੇ ਮੈਂ ਹਿੱਲਣ ਦੇ ਗਿਆ ਤਾਂ ਆਖੀ ਫੁੱਫੜਾ ਜੇ ਇਹ ਸਾਰੀਆਂ ਸਹੂਲਤਾਂ ਬੰਦੇ ਨੂੰ ਬਿਨਾਂ ਵਿਆਹ ਕਰਾਈ ਮਿਲਦੀਆਂ ਹੋਣ ਨਾਲੇ ਰਹੀ ਗੱਲ ਵਿਆਹ ਦੀ ਜੇ ਤੇਰਾ ਵਿਆਹ ਹੋ ਸਕਦਾ ਹੈ ਮੇਰਾ ਤਾਂ ਫਿਰ ਹੋ ਹੀ ਜਾਊ ਫੁੱਫੜ ਨੂੰ ਟੀਚਰ ਨਾ ਨਾ ਫੁੱਫੜ ਜੀ ਮੈਂ ਇਹ ਗੁਸਤਾ ਕੀ ਕਰ ਸਕਦਾ ਆਪਾਂ ਤਾਂ ਬਸ ਤੁਹਾਡੇ ਨਾਲ ਐਵੇਂ ਲਾਡੀਆਂ ਪਾਡੀਆਂ ਕਰਦੇ ਫਿਰ ਠੀਕ ਹੈ ਨਾਲੇ ਆ ਤੁਸੀਂ ਆਪਣੀਆਂ ਲੱਤਾਂ ਲੁੱਤਾਂ ਘਟਾਉਣ ਵਾਲੀਆਂ ਤੇ ਰੋਟੀ ਵਾਲੀਆਂ ਫੀਲਿੰਗਾਂ ਲਓ ਮੈਨੂੰ ਪਤਾ ਨਹਾਉਣ ਵਾਲੋਂ ਤਾਂ ਹੱਥ ਤੁਹਾਡਾ ਤੰਗ ਹੀ ਹੈ ਫਿਰ ਟੀਚਰ ਨਾ
ਲਾਡੀਆਂ ਪਾਡੀਆਂ ਆਏ 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 ਚਿਕ ਚਿਕ ਚੂ ਚੂ ਮਾ ਭਾਈਆ ਇਹਨੂੰ ਛੱਡ ਚਿਕ ਚਿਕ ਚੂ ਚੂ ਇਹਨੇ ਫਾਇਦੇ ਗਣਾਉਣ ਦਾ ਕੋਈ ਫਾਇਦਾ ਹੋਇਆ ਨਹੀਂ ਓਏ ਅਜੇ ਤਾਂ ਮੈਂ ਸਿੱਕੇ ਨੂੰ ਥੁੱਕ ਲਾ ਕੇ ਨਾ ਤਾਂ ਹੀ ਸਿੱਟਿਆ ਅੱਛਾ ਉਹਨੂੰ ਥੱਲੇ ਡਿੱਗਣ ਦਿਓ ਫੇਰ ਪਤਾ ਲੱਗੂਗਾ ਬਈ ਹੈਡ ਹੈ ਕਿ ਟੇਲ ਹੈ ਅੱਛਾ ਇਹਨੂੰ ਸੌ ਜਾਣ ਦਿਓ ਫੇਰ ਦੇਖਿਓ ਤੁਸੀਂ ਪਵਿੱਤਰ ਸਿੰਘ ਘੁੰਮਣ ਦੀਆਂ ਘੁੰਮਣ ਘੇਰੀਆਂ ਘੁੰਮਣ ਸਾਹਿਬ ਬਸ ਕਰੋ ਘੇਰ ਚੜ ਜੂਗੀ ਹਾਂ ਦੱਬੇ ਪੈਰੀ ਆ ਜਾਓ ਦੱਬੇ ਪੈਰੀ ਪ੍ਰਾਹੁਣਿਆ ਸਾਡੇ ਘਰ 'ਚ ਸਾਨੂੰ ਚੋਰਾਂ ਨੂੰ ਲਈ ਫਿਰਦਾ ਕੱਲ ਕੀ ਆ ਮੈਂ ਅੱਜ ਮੁੰਡੇ ਦੀਆਂ ਗੱਲਾਂ ਤੋਂ ਜਿਹੜਾ ਹਿਸਾਬ ਲਾਇਆ ਉਹ ਤੁਸੀਂ ਲਾਇਆ ਲਾਇਆ ਕੀ ਲਾਇਆ ਇਹ ਕਿ ਨਹੀਂ ਲਾਇਆ ਉਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੁੰਡੇ ਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਚੱਕਰ ਹੈ ਹਾਏ ਹਾਏ ਮੈਂ ਮਰ ਗਈ ਮੈਂ ਉਹਦਾ ਤਾਂ ਮੱਛੀ ਪਾਲਣ ਵਾਲੇ ਕਰਜ਼ੇ ਦਾ ਅਜੇ ਤਾਈਂ ਬੈਂਕ ਨਾਲੋਂ ਚੱਕਰ ਨਹੀਂ ਮੁੱਕਿਆ ਹੁਣ ਕੋਈ ਨਵਾਂ ਸਿਆਪਾ ਪੁਲਿਸ ਨਾਲ ਚੱਕਰ ਤਾਂ ਨਹੀਂ ਪਾ ਲਿਆ ਓਏ ਭੋਲੇ ਪੰਛੀਓ ਮੁੰਡਿਆਂ ਦੇ ਬਾਹਰ 20 ਚੱਕਰ ਹੁੰਦੇ ਆ ਮਤਲਬ ਯਾਰ ਕੁੜੀਆਂ ਚਿੜੀਆਂ ਭਰਾ ਜੀ ਫਿਰ ਕੋਈ ਡਰ ਨਹੀਂ ਡਰ ਕਿਉਂ ਨਹੀਂ ਮੁੰਡਾ ਹੈ ਕੋਕ ਕਰਨੀ ਤਾਂ ਉਹਦੀ ਬਣਦੀ ਆ ਨਾ ਨਾਲੇ ਮੈਂ ਆ ਗਿਆ ਤੇ ਸਬੂਤ ਲੈ ਕੇ ਆ ਆਇਆ ਮਿਲਿਆ ਕੁਛ ਇਹਦੇ ਚ ਹੋਊ ਮੇਰੀ ਨੂੰਹ ਦੀ ਚਿੱਠੀ ਤੇ ਫੋਟੋ ਭਾਈਆ ਇਹਨੂੰ ਸਮਝਾ ਆ ਚਿੱਠੀਆਂ ਵਾਲੇ ਚੋਲ ਮੋਲ ਸਾਡੇ ਵੇਲੇ ਹੁੰਦੇ ਸੀ ਅੱਜ ਕੱਲ ਤਾਂ ਸਾਰਾ ਕਾਲਾ ਮਾਲਾ ਫੋਨ ਚ ਹੁੰਦਾ ਉਹੀ ਕਾਲਾ ਮਾਲਾ ਤਾਂ ਦੇਖਣ ਲੱਗੇ ਆਪਾਂ ਹੇ ਆ ਚੱਕ ਬੂ ਮੈਂ ਮਰ ਜਾ ਨੀ ਕਿੰਨੀ ਸੋਹਣੀ ਹੈ ਮੇਰੀ ਨੂੰਹ ਰਾਣੀ ਨਹੀਂ ਕੁਕੜੀ ਖਸਖਸ ਦਾ ਚੋਗਾ ਭਾਈਆ ਨੂੰ ਸਮਝਾ ਇਹ ਉਹ ਆ ਫਿਲਮ ਵਾਲੀ ਸੋਨਮ ਬਾਜਵਾ ਮੈਂ ਮੈਨੂੰ ਤਾਂ ਇਹ ਵੀ ਚੱਲੂ ਇਹੀ ਲਿਆਓ ਇਹ ਤਾਂ ਵਾਲਪੇਪਰ ਲੱਗਾ ਹੈ ਖੜ ਜਾ ਮੈਨੂੰ ਵੇਖਣ ਦੇ ਸਾਰਾ ਖੜ ਜਾ ਖੜ ਲੈ ਲੈ ਮੁੱਕ ਵੀ ਗਈਆਂ ਇਹਦੇ ਚ ਤਾਂ ਦੋ ਫੋਟੋਆਂ ਹੀ ਆਏ ਹਾਏ ਮੈਂ ਮਰ ਜਾ ਵੇ ਕਿਤੇ ਦੋ ਦੋ ਤਾਂ ਨਹੀਂ ਚੱਕੀ ਫਿਰਦਾ ਇਹ ਇੱਕ ਤੇਰੀ ਹੈ ਇੱਕ ਤੇਰੀ ਹੈ ਪਿਓ ਵਰਗਾ ਸਾਊ ਪੋਤਿਆ ਨਾ ਮੇਰੇ ਤੇ ਗਿਆ ਜੇ ਕੋਈ ਚੱਕਰ ਹੁੰਦਾ ਨਾ ਹੁਣ ਤੱਕ ਅੰਦਰੋਂ ਕੁੰਡੀ ਲਾ ਕੇ ਉਹਨੇ ਫੋਨ ਤੇ ਕੁਸਰ ਮੁਸਰ ਕਰਦੇ ਹੋਣਾ ਸੀ ਇਹ ਕੁਸਰ ਮੁਸਰ ਕੀ ਹੁੰਦਾ ਹੈਲੋ ਕਿਵੇਂ ਆ ਕਿੱਥੇ ਆ ਕੀ ਕਰਦੀ ਆ ਓਏ ਓਏ ਸ਼ਰਮ ਹੀ ਨਹੀਂ ਆਉਂਦੀ ਆ ਜਾ ਫੇਰ ਓ ਛੱਡ ਯਾਰ ਕੀ ਅੱਧੀ ਰਾਤ ਨੂੰ ਰੁਚੀਆਂ ਆਈਆਂ ਗੱਲਾਂ ਕਰੀ ਜਾਂਦਾ ਓ ਚਲੋ ਪਈਏ ਯਾਰ ਤੂੰ ਜਾ ਯਾਰ ਚਲਦੀ ਗੱਦਾ ਯਾਰ ਰਿਸ਼ਤੇਦਾਰ ਚਲ ਚਲੀਏ ਅੱਜ ਮੈਂ ਨਿੰਮੋ ਤੇ ਨਿੰਮੋ ਦੇ ਘਰ ਵਾਲੇ ਨੂੰ ਬੁਲਾਇਆ ਸੀ ਜੇ ਉਹ ਆਇਆ ਤਾਂ ਚੰਗੀ ਤਰ੍ਹਾਂ ਪਰਖ ਕਰਨੀ ਆ ਨਾਲੇ ਇਹ ਛੇਤੀ ਭਾਵੁਕ ਹੋ ਜਾਂਦੀ ਹੈ ਜੇ ਤੈਨੂੰ ਲੱਗੇ ਕਿ ਕਸੂਰ ਮੁੰਡੇ 'ਚ ਤਾਂ ਸੁਲਾ ਸਫਾਈ ਦੀ ਕੋਈ ਗੱਲ ਨਹੀਂ ਕਰਨੀ
ਠੀਕ ਹੈ ਦੀਦੀ। ਸਿਫਤ, ਸਾਰੀ ਗੱਲ ਤੂੰ ਕਰਨੀ ਹੈ, ਇਹਦਾ ਥੋੜ੍ਹਾ ਜਿਹਾ ਸੁਭਾਅ ਗਰਮ ਹੈ। ਠੀਕ ਹੈ ਦੀਦੀ, ਮੈਂ ਹੁਣ ਚੱਲਦੀ ਹਾਂ, ਮਸਾਂ ਡਾਕਟਰ ਤੋਂ ਟਾਈਮ ਮਿਲੇ। ਠੀਕ ਹੈ ਦੀਦੀ, ਤੁਸੀਂ ਜਾਓ। ਸਾਡੀ ਕਮੀ ਕੱਢ ਕੇ ਗਈ ਹੈ ਕਿ ਸਾਨੂੰ ਡਿਊਟੀ ਲੱਗ ਕੇ ਗਈ ਹੈ। ਆ ਚੈੱਕ ਕਰ। ਰੱਬ ਸੁੱਖ ਰੱਖੇ। ਉਹ ਸੌਖੀ ਆ। ਭੋਲਿਆ, ਡਰਦਾ ਕਿਉਂ ਆ? ਬਾਬੇ ਦੇ ਮੱਥਾ ਟੇਕ ਕੇ ਆਇਆ, ਰੱਬ ਦਾ ਨਾਂ ਲੈ ਕੇ ਚੱਲ ਅੰਦਰ। ਮੇਰੀ ਗੱਲ ਸੁਣ, ਤੂੰ ਚੱਲ। ਲੈ, ਬੁਲਾਇਆ ਤਾਂ ਤੈਨੂੰ ਆ, ਮੈਂ ਕਿਉਂ? ਮੈਂ ਅੰਦਰ ਨਹੀਂ ਜਾ ਸਕਦਾ, ਕਿਤੇ ਨਾ ਹੋਵੇ ਉਹ ਪਹਿਲਾਂ ਹੀ ਅੰਦਰ ਬੈਠੀ ਹੋਵੇ। ਤੈਨੂੰ ਉਹਦੇ ਗੁੱਸੇ ਦਾ ਤਾਂ ਪਤਾ, ਤੇ ਫਿਰ ਮੇਰੇ ਗੁੱਸੇ ਨੂੰ ਸਾਰਾ ਪਿੰਡ ਜਾਣਦਾ, ਤੈਨੂੰ ਪਤਾ ਹੀ ਇਸ ਗੱਲ ਦਾ। ਤੇ ਜੇ ਉਹਨੇ ਅੰਦਰ ਕੁਛ ਬੋਲਤਾ ਨਾ ਅੱਜ, ਤੇ ਤੈਨੂੰ ਪਤਾ ਸੂਰਮਾ ਬੰਦਾ ਤੇ ਉੱਥੇ 19-21 ਹੋ ਜਾਣੀ, ਫਿਰ ਦੇਖੀ ਕੀ ਹੁੰਦਾ। ਉਹਨੇ ਤੈਨੂੰ ਸੱਟ ਲੈਣਾ। ਹਾਂ, ਗੋਡਿਆਂ ਥੱਲੇ ਲੈ ਲੈਣਾ। ਪੱਕੀ ਗੱਲ ਆ, ਫਿਰ ਤਾਂ ਮੇਰਾ ਹੀ ਜਾਣਾ ਬਣਦਾ। ਹਾਂ, ਜਾ ਬੜਾ ਬਾਈ ਬਣ ਕੇ, ਨਾਲੇ ਗੱਲ ਸੁਣ, ਤੇਰੀ ਵਾਹਵਾ ਇੱਜ਼ਤ ਕਰਦੀ ਆ। ਚੱਲ ਠੀਕ ਆ, ਤੂੰ ਮਾਫ਼ੀ ਮੰਗਣ ਨੂੰ ਤਿਆਰ ਰਹੀ? ਮੈਂ ਤਿਆਰ ਆ ਜਾਵਾਂ, ਮੈਂ ਕਿਹਾ ਆ ਮਾਫ਼ੀਆਂ ਵਾਲੀ ਤਾਂ ਵਿਆਹ ਤੋਂ ਬਾਅਦ ਆਦਤ ਹੀ ਪੈ ਗਈ ਮੈਨੂੰ। ਜਾਂ ਤਾਂ ਰੱਬ ਨੇ ਕਮਾਲ ਕੀਤੀ ਪਈ ਹੈ, ਤੁਹਾਨੂੰ ਜੀ ਤੁਸੀਂ। ਬਸ ਕਰ ਮਿੱਠੀ, ਅੱਜ ਨਾ ਬੱਚੀ, ਥੋੜ੍ਹਾ ਜਿਹਾ ਸਬਰ ਕਰ ਲਾ, ਕੀ ਪਤਾ ਬੇਬੇ ਦੇ ਸੁਪਨੇ ਵਾਲੀ ਨੂੰ ਇਹੀ ਬਣ ਜੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਹਿੰਮਤਪੁਰੇ ਤੋਂ ਆਇਆ ਜੀ, ਉਹ ਤੁਸੀਂ ਬੁਲਾਇਆ ਸੀ ਨਾ। ਓ, ਬਹਿ ਜਾਓ। ਇੱਕ ਕੰਪਲੇਂਟ 'ਚ ਲਿਖਵਾਇਆ ਕਿ ਕੁੱਟਮਾਰ ਬਹੁਤ ਹੁੰਦੀ ਆ। ਸਿਆਣੇ ਕਹਿੰਦੇ ਆ ਜੀ, ਗਾਉਂਦਿਆਂ ਦੀਆਂ ਸਿੱਠਣੀਆਂ ਅਤੇ ਲੜਦਿਆਂ ਦੀਆਂ ਗਾਲਾਂ, ਲੜਾਈ 'ਚ ਕਈ ਵਾਰੀ ਮਾਰਿਆ ਹੋਇਆ ਗੁਲਾਬ ਦਾ ਫੁੱਲ ਵੀ ਕੁੱਟਮਾਰੀ ਲੱਗਦਾ। ਨਾ ਮਾਰਨ ਲੱਗਿਆ ਨਹੀਂ ਪਤਾ ਲੱਗਦਾ ਹੁਣ। ਇੱਕੋ ਕਹਿੰਦੀ ਸੀ ਕਿ ਘਰ 'ਚ ਮੇਰੀ ਇੱਜ਼ਤ ਹੈ ਨਹੀਂ। ਪਰ ਸਿਆਣੇ ਤਾਂ ਕਹਿੰਦੇ ਆ ਜੀ ਕਿ ਘਰ ਦੀ ਇੱਜ਼ਤ ਹੀ ਔਰਤ ਹੁੰਦੀ ਆ। ਪੀਤੀ ਖਾਧੀ 'ਚ ਨਹੀਂ ਇਹਨੂੰ ਯਾਦ ਰਹਿੰਦਾ ਹੋਣਾ। ਕੁਛ ਕਿਹਾ ਜੀ? ਕੁਛ ਨਹੀਂ, ਤੂੰ ਪੁੱਛ। ਉਹ ਇੱਕ ਇਹ ਵੀ ਲਿਖਾ ਕੇ ਗਈ ਹੈ ਕਿ 6 ਸਾਲ ਹੋ ਗਏ ਵਿਆਹ ਨੂੰ, ਪਰ ਪੈਸਿਆਂ ਦੀ ਤੰਗੀ ਕਰਕੇ ਕਦੇ ਸੁੱਖ ਨਹੀਂ ਮਿਲਿਆ। ਸੁੱਖ ਕਦੇ ਪੈਸੇ 'ਚੋਂ ਨਹੀਂ ਮਿਲਦਾ ਜੀ, ਪਰਿਵਾਰ 'ਚੋਂ ਲੱਭੀਏ ਤਾਂ ਮਿਲਦਾ। ਇਹ ਵੀ ਸਿਆਣਾ ਨਹੀਂ ਕਿਹਾ? ਨਹੀਂ ਜੀ, ਇਹ ਮੇਰੀ ਆਪਣੀ ਸੋਚ ਆ। ਸੋਚ ਤਾਂ ਇਹਦੀ ਚੰਗੀ ਲੱਗਦੀ ਹੈ, ਪਰ ਨਿੰਮੋ ਵਸਣਾ ਕਿਉਂ ਨਹੀਂ ਚਾਹੁੰਦੀ ਫਿਰ? ਅਸਲ 'ਚ ਛੋਟੀ ਹੁੰਦੀ ਦਾ ਵਿਆਹ ਹੋ ਗਿਆ ਜੀ, ਜਿਹੜੀ ਉਮਰੇ ਉਹਨੇ ਜਵਾਕਾਂ ਨਾਲ ਖੇਡਣਾ ਸੀ ਉਸ ਉਮਰ 'ਚ ਵਿਚਾਰੀ ਨੂੰ ਜਵਾਕ ਖਿਡਾਉਣੇ ਪੈ ਗਏ। ਮੈਨੂੰ ਲੱਗਦਾ ਇਸ ਕਰਕੇ ਚਿੜਚਿੜੀ ਹੋ ਗਈ ਥੋੜ੍ਹੀ ਜਿਹੀ। ਬਾਕੀ ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਐਂ ਚਲਾਉਣੀ ਪੈਂਦੀ ਹੈ ਜੀ, ਜਿਵੇਂ ਤੁਸੀਂ ਉਹ 2 ਬੱਕਰੀਆਂ ਵਾਲੀ ਕਹਾਣੀ ਸੁਣੀ ਹੈ। ਨਹੀਂ, ਕੋਈ ਗੱਲ ਨਹੀਂ, ਤੁਸੀਂ ਆਪਣੇ ਹੱਥ ਦਿਓ 1 ਮਿੰਟ ਮੈਨੂੰ। ਦਿਓ ਦਿਓ। ਓਏ, ਆ ਕੀ ਕਰਦਾ? ਇੱਕ ਵਾਰੀ 2 ਬੱਕਰੀਆਂ ਇੱਕ ਭੀੜੇ ਪੁਲ ਤੋਂ ਦੀ ਲੰਘ ਰਹੀਆਂ ਸੀ, ਪਰ ਪੁਲ ਤੋਂ ਦੀ ਇੱਕੋ ਹੀ ਬੱਕਰੀ ਕ੍ਰੋਸ ਕਰ ਸਕਦੀ ਸੀ, ਪੁਲ ਤੰਗ, ਬੱਕਰੀਆਂ ਆਮੋ ਸਾਹਮਣੇ, ਜੇ ਹੀ ਗੋ ਕਲੈਸ਼ ਕਰ ਜਾਂਦੀ 1 ਬੱਕਰੀ ਨੇ ਪਾਣੀ 'ਚ ਡਿੱਗ ਪੈਣਾ ਸੀ। ਪਰ ਬੱਕਰੀਆਂ ਨੇ ਸਿਆਣਾ ਪਤਾ ਕੀ ਕੀਤੀ ਜੀ? ਪੁੱਛੋ ਕੀ? ਕੀ? 1 ਬੱਕਰੀ ਥੱਲੇ ਬੈਠ ਗਈ, 2 ਉੱਪਰ ਦੀ ਲੰਘ ਗਈ, ਮਸਲਾ ਸੋਲਵ। ਥੱਕ ਗਏ? ਨਾ ਜੀ, ਗੱਲਾਂ ਨਾਲ ਕਦੋਂ ਬੰਦਾ ਥੱਕਦਾ ਜੀ। ਮੇਰੇ ਹੱਥ। ਓ ਸੋਰੀ। ਇਹ ਵੀ ਤੇਰੀ ਸੋਚ ਹੈ? ਨਾ ਜੀ,
ਇਹ ਸਿਆਣਿਆਂ ਨੇ ਕਿਹਾ, ਪਤੀ ਪਤਨੀ ਨੂੰ ਜ਼ਿੰਦਗੀ 'ਚ ਇੱਕ ਦੂਜੇ ਨੂੰ ਸਮਝਣਾ ਪੈਂਦਾ, ਕਦੇ ਇੱਕ ਧਿਰ ਨੂੰ ਨਿਮਣਾ ਪੈਂਦਾ, ਕਦੇ ਦੂਜੀ ਨੂੰ। ਮਸਲੇ ਖਤਮ। ਫਿਰ ਹੁਣ ਕੀ ਕਰਨਾ ਚਾਹੀਦਾ? ਕਰਨਾ ਕੀ ਹੈ ਜੀ, ਜਦੋਂ ਬੰਦਾ ਮਾਫੀ ਹੋਈ ਮੰਗ ਲਏ ਤਾਂ ਜਨਾਨੀ 5-7 ਮਿੰਟ ਰੋ ਕੇ ਆਪਣੀ ਭੜਾਸ ਕੱਢਣ ਤੋਂ ਬਾਅਦ 'ਚ ਫੈਸਲਾ ਕਰ ਲੈਂਦੀ ਹੈ ਜੀ। ਚਾਹੇ ਤੁਸੀਂ ਨਿੰਮੋ ਨੂੰ ਬੁਲਾ ਕੇ ਪੁੱਛ ਲਓ। ਚਲੋ ਜੀ, ਠੀਕ ਹੈ, ਫਿਰ ਕੱਲ੍ਹ ਨੂੰ ਮਿਲਦੇ ਹਾਂ 12 ਵਜੇ ਨਿੰਮੋ ਦੇ ਨਾਲ। ਠੀਕ ਹੈ ਜੀ, ਥੈਂਕ ਯੂ। ਲੱਛਣ ਠੀਕ ਨਹੀਂ ਇਹਦੇ, ਤੂੰ ਚੁੱਪ ਕਰ ਜਾ, ਕੋਈ ਨਹੀਂ। ਤੁਸੀਂ 1 ਮਿੰਟ ਹੱਥ ਦਿਓ ਜੀ। ਮੈਂ ਤੈਨੂੰ ਕਿਹਾ ਸੀ ਨਾ ਵੀ ਮੁੰਡੇ ਦੇ ਲੱਛਣ ਮਾੜੇ ਨੇ। ਪ੍ਰਸ਼ਾਦ ਦੇਣਾ ਸੀ, ਮੈਂ ਆਉਂਦਾ ਆਉਂਦਾ ਬਾਬੇ ਫਰੀਦ ਦੇ ਦਰ ਤੇ ਹੋ ਕੇ ਆਇਆ। ਤੁਸੀਂ ਵੀ ਲੈ ਲਓ ਗੁੱਸੇ ਵਾਲੇ ਭੈਣ ਜੀ। ਪਰ ਮੁੰਡਾ ਤਾਂ ਚੰਗਾ ਲੱਗਦਾ ਸੀ। ਚੰਗਾ ਨਹੀਂ, ਮੁੰਡਾ ਬਹੁਤ ਤੇਜ਼ ਸੀ। ਜੇ ਘਰ ਵਸਾਉਣਾ ਨਾ ਨਿੰਮੋ ਦਾ, ਤਾਂ ਆਪਾਂ ਨੂੰ ਇਹਦੀ ਪੜਤਾਲ ਕਰਨੀ ਪੈਣੀ ਹੈ। ਹਾਂ, ਕਰਨੀ ਪੈਣੀ ਆ। ਪੈਣੀ ਨਹੀਂ, ਕਰੋ। ਚੱਲ ਤੂੰ ਵੀ ਨਾਲ। ਠੀਕ ਠਾਕ ਹੋ ਬਜ਼ੁਰਗੋ? ਠੀਕ ਆ ਪੁੱਤ। ਬਾਪੂ ਜੀ ਕੱਲ ਕਿੱਥੇ ਗਏ ਸੀ? ਮੋਗੇ ਗਏ ਸੀ ਕੁੜੀ ਕੋਲ। ਅੱਛਾ, ਆ ਲੈ ਬਾਪੂ। ਠੀਕ ਆ, ਲਿਆਓ। ਲਓ ਜੀ, ਪਾ ਦਿਓ ਸੇਵਾ ਚ। ਚੱਲ ਚੱਲ ਉਧਰ ਚੱਲ। ਇੱਕ ਮਿੰਟ ਆ। ਹੈਲੋ, ਸਕੂਲ ਨਹੀਂ ਗਈ ਅੱਜ? ਛੁੱਟੀ ਸੀ ਅੱਜ। ਓ, ਕਾਹਦੀ ਛੁੱਟੀ? ਵੈਸੇ ਹੀ। ਵੈਸੇ ਹੀ ਕਾਹਦੀ ਛੁੱਟੀ ਹੁੰਦੀ ਆ? ਆ ਲੈ। ਸਾਹਿਬ ਗੱਲ ਸੁਣ ਬਾਈ, ਆ ਮੈਂ ਕਦੋਂ ਤਾਂ ਦੇਖੀ ਨਾ ਕੁੜੀਆਂ ਆਪਣੇ ਮਗਰ ਮਗਰ ਆਈ ਜਾਂਦੀਆਂ। ਉਹ ਭੁੱਲਿਆ, ਇਹ ਤਾਂ ਉਹੀ ਨੇ ਮਹਿਲਾ ਮੰਡਲ ਵਾਲੀ। ਚੱਲ ਘਰੇ ਚੱਲੀਏ, ਚਾਹ ਪਾਣੀ ਬੁਲਾਉਂਦੇ ਆ। ਉਹ ਪਿਓ, ਚਾਹ ਪਾਣੀ ਪਿਉਂਦਾ ਪਿਉਂਦਾ ਮੇਰਾ ਹੁੱਕਾ ਪਾਣੀ ਨਾ ਬੰਦ ਕਰਾ ਦੀ, ਆਖੇ ਚੱਲੀਏ ਘਰੇ। ਉਹ ਭੁੱਲਿਆ, ਕਰਮਾਂ ਵਾਲੇ ਹੁੰਦੇ ਆ ਜਿਨ੍ਹਾਂ ਦਾ ਪਿੱਛਾ ਇੰਨੀਆਂ ਸੋਹਣੀਆਂ ਕੁੜੀਆਂ ਕਰਦੀਆਂ। ਉਹ ਯਾਰ, ਤੈਨੂੰ ਬੁੜੀ ਦਾ ਪਤਾ ਤਾਂ ਹੈਗਾ ਚੰਗਾ ਭਲਾ, ਉਹ ਜੇ ਘਰੇ ਜਾਵੜੀਆਂ ਹੁਣ ਇਹਨਾਂ ਨੂੰ ਕੁਛ ਬੋਲ ਦੇਣਾ ਸਿਆਪਾ ਪੈ ਜਾਣਾ, ਪਤਾ ਤਾਂ ਹੈ ਤੈਨੂੰ। ਤੂੰ ਇਹਨਾਂ ਨੂੰ ਯਾਰ ਝਾਨੀ ਕਚੋਨੀ ਦੇ ਕੇ ਨਿਕਲ। ਬਾਈ, ਮਿੰਟ ਵਾਲੀ ਗੱਲ ਹੀ ਆ ਯਾਰ, ਤੂੰ ਵੀ ਭੁੱਲ ਆਈ ਆ। ਇੱਧਰ ਦੇਖ, ਮੈਨੂੰ ਲੱਗਦਾ ਇੱਧਰ ਨਾ ਗਏ ਹੋਣ। ਨਹੀਂ ਨਹੀਂ ਨਹੀਂ, ਸਾਹਮਣੇ ਦੇਖ, ਸਾਹਮਣੇ ਚੱਲ, ਸਾਹਮਣੇ ਸਾਹਮਣੇ ਹੋਣਗੇ। ਘਰ ਇੱਧਰ ਵੀ ਦੇਖ ਲੈਂਦੇ ਹਾਂ, ਇੱਧਰ ਹੋ ਸਕਦੇ ਨੇ। ਉਹ ਤਾਂ ਕਿਤੇ ਵੀ ਹੈ। ਹਾਂ, ਪਤਾ ਨਹੀਂ, ਆਪਾਂ ਇਹ ਤੋਂ ਪੁੱਛ ਕੇ ਨਾ ਦੇਖੀਏ। ਹਾਂ ਚੱਲ ਪੁੱਛਦੇ ਹਾਂ। ਜਿਹੜਾ ਤੈਨੂੰ ਚੋਕਲੇਟ ਦੇ ਕੇ ਗਿਆ, ਮੁੰਡੇ ਦਾ ਘਰ ਕਿੱਥੇ ਆ? ਆਓ ਸਾਹਮਣੇ। ਹਾਏ, ਮੈਂ ਮਰ ਗਈ। ਹਾਏ ਵੇ, ਹਾਏ ਕਿੱਡਾ ਚੱਕਰ ਆਇਆ। ਹਾਏ ਵੇ ਰੱਬਾ, ਵੇ ਹੁਣ ਨੀ ਸਰਦਾ ਨੂੰ ਵੀ ਨਾ, ਛੇਤੀ ਨੂੰ ਘਰ ਭੇਜ ਦੇ ਮੇਰੀ। ਵੇ ਜੇ ਤੇਰੇ ਸਿਰ ਚੜ੍ਹ ਕੇ ਕੁਛ ਖਾ ਕੇ ਤੇਰੇ ਕੋਲ ਆ ਗਈ
ਵੇ ਫਿਰ ਹੋ ਜਾਏਗਾ ਸਖਾਲਾ। ਹਾਏ ਆਂਟੀ ਜੀ ਸਤਿ ਸ਼੍ਰੀ ਅਕਾਲ। ਹਾਏ ਵੇ ਹਾਂ ਬੜੀ ਛੇਤੀ ਸੁਣ ਲਈ ਰੱਬ ਨੇ ਤਾਂ ਮੇਰੀ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ, ਜਿਉਂਦੀਆਂ ਵਸਦੀਆਂ ਰਹੋ। ਧੀ ਕਿਵੇਂ ਆਉਣਾ ਹੋਇਆ? ਆਂਟੀ ਜੀ ਉਹ ਨਾ ਅਸੀਂ ਤੁਹਾਡੀ ਨੂੰਹ ਬਾਰੇ ਗੱਲ ਕਰਨ ਆਏ ਸੀ। ਹਾਏ ਵੇ ਰੱਬਾ, ਵੇ ਮਾਫ ਕਰੀ ਮੈਨੂੰ, ਮੈਂ ਤਾਂ ਐਵੇਂ ਤੈਨੂੰ ਆਵਾ ਤਵਾ ਬੋਲ ਕੇ ਗੁੱਸੇ 'ਚ। ਨਹੀਂ ਧੀਏ ਬਾਹਲਾ ਤਰਸੀ ਪਈ ਹੈ ਮੈਂ ਤਾਂ ਨੂੰਹ ਨੂੰ। ਆਜੋ ਬਹਿ ਕੇ ਗੱਲ ਕਰਦੇ ਹਾਂ ਆਪਾਂ। ਹਾਂਜੀ ਮੈਂ ਤੁਹਾਨੂੰ ਲੱਸੀ ਪਿਲਾਉਂਦੀ ਹਾਂ, ਲੱਸੀ ਪੀਓਗੇ ਕਿ ਦੁੱਧ? ਮੈਂ ਤਾਂ ਲੱਸੀ ਓ ਪਿਲਾਉਂਗੀ ਪੁੱਤ, ਮੈਂ ਤਾਂ ਬਲਾ ਸਵਾਦ ਲੱਸੀ ਬਣਾਉਂਦੀ ਹਾਂ। ਲੈ ਬੈਠੋ ਪੁੱਤ। ਹਾਂ ਕੀ ਕਹਿੰਦੀ ਹੈ ਹੁਣ? ਹਾਂ ਮਾਂ ਤਾਂ ਚੰਗੀ ਹੈ, ਉਂਝ ਮੁੰਡਾ ਵੀ ਠੀਕ ਲੱਗਦਾ। ਹਜੇ ਠੀਕ ਹੀ ਲੱਗਦਾ ਸੀ, ਇੰਨੇ ਹੈਲਪਫੁੱਲ ਲੋਕ ਮਿਲਦੇ ਅੱਜ ਕੱਲ੍ਹ, ਕੀ ਪਤਾ ਮਿਲੇ ਜਾਂਦੇ ਹੁਣ। ਲਓ ਧੀਏ ਆਹ ਲੱਸੀ ਪੀਓ। ਆਂਟੀ ਜੀ। ਹਾਂ ਪੁੱਤ। ਤੁਹਾਨੂੰ ਨੂੰ ਬਿਨਾਂ ਔਖਾ ਨਹੀਂ ਲੱਗਦਾ? ਨਹੀਂ ਪੁੱਛਣਾ ਧੀਏ, ਔਖੇ ਵਰਗਾ ਔਖਾ ਹੈ ਘਰ ਤਾਂ ਉਹ ਹੁੰਦਾ ਪੁੱਤ ਜਿਹਦੇ 'ਚ ਨੂੰ ਪਹਿਲਾਂ ਪਾਉਂਦੀ ਫਿਰੇ, ਪੋਤੇ ਪੋਤੀਆਂ ਬਾਗੀਆਂ ਪਾਉਣ, ਹੈ ਰੌਣਕਾਂ ਲੱਗੀਆਂ ਰਹਿਣ। ਇਹ ਘਰ ਥੋੜ੍ਹਾ, ਇਹ ਤਾਂ ਜੈਖਣੀ ਦਾ ਵਾੜਾ ਹੈ, ਘਰ ਤਾਂ ਉੱਤੇ ਬਣੂੰਗਾ ਇਹ ਜਿੱਦੇ ਮੇਰੀ ਨੂੰਹ ਘਰ ਆਜੂ। ਪਰ ਜੇ ਨੂੰਹ ਆ ਕੇ ਲੜੀ ਫੇਰ? ਲੜੀ ਜਾਵੇ, ਜਿੰਨੀਆਂ ਮਰਜ਼ੀ ਗਾਲਾਂ ਕੱਢ ਲਵੇ ਮੈਨੂੰ, ਮੈਨੂੰ ਨਹੀਂ ਕੋਈ ਫਰਕ ਪੈਂਦਾ। ਮੇਰੀ ਤਰ੍ਹਾਂ ਪੁੱਤ ਬਸ ਨੂੰਹ ਘਰ ਆਉਣੀ ਚਾਹੀਦੀ ਹੈ। ਹਾਂਜੀ ਆਂਟੀ ਜ਼ਰੂਰ ਆਊਗੀ, ਇਸ ਲਈ ਤਾਂ ਅਸੀਂ ਇੱਥੇ ਆਏ ਹਾਂ। ਅੱਛਾ ਤੁਸੀਂ ਇਹ ਦੱਸੋ ਕਿ ਮਸਲਾ ਕੀ ਹੈ? ਪਤਾ ਨਹੀਂ ਪੁੱਤ, ਮੇਰਾ ਥਾਂ ਨਾ ਜੈਖਾਣੀ ਦਾ ਮੁੰਡਾ ਹੀ ਨਹੀਂ ਮੰਨਦਾ। ਪਰ ਉਹ ਤਾਂ ਮੰਨਿਆ ਹੋਇਆ ਸੀ। ਅੱਛਾ ਨਾ ਮਿਲਿਆ ਸੀ ਤੁਹਾਨੂੰ ਉਹ? ਹਾਂ ਅੱਜ ਹੀ ਮਿਲਿਆ। ਬੂ ਮੈਂ ਮਰ ਜਾਂ। ਨਹੀਂ ਧੀਏ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਉਹਦੇ ਵਾਲਾ ਆਹ ਕੰਮ ਨਿਬੇੜ ਦਿਓ, ਮੈਂ ਤਾਂ ਸਾਰੀ ਉਮਰ ਤੁਹਾਡੇ ਗੁਣ ਗਾਉਂਗੀ ਧੀਏ। ਆਂਟੀ ਜੀ ਜੇ ਸਾਡੀ ਕੋਸ਼ਿਸ਼ ਕਰਕੇ ਕਿਸੇ ਦਾ ਘਰ ਵੱਸਦਾ ਤੇ ਸਾਨੂੰ ਹੋਰ ਕੀ ਚਾਹੀਦਾ? ਜਿਉਂਦੀਆਂ ਵਸਦੀਆਂ ਰਹੋ ਪੁੱਤ, ਜਿਉਂਦੀਆਂ ਵਸਦੀਆਂ ਰਹੋ। ਨੀ ਖੜੀਆਂ ਕਿਉਂ ਹੋ ਗਈਆਂ ਪੁੱਤ? ਰੋਟੀ ਖਾ ਕੇ ਜਾਇਓ, ਮੈਂ ਧਰਦੀ ਹਾਂ ਤਵਾ। ਅਸੀਂ ਹੁਣ ਚੱਲਦੇ ਹਾਂ। ਤੂੰ ਤਾਂ ਲੱਸੀ ਵੀ ਨਹੀਂ ਪੀਤੀ ਪੁੱਤ। ਮੇਰਾ ਚਿੱਤ ਨਹੀਂ ਠੀਕ। ਆਂਟੀ ਜੀ ਅਸੀਂ ਲੇਟ ਹੋ ਜਾਵਾਂਗੇ, ਅਸੀਂ ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਚੰਗਾ। ਹੇ ਰੱਬਾ ਹੁਣ ਤਾਂ ਤੂੰ ਮੈਨੂੰ ਮਾਫ ਕਰ ਹੀ ਦੇਈਂ। ਫੌਜਾਂ ਤਣੀਆਂ ਖੜੀਆਂ। ਤੂੰ ਚੁੱਪ ਕਰ ਤਾਈ, ਤੂੰ ਦੱਸ ਕਿਵੇਂ ਕਰਨਾ? ਕਰਨਾ ਕੀ ਆ, ਇਹਦੀ ਆਕੜ ਤਾਂ ਵੇਖ ਜਿਵੇਂ ਮਹਾਰਾਣੀ ਹੁੰਦੀ ਆ, ਮੈਨੂੰ ਉਹਦੇ ਲੱਛਣ ਵਸਣ ਵਾਲੇ ਨਹੀਂ ਲੱਗਦੇ। ਤਾਈ ਤੇਰਾ ਆਪਣੇ ਪੋਤੇ ਪੋਤੀਆਂ ਨਾਲ ਪਿਆਰ ਹੈਗਾ ਕਿ ਨਹੀਂ? ਇਹ ਤਾਂ ਮੇਰੇ ਕਾਲਜੇ ਦੇ ਟੁਕੜੇ ਆ। ਬਸ ਫਿਰ, ਬਾਬੇ ਨੇ ਦਿੱਤੀਆਂ ਆ ਚੱਕ ਲੈ ਜੀ, ਮੂੰਹ 'ਚ ਪਾਲਾ, ਚਿੱਠੀ ਜਾਈ, ਬੋਲਣਾ ਨਹੀਂ, ਆ ਪੋਤੇ ਪੋਤੀਆਂ ਤੇਰੇ ਵਿਹੜੇ 'ਚ ਖੇਡਣਗੇ। ਫੜ ਜੇ ਇਹੋ ਜਿਹੇ ਟਾਈਮ ਤੇਰਾ ਬੋਲੂੰਗੀ ਤਾਂ ਬੋਲੂੰਗੀ ਕਦੋਂ, ਮੇਰਾ ਤਾਂ ਪਟਾਕਾ ਹੀ ਪੈ ਜੂ। ਫਿਰ ਮੈਨੂੰ ਲੱਗਦਾ ਤੇਰਾ ਪੋਤੇ ਪੋਤੀਆਂ ਨਾਲ ਪਿਆਰ ਹੀ ਹੈ ਨਹੀਂ। ਚੱਲ ਲਿਆ ਫੜਾ। ਮੈਡਮ ਜੀ ਇਹੀ ਆ ਮੁੰਡਾ। ਓਲਾ ਜੀ ਆਜੋ। ਸਤਿ ਸ਼੍ਰੀ ਅਕਾਲ। ਉਹ ਤੈਨੂੰ ਨੀ, ਭੋਲਾ ਜੀ ਨੂੰ ਬੁਲਾਇਆ ਸੀ। ਮੈਂ ਹੀ ਆ ਜੀ ਭੋਲਾ ਜੀ। ਫਿਰ ਤੁਸੀਂ? ਇਹ ਤਾਂ ਸਾਹਿਬ ਆ ਭੈਣ ਜੀ, ਇਹਨਾਂ ਦਾ ਤਾਂ ਇੰਨਾ ਵਧੀਆ ਪਰਿਵਾਰ, ਕਿੰਨਾ ਸ਼ਰੀਫ ਸੋਹਣਾ,
ਤੇ ਸਿਆਣਾ ਮੁੰਡਾ ਗਾ ਜਿਹੜੀ ਇਹਨਾਂ ਦੀ ਨੂੰਹ ਬਣੂਗੀ ਨਾ ਉਹ ਤਾਂ ਰਾਜ ਕਰੂਗੀ ਰਾਜ ਤੇ ਕਿੱਥੇ ਇਹ ਤੇ ਇਹ ਕਿੰਨਾ ਕੁ ਝੁੱਡੂ ਮੇਰੇ ਪੱਲੇ ਪਾਦਾ ਆ ਦੇਖੋ ਜਾਗਾਂ ਦੀ ਲੈਣ ਲੱਗ ਕੇ ਧਰਤੀ ਤੇ ਉਧਰੋਂ ਮੇਰੀ ਸੱਸ ਸਾਰਾ ਦਿਨ ਚਬਰ 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 ਕਰਦੀ ਰਹਿੰਦੀ ਹੈ ਤੇ ਕਦੇ ਕਹੋ ਆ ਚੀਜ਼ ਚੱਕ ਕੇ ਇੱਥੇ ਧਰ ਦੇ ਆ ਚੀਜ਼ ਇੱਥੇ ਧਰ ਦੇ ਤੁਸੀਂ ਆਪ ਹੀ ਸੋਚੋ ਐਡਾ ਕੁ ਤਾਂ ਘਰ ਆ ਆਲੇ ਜਿੱਡਾ ਤੁਸੀਂ ਆਪ ਹੀ ਦੱਸੋ ਮੈਂ ਕਿੱਥੇ ਧਰਾਂ ਕਿਹੜੀ ਚੀਜ਼ ਮੇਰਾ ਤਾਂ ਸਭ ਕੁਝ ਸਮਝ ਤੋਂ ਬਾਹਰ ਹੋਇਆ ਪਿਆ ਹੈਗਾ 4 ਮਹੀਨੇ ਹੋ ਗਏ ਮੈਨੂੰ ਜੇ ਕੁਝ ਬੋਲਦੀ ਨਹੀਂ ਹੈਗੀ ਤਾਂ ਮੇਰੇ ਸਰੀਰ ਨੂੰ ਨਾ ਬਾਹਰ ਜਿੱਕਣਾ ਬਣਾ ਤੁਸੀਂ ਆਪ ਹੀ ਦੱਸੋ ਤੁਹਾਨੂੰ ਕਿਹਾ ਸੀ ਨਾ ਜੀ 5 ਮਿੰਟ ਦਾ ਹੀ ਗੋਬੂ ਗਵਾਰ ਹੁੰਦਾ ਨਿਕਲ ਲੈਣ ਤਾਂ ਹੋਇਆ ਮੈਂ ਤੇ ਬਾਪੂ ਦੇ ਘਰੇ ਬੈਠੀ ਆ ਉਹੀ ਅੰਨ ਪਾਣੀ ਦਾ ਸਾਰਾ ਖਰਚਾ ਚੱਕਦਾ ਕਿਵੇਂ ਪੱਲੇ ਪਾ ਕੇ ਰੱਖਦੀ ਇਹਨਾਂ ਦੀ ਮਾਂ ਪੁੱਤਾਂ ਦੀ ਤਾਂ ਇੱਕ ਗੱਲ ਆ ਤਾਂ ਬੰਦ ਹੀ ਨਹੀਂ ਹੋ ਰਹੀ ਨਾ ਰੱਖੀ ਆਉਦੀ ਤੇ ਮੈਨੂੰ ਬਰਾ ਕੱਢ ਕੇ ਸੁੱਟਿਆ ਪਿਆਗਾ ਆ ਇਹ ਕਿਵੇਂ ਵੇਖੀ ਆਂਦੀ ਆ ਇਹਨੂੰ ਤਾਂ ਮੇਰਾ ਭੋਰਾ ਮੋਹ ਨਹੀਂ ਆਉਂਦਾ ਹੈਗਾ ਨਹੀਂ ਨਹੀਂ ਜੀ ਮੋਹ ਤਾਂ ਆਉਂਦਾ ਕਿੱਥੇ ਆਉਂਦਾ ਫਿਰ ਲੈਣ ਕਿਉਂ ਨਹੀਂ ਆਉਂਦਾ ਮੈਨੂੰ ਨਹੀਂ ਪਤਾ ਇਹਨੂੰ ਕਿਹਾ ਮੈਨੂੰ ਲੈ ਕੇ ਜਾਵੇ ਆ ਦੇਖ ਲਓ ਜੀ ਕਿਵੇਂ ਲੈ ਜਾ ਇਹਨੂੰ ਮੈਂ ਨਾਲ ਇਹਦਾ ਤਾਂ ਮੇਰਾ ਤਾਂ ਇੱਟ ਕੁੱਤੇ ਵਾਲਾ ਵੈਰ ਆ ਤੇ ਇੱਟ ਮੈਂ ਆ ਹਾਂ ਖੰਗਰ ਮੈਨੂੰ ਨਹੀਂ ਪਤਾ ਇਹਨੂੰ ਕਹੋ ਮੈਨੂੰ ਲੈ ਕੇ ਜਾਵੇ ਲਓ ਜੀ ਹੋ ਗਿਆ ਸਮਝੌਤਾ ਉਹ ਨੰਨੀ ਮੁੰਨੀ ਸੈਨਾ ਚਲੋ ਦਾਦੀ ਕੋਲੇ ਚੱਲ ਵੀ ਬੋਲਿਆ ਲੜਿਓ ਨਾ ਹੋਣਾ ਰਲ ਕੇ ਰਿਹਾ ਕਰੋ ਧੰਨਵਾਦ ਜੀ ਨਹੀਂ ਚਾਹੁੰਦੇ ਰਹਿਣ ਮੇਰੇ ਅੱਛਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕਿਉਂ ਆਇਆ ਸੀ ਤੂੰ ਆਪੇ ਪੁੱਛ ਲਾ ਫਿਰ ਮੈਂ ਨਹੀਂ ਪੁੱਛਣਾ ਇੱਕ ਮਿੰਟ ਹੱਥ ਦਿਓ ਆਪਣਾ ਪ੍ਰਸ਼ਾਦ ਹੱਥ ਦੇਖ ਕੇ ਲੱਗਦਾ ਛੇਤੀ ਮਹਿੰਦੀ ਲੱਗ ਜੂ ਤੂੰ ਕੀ ਲੈਣਾ ਉਹ ਮੇਰਾ ਫੁੱਫੜ ਰਿਸ਼ਤੇ ਰੁਸ਼ਤੇ ਕਰਾਉਂਦਾ ਨਾ ਜੀ ਕਈ ਵਾਰੀ ਕੋਈ ਚੰਗਾ ਮੁੰਡਾ ਹੁੰਦਾ ਨਿਗਾਹ ਚ ਅੱਛਾ ਕਰਾ ਦੇ ਫਿਰ ਰਿਸ਼ਤਾ ਪਟਵਾਰੀ ਚਾਹੀਦਾ ਅਗਲੀ ਨੂੰ ਵੈਸੇ ਗੁੱਸੇ ਵਾਲੇ ਭੈਣ ਜੀ ਤੁਸੀਂ ਵੀ ਠੰਡੇ ਰਿਹਾ ਕਰੋ ਉਹ ਤੁਹਾਡਾ ਵੀ ਛੇਤੀ ਹੋ ਜਾਣਾ ਮੈਨੂੰ ਨਜ਼ਰਾਂ ਚੋਂ ਪਰ ਕੇ ਵੇ ਮੈਂ ਖੜਾ ਉੱਥੇ ਹੀ ਰਹਿ ਗਿਆ ਦਿਲ ਨੂੰ ਐ ਫੜ ਕੇ ਵੇ ਕੋਈ ਇੰਨਾ ਸੋਹਣਾ ਵੀ ਹੋ ਸਕਦਾ ਮੈਂ ਖੁਦ ਹੀ ਵੇਖ ਲਿਆ ਮੈਂ ਪਿਆਰ ਸੁਣਿਆ ਸੀ ਅੱਜ ਹੁੰਦੇ ਵੇਖ ਲਿਆ ਓ ਦਹੋ ਕੇ ਅੱਜ ਮੈਂ ਰੱਬ ਨੂੰ ਹੀ ਵੇਖ ਲਿਆ ਮੈਂ ਪਿਆਰ ਸੁਣਿਆ ਸੀ ਅੱਜ ਹੁੰਦੇ ਵੇਖ ਲਿਆ ਉਸ ਮੁਲਾਕਾਤ ਦੇ ਪਿੱਛੋਂ ਮੁੱਕੀ ਨਾ ਤਲਾਸ਼ਾਂ ਦੀ ਕੀ ਕਰਾਂ ਜ਼ਿਕਰ ਮੈਂ ਉਹਦਾ ਹਰ ਗੱਲ ਸੀ ਖਾਸ ਉਹਦੀ ਮੁਲਾਕਾਤ ਦੇ ਪਿੱਛੋਂ ਮੁੱਕੀ ਨਾ ਤਲਾਸ਼ਾਂ ਦੀ ਕੀ ਕਰਾਂ ਜ਼ਿਕਰ ਮੈਂ ਉਹਦਾ ਹਰ ਗੱਲ ਸੀ ਖਾਸ ਉਹਦੀ ਇੱਕ ਮਿੱਠੀ ਜੀ ਸੀ ਲਾਟ ਜਿਹਨੂੰ ਮੈਂ ਸੀ ਸੇਖ ਲਿਆ ਮੈਂ ਪਿਆਰ ਸੁਣਿਆ ਸੀ ਅੱਜ ਹੁੰਦੇ ਵੇਖ ਲਿਆ ਅੱਜ ਉਹਦਾ ਹੋ ਕੇ ਮੈਂ ਹੁੰਦੇ ਵੇਖ ਲਿਆ
ਸਿਫਤ ਹੈ ਉਹਦਾ ਉਹਦੀ ਕੀ ਮੈਂ ਸਿਫਤ ਕਰਾਂ ਜੇ ਮੈਥੋਂ ਮੰਗੇ ਜਾਨ ਮੈਂ ਉਹਨੂੰ ਹੱਸ ਕੇ ਗਿਫਟ ਕਰਾਂ ਨਾਮ ਸਿਫਤ ਹੈ ਉਹਦਾ ਉਹਦੀ ਕੀ ਮੈਂ ਸਿਫਤ ਕਰਾਂ ਜੇ ਮੈਥੋਂ ਮੰਗੇ ਜਾਨ ਮੈਂ ਉਹਨੂੰ ਹੱਸ ਕੇ ਗਿਫਟ ਕਰਾਂ ਇੱਕ ਰਾਜ ਜੋ ਬਣ ਗਿਆ ਸੀ ਉਹਦਾ ਭੇਦ ਮੈਂ ਖੋਲ ਲਿਆ ਮੈਂ ਪਿਆਰ ਸੁਣਿਆ ਸੀ ਅੱਜ ਹੁੰਦੇ ਵੇਖ ਲਿਆ ਅੱਜ ਉਹਦਾ ਹੋ ਕੇ ਮੈਂ ਰੱਬ ਨੂੰ ਹਾਏ ਵੇਖ ਲਿਆ ਮੈਂ ਪਿਆਰ ਸੁਣਿਆ ਸੀ ਅੱਜ ਹੁੰਦੇ ਵੇਖ ਲਿਆ ਚਲੋ ਬਾਈ ਪੰਜ ਆਉਂਦੇ ਆਉਂਦਾ ਟਾਈਮ ਹੋ ਗਿਆ ਪੁੱਤਾਂ ਪੁੱਤਾਂ ਚੱਲੀਏ ਲੈ ਵੀ ਸ਼ੀਲਾ ਟਾਈਮ ਆਊਟ ਬਾਕੀ ਹਿੱਸਾ ਫੇਰ ਕਰੇ ਲੈ ਹੁਣੇ ਤਾਂ ਤੇਰੀ ਕਹਾਣੀ ਦਾ ਸਵਾਦ ਆਉਣ ਲੱਗਿਆ ਸੀ ਸ਼ੀਲਾ ਇਹ ਤੇਰਾ ਆਰਕੈਸਟਰਾ ਨਹੀਂ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਸੁਣਾ ਦੇ ਮਿੱਠਿਆ ਸ਼ੀਲਾ ਕੀਪ ਡਿਸਟੈਂਸ ਓ ਚਲੋ ਸੁਣਾ ਨਹੀਂ ਬਾਈ ਨਹੀਂ ਤਾਂ ਮੁਰਗੇ ਬਣਾ ਦੂੰਗਾ ਮੈਂ ਨਹੀਂ ਜਾਣਾ ਹੁਣ ਤਾਂ ਮੁਰਗੀ ਬਣਨਾ ਹੈ ਨਾ ਮਿੱਠਿਆ ਮੈਂ ਤਾਂ ਭੂਤ ਨਹੀਂ ਠੀਕ ਆ ਚੱਲ ਫਿਰ ਚੱਲ ਪਾ ਤੇਰੀਆਂ ਕਰਤੂਤਾਂ ਕਰਕੇ ਤੀਜਾ ਰਿਸ਼ਤਾ ਵੀ ਮੁੜ ਗਿਆ ਉਹ ਕਿਉਂ ਤੁਸੀਂ ਦੋਨੇ ਆਪਸ ਤੇ ਲੜੀ ਜਾਂਦੇ ਹੋ ਜਿੱਥੇ ਮੇਰੀ ਧੀ ਦੇ ਸੰਜੋਗ ਹੋਏ ਹੋ ਜੂ ਮੈਨੂੰ ਤਾਂ ਇਹ ਸਮਝ ਨਹੀਂ ਲੱਗਦਾ ਇਸ ਘਰ 'ਚ ਹੋਈ ਕੀ ਜਾਂਦਾ ਆਖੇ ਕੀ ਹੋਈ ਜਾਂਦਾ ਹੈਗਾ ਜਿਹੜੇ ਘਰ ਦੇ ਵਿੱਚ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਮੁਟਿਆਰ ਮੁੰਡਾ ਬੈਠਾ ਹੋਵੇ ਉਸ ਘਰ 'ਚ ਇਹੋ ਜਿਹਾ ਕੁਛ ਹੀ ਹੋਊਗਾ ਕਿਹੜਾ ਉੱਚਾ ਲੰਬਾ ਗੱਭਰੂ ਕਿਹਦੀਆਂ ਗੱਲਾਂ ਕਰੀ ਇਹਨਾਂ ਨੂੰ ਮੇਰੇ ਕੰਨੀ ਦੇਖੋ ਮੇਰੇ ਕੰਨੀ ਜਿੰਨੀ ਦੇਰ ਮੇਰਾ ਤੋਪਾ ਨਹੀਂ ਨਾ ਭਰਿਆ ਜਾਂਦਾ ਓਨੀ ਦੇਰ ਇਸ ਘਰ 'ਚ ਬਾਜੇ ਪੀਪੜੀਆਂ ਨਹੀਂ ਵੱਜਣੀਆਂ ਆ ਜਿਹੇ ਜੇ ਤੇਰੇ ਲੱਛਣ ਆ ਨਾ ਤੇਰੇ ਬੈਂਡ ਵੱਜੇ ਤਾਂ ਉਹੀ ਵੱਜ ਜਾਣੇ ਪੁੱਤ ਇਹਨਾਂ ਨੂੰ ਕਹਿ ਨਾ ਲੜੋ ਮੇਰਾ ਦਿਲ ਘਬਰਾਉਂਦਾ ਕੁਛ ਨਹੀਂ ਹੁੰਦਾ ਬੇਬੇ ਸਭ ਠੀਕ ਹੋ ਜਾਊਗਾ ਉਹ ਬਾਪੂ ਲਿਆ ਦੀਏ ਯਾਰ ਯੂਪੀ ਤੋਂ ਇਹਨੂੰ ਵੀ ਕੋਈ ਮਾੜੀ ਮੋਟੀ ਮਾੜਾ ਮੋਟਾ ਕੋਈ ਨਹੀਂ ਹੈਗਾ ਮੈਂ ਬਰਾਬਰ ਦਾ ਹਿੱਸੇਦਾਰ ਐਸ਼ ਕਰਦਾ ਠੋਕ ਕੇ ਵਿਆਹ ਕਰਵਾਉਂਗਾ ਪੂਰਾ ਠੋਕ ਕੇ ਓਏ ਹਿੱਸੇਦਾਰ ਤਾਂ ਤੂੰ ਹੈਗਾ ਹੈ ਹਿੱਸੇ ਐ ਮਿਲਦੇ ਹੋਣੇ ਚੁੱਪ ਕਰਕੇ ਖੜ ਜਾ ਨਹੀਂ ਹੁਣ ਹਿੱਸਾ ਦੇ ਦੂੰ ਵੱਡੇ ਜ਼ਿਲਦਾਰ ਨੂੰ ਪੁੱਤ ਚੁੱਪ ਕਰ ਜੋ ਚੁੱਪ ਛੋਟੇ ਦਾਦੂ ਸੋਨਮ ਬਾਜਵਾ ਚੱਲੂ ਚੁੱਪ ਛੜੇ ਨਾਲ ਮਜ਼ਾਕ ਜੇ ਛੜੇ ਨੇ ਸ਼ਰਾਬ ਦਿੱਤਾ ਨਾ ਇੱਥੇ ਸਾਰਾ ਟੱਬਰ ਇੱਥੇ ਪਾਸਮ ਹੋ ਜੂਗਾ ਵੇ ਤੂੰ ਕੀ ਹੋਇਆ ਬੇਬੇ ਕੀ ਹੋਇਆ ਜੀ ਦੇਖੋ ਬੇਬੇ ਨੂੰ ਕੀ ਹੋ ਗਿਆ ਆ ਦੇਖੋ ਬੇਬੇ ਨੂੰ ਕੀ ਹੋ ਗਿਆ ਬੇਬੇ ਡਾਕਟਰ ਸਾਹਿਬ ਕਿਵੇਂ ਬੀਬੀ ਹੁਣ ਬੀਬੀ ਜੀ ਦੀ ਸਿਹਤ ਬਹੁਤ ਖਰਾਬ ਹੈ ਸਟੰਟ ਪਾਉਣਾ ਪੈਣਾ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ ਜੀ ਹਾਂਜੀ ਡਾਕਟਰ ਸਾਹਿਬ ਕਰਦੇ ਹਾਂ ਜੀ ਇੰਤਜ਼ਾਮ ਠੀਕ ਹੈ ਜਦੋਂ ਫੜ ਲਿਆਉਂਦੇ ਡਾਕਟਰ ਸਾਹਿਬ ਬੇਬੇ ਦਾ ਬੀਪੀ ਤਾਂ ਵਧਿਆ ਸੀ ਅਤੇ ਤੁਸੀਂ ਸਟੰਟ ਪਾਉਣ ਨੂੰ ਕਹਿਤਾ ਇੰਜੈਕਸ਼ਨ ਲੱਗਣਾ ਸੀ ਅਤੇ ਬੀਪੀ ਕੰਟਰੋਲ ਹੋ ਜਾਣਾ ਸੀਗਾ ਤੂੰ ਆਪਦੀ ਜਵਾਨ 'ਤੇ ਕੰਟਰੋਲ ਰੱਖ ਇਹ ਐਡਾ ਵੱਡਾ ਹੋਸਪਿਟਲ ਹੈ ਇੱਥੇ ਐ ਨਹੀਂ ਚੱਲਦਾ ਤੂੰ ਜਾ ਕੇ ਦੇਖ
ਉਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਕਿ ਨਹੀਂ ਕਰਵਾਏ ਤੇ ਆ ਕੇ ਮੈਨੂੰ ਦੱਸ ਦੀ। ਠੀਕ ਹੈ ਜੀ। ਬਸ ਪਤਾ ਨੀ ਹੁਣ ਕੀ ਬਣੂ, ਦੇਖੋ ਜਿਹੜਾ ਕੁਛ ਹੁੰਦਾ। ਤੁਹਾਡੀ ਬੇਬੇ ਜੀ, ਡਾਕਟਰ ਸਾਹਿਬ ਕੀ ਹੋਇਆ ਬੇਬੇ ਨੂੰ? ਘਬਰਾਉਣ ਦੀ ਕੋਈ ਲੋੜ ਨਹੀਂ ਜੀ, ਤੁਹਾਡੀ ਬੇਬੇ 5 ਮਿੰਟਾਂ ਬਾਅਦ ਘੋੜੇ ਵਰਗੀ ਹੋ ਜਾਣੀ ਹੈ। ਅੱਛਾ, ਉਹ ਕਿਵੇਂ? ਕੁਛ ਨੀ ਜੀ, ਬੀਪੀ ਉੱਤੇ ਥੱਲੇ ਹੋਇਆ ਸੀਗਾ, ਇੰਜੈਕਸ਼ਨ ਲਾਵਾਂਗੇ ਤੇ ਸਹੀ ਹੋ ਜਾਣੀ ਹੈ ਜੀ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ। ਸ਼ੁਕਰ ਹੈ ਬੇਬੇ, ਤੂੰ ਠੀਕ ਹੋ ਗਈ। ਤੂੰ ਸਾਨੂੰ ਡਰਾਈ ਦਿੱਤਾ ਸੀ, ਸਾਰੇ ਟੱਬਰ ਨੱਚ ਪੜ ਪੈ ਗਈ ਦਿੱਤਾ। ਠੀਕ ਹੈ ਫਿਰ। ਪਿਆਰ ਤਾਂ ਬਹੁਤ ਕਰਦਾ ਸਿਫਤ ਨੂੰ, ਪਰ ਕਿੱਥੇ ਮਾਤ ਲੋਕ ਤੇ ਕਿੱਥੇ ਸਾਡਾ ਭੂਤ ਲੋਕ। ਸਿਫਤ ਹੁਣ ਮੇਰੇ ਮਿੱਠੇ ਦੀ ਬਣੂਗੀ ਕਿ ਕਿਸੇ ਹੋਰ ਦੀ? ਦੇਖਦੇ ਹਾਂ ਹੁਣ ਕਹਾਣੀ ਕਿੱਧਰ ਨੂੰ ਜਾਊਗੀ। ਲੈਟਸ ਗੋ ਸ਼ੀਲਾ। ਅਸੀਂ ਖੜੇ ਹਾਂ ਹਿੰਮਤਪੁਰਾ ਦੇ ਵਿੱਚ, ਜਿੱਥੇ ਕਿ ਰੱਸਾ ਕਸੀ ਦਾ ਮੁਕਾਬਲਾ ਸ਼ੁਰੂ ਹੋਣ ਵਾਲਾ ਹੈਗਾ। ਮੈਚ ਹੋਣੇ ਵਾਲਾ ਹੈ, ਏਕ ਵੋ ਪਿੰਡ ਵਾਲੋ ਕਾ ਇਧਰ ਹਮਰੇ ਪਿੰਡ ਵਾਲੋ ਕਾ। ਲਓ ਜੀ, ਮੈਚ ਬਿਲਕੁਲ ਸਟਾਰਟ ਹੋ ਗਿਆ ਹੈ। ਅਰੇ ਆਪਣਾ ਮੇਨ ਪਲੇਅਰ ਤੋਂ ਰਹਿ ਗਿਆ ਹੈ, ਕਹਾਂ ਰਹਿ ਗਿਆ? ਕਿੰਨਾ ਟਾਈਮ ਲੱਗੂਗਾ? ਹਜੇ ਲੱਗ ਹੀ ਜਾਣਾ ਟਾਈਮ ਜੀ। ਆਉਣਾ ਮੈਂ? ਹਾਂਜੀ। ਹਾਂ ਨੀਟੇ ਭਾਈ, ਜੈਸੇ ਛੇਤੀ ਆ ਜਾ, ਮੈਚ ਤਾਂ ਗਿਆ। ਉਹ ਆ ਰਿਹਾ ਯਾਰ, ਰਸਤੇ ਚ ਹੀ ਆ। ਖਿੱਚੀਏ ਖਿੱਚੀਏ, ਅਰੇ ਤੁੰਬੜ ਬਣ ਵਾਲੇ, ਖਿੱਚੀਏ ਨਾ, ਜੋਰ ਲਗਾਈਏ, ਹਾਂ ਲਗਾਈਏ ਜੋਰ। ਅਰੇ ਦੂਸਰੇ ਵੀ ਮਾੜੇ ਥੋੜੀ ਹੈ ਨਾ, ਉਹ ਜੀਤ ਜਾਣਗੇ। ਹਾਂ ਅਰੇ ਭਾਈ ਜੈਸੇ, ਚੱਟਨੀ ਪਾ ਇਹਦੇ ਚ। ਹੈਲੋ, ਉਬਲੇ ਅੰਡੇ ਹੈਗੇ? ਹੈਗੇ ਆ ਜੀ। ਕਿੰਨੇ ਲੈਣੇ ਆ ਜੀ? 3 ਅੰਡੇ ਦੀ ਭੁਰਜੀ ਬਣਾ ਦੇ ਭਾਈ ਸਾਹਿਬ। ਉਬਲੇਵੇ ਆਂਡਿਆਂ ਦੀ ਵੀ ਕਦੇ ਭੁਰਜੀ ਬਣੀ ਆ ਯਾਰ? ਤੂੰ ਕੀ ਲੈਣਾ ਯਾਰ? ਮੈਂ ਉਹੀ ਨਹੀਂ ਬੋਲੀ ਜਾਂਦਾ, ਮੈਂ ਇਹਦਾ ਵਿਚੋਲਾ ਹਾਂ, ਮੈਂ ਰਿਸ਼ਤਾ ਕਰਾਇਆ ਇਹਨੂੰ। ਤੁਸੀਂ ਰਿਸ਼ਤਾ ਕਰਵਾਉਂਦੇ ਹੋ? ਹਾਂ, ਮੇਰਾ ਰਿਸ਼ਤਾ ਹੋ ਜੂਗਾ। ਕੀ ਗੱਲ ਕਰਤੀ, ਪਵਿੱਤਰ ਸਿੰਘ ਘੁੰਮਣ ਤਾਂ ਲਾ ਦਿੰਦਾ ਦੁਨੀਆ ਝੁੰਮਣ। ਮੇਰੀ ਇੱਕ ਲੱਤ ਖਰਾਬ ਹੈ ਤੇ ਇੱਕ ਬਾਂਹ ਖਰਾਬ ਹੈ। ਮੈਂ ਕਿਹਾ ਇਹ ਲੱਤਾਂ ਬਾਹਾਂ ਤੇਰੀਆਂ ਵੱਡੀਆਂ ਵੀ ਹੁੰਦੀਆਂ ਨਾ, ਮੈਂ ਤਾਂ ਵੀ ਤੈਨੂੰ ਰਿਸ਼ਤਾ ਕਰਾ ਦੇਣਾ ਸੀਗਾ। ਦਫ਼ਤਰ ਕਿੱਥੇ ਤੁਹਾਡਾ? ਦਫ਼ਤਰ ਦਫ਼ਤਰ ਆ ਮੇਰਾ ਦਫ਼ਤਰ। ਨੰਬਰ ਲਿਖਵਾਇਓ। ਲਿਖੋ। ਓ ਮੈਨੂੰ ਕੀ ਹੋਈ ਜਾਂਦਾ, ਮੇਰਾ ਦਿਲ ਘਬਰਾਈ ਜਾਂਦਾ ਥੋੜਾ ਜਿਹਾ। ਸ਼ਿਟ, ਕੀ ਹੋ ਗਿਆ ਬਾਪੂ ਜੀ? ਬਹਿ ਜਾਓ ਤੁਸੀਂ ਮੈਨੂੰ। ਬੇਬੀ ਜੀ ਤੁਸੀਂ ਪੀਣਾ? ਚਾਚਾ ਜੀ, ਚਾਚਾ ਜੀ, ਉਹ ਮੁੰਡਾ
ਆਪਣੀ ਸਕੂਟੀ ਲੈ ਕੇ ਭੱਜ ਗਿਆ। ਆਈ ਕਿਵੇਂ ਲੈ ਗਿਆ, ਤੂੰ ਕਿੱਥੇ ਸੀ? ਮੈਂ ਤਾਂ ਬਜ਼ੁਰਗਾਂ ਕੋਲ ਸੀ। ਬਜ਼ੁਰਗਾਂ ਕੋਲੇ ਕਰੀਆ ਸੇਵਾ? ਆ ਬਸ 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 ਮੇਰੀ ਗੱਲ ਸੁਣੋ ਤੁਸੀਂ, ਇਹ ਤਾਂ ਜੀ ਅੱਜ ਕੱਲ ਦੇ ਮੁੰਡੇ ਨਸ਼ਈ ਹੈ, ਇਹਨਾਂ ਨੇ ਤਾਂ ਸਕੂਟਰੀ ਵੇਚ ਕੇ ਬਸ ਨਸ਼ਾ ਕਰ ਜਾਣਾ, ਕਰ ਕੀ ਜਾਣਾ, ਕਰ ਹੀ ਗਿਆ ਹੋਣਾ। ਤੁਸੀਂ ਆ ਫੜੋ ਚਾਬੀ, ਮੇਰਾ ਸਕੂਟਰ ਲੈ ਕੇ ਜਾਓ ਤੇ ਪਿੱਛਾ ਕਰੋ ਉਹਦਾ। ਮੋੜੂਗਾ ਕਿਵੇਂ? ਉਹ ਮੇਰਾ ਫੋਨ ਨੰਬਰ ਤੁਹਾਡੇ ਕੋਲੇ ਆ, ਤੁਸੀਂ ਛੇਤੀ ਜਾਓ। ਅੱਛਾ ਹਾਂ ਕੁੜੀਏ, ਤੇਰਾ ਤਾਂ ਮੈਨੂੰ ਪਤਾ ਨੀ, ਕੁੜੀ ਦਾ ਰਿਸ਼ਤਾ ਮੈਂ ਹੀ ਕਰਾਊਂ। ਅਰੇ ਖਿੱਚੀਏ ਖਿੱਚੀਏ, ਅਰੇ ਖਿੱਚੀਏ ਖਿੱਚ ਖਿੱਚ, ਹਾਂ ਚੋਰ ਲਗਾਈ, ਅਰੇ ਦੂਸਰੇ ਕੰਮ ਵੱਲ ਲੈ ਕੇ ਖਿੱਚ ਕੇ, ਅਰੇ 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 ਪਿੰਡ ਹਾਰ ਜਾਏਗਾ, ਅਰੇ ਇਹ ਆ ਗਿਆ ਜੱਸਾ ਬਾਈ, ਖਿੱਚੀਏ ਅਭੀ ਨੇ ਹਮਾਰਾ ਪਿੰਡ ਹਾਰੇਗਾ, ਖਿੱਚੀਏ ਬਾਈ ਖਿੱਚੀਏ। ਲਓ ਜੀ ਕੁੰਡੀਓ ਕੇ ਸੱਸ ਕੇ ਹਮ ਨਿੱਤਰੋ ਕੀ ਬਰੇ ਮੇ ਖਾਨੀ, ਅਰੇ ਅਰੇ ਖਿੱਚੀਆ 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 ਖਿੱਚੀਆ, ਜੀਤ ਗਏ ਬਾਈ, ਪਾਈਏ ਭੰਗੜਾ ਪਾ ਦਿਓ ਭੰਗੜਾ ਪੰਜਾਬੀਆਂ ਚੱਕ ਦਿਓ ਫੱਟਾ, ਬਾਜੀ ਮਾ ਕਾਬਲ ਮਾ ਤਾਂ ਜੋ ਕੇ ਤਾਰੀਆਂ ਜੀਤ ਗਏ ਨਾ, ਮੇਰੇ ਬੋਲਾ ਪਾ ਕੇ ਜੀਤ ਕੇ ਦਿਖਾਏਗੇ, ਜੀਤ ਗਏ ਬਾਈ ਜੀਤ ਗਏ, ਹਿੰਮਤਪੁਰੇ ਵਾਲਾ ਪੀਰ ਜੀਤ ਗਏ। ਕਿਹਾ ਸੀ ਨਾ ਮੈਂ ਜੱਸ ਦੇ ਹੁੰਦਿਆਂ ਘਬਰਾਉਣ ਦੀ ਲੋੜ ਨਹੀਂ। ਪਰ ਭਾਈ ਜੱਸੇ ਡਰ ਤਾਂ ਲੱਗਦਾ ਹੀ ਸੀ ਨਾ। ਓ ਯਾਰ ਐਵੇਂ ਕਿਵੇਂ ਨਹੀਂ ਆਉਂਦਾ ਮੈਂ ਆਪਣੇ ਪਿੰਡ ਦੀ ਇੱਜ਼ਤ ਦਾ ਸਵਾਲ। ਆ ਤਾਂ ਸਾਲਾ ਚੱਕ ਲੋ ਚੋਰ ਲੱਗਦਾ। ਇਹ ਨਹੀਂ ਉਹ। ਅੱਛਾ ਉਹ ਦੇਖਣ ਨੂੰ ਤਾਂ ਲੱਗਦਾ ਨਹੀਂ ਪਰ ਫੜ ਲੋ। ਚੱਲ ਵੀ ਮੁੰਡਿਆ ਥਾਣੇ, ਤੇਰੇ ਖਿਲਾਫ ਕੰਪਲੇਂਟ ਆਈ ਮੇਰੇ ਕੋਲ। ਨਾ ਨਾ ਜਨਾਬ, ਮੈਂ ਕੋਈ ਚੋਰੀ ਨਹੀਂ ਕੀਤੀ, ਦਰਅਸਲ ਇੱਥੇ ਸਾਡਾ ਮੈਚ ਚੱਲਦਾ ਸੀ ਰਸਤਾ ਖਿੱਚਣ ਵਾਲਾ, ਤੇ ਮੇਰਾ ਇੱਥੇ ਜਲਦੀ ਪਹੁੰਚਣਾ ਜ਼ਰੂਰੀ ਸੀ, ਤੇ ਰਸਤੇ 'ਚ ਫਾਟਕ ਬੰਦ ਹੋ ਗਿਆ ਤੇ ਮੇਰੀ ਗੱਡੀ ਟ੍ਰੈਫਿਕ 'ਚ ਫਸ ਗਈ। ਜਨਾਬ ਉੱਥੇ ਮੈਨੂੰ ਇਸ ਐਕਟਿਵਾ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਦਿਸਿਆ ਤੇ ਮੈਂ ਜਲਦੀ ਚੱਦਰ ਆ ਗਿਆ। ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਕੀ ਹੋਇਆ ਜੀ? ਸਰਪੰਚ ਸਾਹਿਬ ਹੋਣਾ ਕੀ ਏ, ਇਹ ਮੁੰਡਾ ਇਸ ਕੁੜੀ ਦੀ ਸਕੂਟਰੀ ਪਿਆ ਲਿਆ, ਇਹਦੇ ਖਿਲਾਫ ਮੇਰੇ ਕੋਲ ਚੋਰੀ ਦੀ ਕੰਪਲੇਂਟ ਆ। ਇਹ ਤਾਂ ਜੀ ਸਾਡੇ ਪਿੰਡ ਦੀ ਆਣ ਬਾਣ ਤੇ ਸ਼ਾਨ ਆ, ਇਹ ਪਟਵਾਰੀ ਵੀ ਆ ਤੇ ਖਿਡਾਰੀ ਵੀ ਆ। ਚਲੋ ਠੀਕ ਆ ਫਿਰ, ਮੈਂ ਤਾਂ ਪਹਿਲੇ ਕਿਹਾ ਸੀ ਵੀ ਮੁੰਡਾ ਇਹੋ ਜਿਹਾ ਲੱਗਦਾ ਹੀ ਨਹੀਂ, ਚਲੋ ਫਿਰ ਨਵੇੜੋ ਗੱਲ ਕਰੋ ਮਾਫ ਇਹਨੂੰ। ਚਲੋ ਜੀ ਕੋਈ ਹਾਲ ਨਹੀਂ, ਲੋਕਾਂ ਦਾ ਉਸਦਾ ਟਾਈਮ ਖਰਾਬ ਕਰਦੇ ਆ। ਹਾਂ ਆਉਣਾ ਹੁੰਦਾ, ਇੱਕ ਮਿੰਟ ਜੀ। ਮਾਫ ਕਰਨਾ ਮੇਰੇ ਕਰਕੇ ਤੁਹਾਨੂੰ ਇੰਨੀ ਤਕਲੀਫ ਹੋਈ। ਤੁਹਾਡੀ ਚਾਬੀ। ਸਤਿ ਸ਼੍ਰੀ ਅਕਾਲ ਅਫਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੈਠੋ। ਹਾਂਜੀ ਹੁਕਮ। ਜਨਾਬ ਸਾਨੂੰ ਜ਼ਮੀਨ ਦੀ ਜਮ੍ਹਾਂਬੰਦੀ ਚਾਹੀਦੀ ਆ। ਉਹ ਤਾਂ ਅੱਜ ਕੱਲ੍ਹ ਔਨਲਾਈਨ ਵੀ ਮਿਲ ਜਾਂਦੀ ਹੈ। ਜਨਾਬ ਤੁਹਾਨੂੰ ਪਤਾ ਹੀ ਹੈ ਹੈ ਨਾ, ਅਫਸਰਾਂ ਦੀ ਘੁੱਗੀ ਬਿਨਾਂ ਉਹ ਕਿਹੜੇ ਕੰਮ ਦੀ। ਤੁਸੀਂ ਐਂ ਕਰੋ ਜੀ, ਘੁੱਗੀ ਮਾਰੋ ਅਤੇ ਸੇਵਾ ਪਾਣੀ ਦੱਸੋ ਜੀ ਸਾਨੂੰ। ਸੇਵਾ ਪਾਣੀ? ਹਾਂਜੀ ਉਹ ਤੁਸੀਂ ਦੱਸੋ ਸੇਵਾ ਪਾਣੀ। ਚਾਹ ਮੰਗਾਵਾਂ? ਕਿਹੋ ਜਿਹੀਆਂ ਗੱਲਾਂ ਕਰਦੇ ਹੋ ਜੀ, ਤੁਸੀਂ ਦੱਸੋ ਸੇਵਾ ਪਾਣੀ, ਹੁਕਮ ਕਰੋ ਗਰੀਬਾਂ ਨੂੰ ਤੁਸੀਂ। ਠਹਿਰੋ,
ਤੁਹਾਨੂੰ ਪਤਾ ਤੁਸੀਂ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਰਿਸ਼ਵਤ ਦੇਣਾ ਜੁਰਮ ਹੈ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਨਹੀਂ ਨਹੀਂ ਜਨਾਬ ਕਿਧਰੋਂ ਕਿਧਰ ਦੀਆਂ ਗੱਲਾਂ ਲੱਗ ਗਏ ਤੁਸੀਂ ਕਰਨ ਜੀ ਤੁਸੀਂ ਸਾਫ਼ ਸਾਫ਼ ਦੱਸੋ ਜੀ ਕੀ ਲੈਣਾ ਤੁਸੀਂ ਤੁਸੀਂ ਹਰਨਾਮ ਸਿੰਘ ਹੋ ਨਹੀਂ ਮੈਂ ਧਰਨਾੜ ਜੀ ਮੇਰਾ ਨਾਂ ਹੈ ਜੀ ਹਰਨਾਮ ਸਿੰਘ ਤੁਸੀਂ ਐਂ ਕਰੋ ਇਹ ਦਰਵਾਜ਼ੇ ਤੋਂ ਬਾਹਰ ਜਾਓਗੇ ਨਾ ਸੱਜੇ ਪਾਸੇ ਇੱਕ ਟੇਬਲ ਪਿਆ ਮੈਂ ਹੁਣੇ ਲਿਆਵਾਂ ਜੀ ਨਾ 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 ਲਿਆਉਣਾ ਨਹੀਂ ਉੱਥੇ ਜਾ ਕੇ ਬੈਠਣਾ ਤੇ ਜਿੰਨਾ ਚਿਰ ਬਾਹਰ ਨਹੀਂ ਆਉਂਦੇ ਨਾ ਬੈਠੇ ਰਹਿਣਾ ਜਨਾਬ ਮੇਰਾ ਵਾਹ ਪੈਂਦਾ ਰਹਿੰਦਾ ਅਫਸਰਾਂ ਨਾਲ ਤੁਸੀਂ ਤਾਂ ਉਹੀ ਗੁੱਸਾ ਕਰ ਗਏ ਐਂ ਤਾਂ ਜੀ ਅਫਸਰਾਂ ਦੀ ਕੁੱਕੀ ਦਾਣੇ ਬਿਨਾਂ ਭੁੱਖਾ ਮਰ ਜੂਗੀ ਵਾਹ ਪੈਂਦੀ ਰਹਿੰਦਾ ਜੀ ਮੇਰਾ ਹਰਨਾਮ ਸਿੰਘ ਜੀ ਹਾਂਜੀ ਅਫਸਰੋ ਕੀ ਕਰਨਾ ਜਮ੍ਹਾਂਬੰਦੀ ਦਾ ਗੁੱਡੀ ਦਾ ਵਿਆਹ ਰੱਖਿਆ ਘਰੇ ਬੈਂਕ ਤੋਂ ਕਰਜ਼ਾ ਲੈਣਾ ਬੈਂਕ ਵਾਲੇ ਜਮ੍ਹਾਂਬੰਦੀ ਮੰਗਦੇ ਆ ਹਲੋ ਜੀ ਤੁਹਾਡੀ ਫੀਸ ਫੀਸ ਕਾਹਦੀ ਫੀਸ ਜੀ ਇਹ ਤਾਂ ਮੇਰਾ ਫਰਜ਼ ਹੈ ਇਸੇ ਕੰਮ ਦੀ ਤਾਂ ਸਰਕਾਰ ਤੋਂ ਤਨਖਾਹ ਮਿਲਦੀ ਮੈਨੂੰ ਮਾਲਕ ਤੁਹਾਨੂੰ ਵੱਡਾ ਅਫਸਰ ਬਣਾਵੇ ਤਰੱਕੀਆਂ ਬਖਸ਼ੇ ਧਰਤੀ ਕਿਸੇ ਆਸਰੇ ਤਾਂ ਖੜੀ ਹੈ ਚੱਕ ਜੋਗਿੰਦਰ ਸਿਆ ਯਾਰ ਬਚਾ ਕੇ ਡੇਗ ਨਾ ਲਈ ਬਈ ਇੱਕ ਗੱਲ ਹੈ ਜੋਗਿੰਦਰ ਸਿਆ ਯਾਰ ਆਪਣਾ ਸੁਭਾਅ ਕਿੰਨਾ ਮਿਲਦਾ ਸ਼ਕਲ ਕਿੰਨੀ ਮਿਲਦੀ ਹੈ ਐਂ ਲੱਗਦਾ ਜਿਵੇਂ ਇੱਕੋ ਮਾਂ ਦੇ ਜੰਮੇ ਹੋਈਏ ਤੇ ਇੱਕੋ ਪਿਓ ਦੇ ਜਾਏ ਹੋਈਏ ਮਾਮਾ ਭਾਵੇਂ ਦੋ ਕਰ ਲੈ ਪਰ ਪਿਓ ਇੱਕ ਰੱਖ ਬੜਾ ਸ਼ੁਗਲੀ ਆ ਜੋਗਿੰਦਰ ਸਿਆ ਸ਼ੇਮ ਟੂ ਯੂ ਓ ਯਾਰ ਤੇਰਾ ਭਰਾ ਹੁਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਬਈ ਤੇਰਾ ਵੀਰ ਕੁਆਰੇ ਤੋਂ ਛੜਾ ਹੁੰਦਾ ਜਾਂਦਾ ਇਹਦੇ ਬਾਰੇ ਕਰ ਕੁਛ ਮੈਂ ਕਿਹਾ ਪਵਿੱਤਰ ਸਿੰਘ ਘੁੰਮਣ ਤਾਂ ਲਾ ਦੂ ਦੁਨੀਆ ਝੁੰਮਣ ਮੈਂ ਤਾਂ ਸਾਰਾ ਟੱਬਰ ਵਿਆਹ ਦੂ ਤੁਹਾਡਾ ਟੱਬਰ ਫਿਰ ਉਹੀ ਰੋਂਗ ਗੱਲਾਂ ਹਾਂ ਦੇਖ ਬੇਬੇ ਵਿਆਹੀ ਹੋਈ ਸੀ ਬਾਪੂ ਵੀ ਵਿਆਹ ਹੋਇਆ ਸੀ ਬਾਈ ਵਿਆਹ ਹੋਇਆ ਭਤੀਜ ਵੀ ਵਿਆਹ ਹੋਇਆ ਬਸ ਹੁਣ ਤਾਂ ਭਤੀਜੀ ਦੀ ਡੋਲੀ ਚੱਕਣੀ ਹੈ ਬਾਹਰ ਚੋਂ ਫਿਰ ਬਾਹਰ ਚੋਂ ਵਧੀਆ ਉੱਠੂਗਾ ਆ ਗਿਆ ਘੁੰਮਣ ਸਿਉਂ ਦੀਆਂ ਘੁੰਮਣ ਘੇਰੀਆਂ ਚ ਹੈ ਤੂੰ ਫਿਕਰ ਨਾ ਕਰ ਯਾਰ ਤੇਰੀ ਭਤੀਜੀ ਵਾਸਤੇ ਤਾਂ ਮੈਂ ਘਰ ਦੇਖੀ ਬੈਠਾ ਮੁੰਡਾ ਪਟਵਾਰੀ ਹੈ ਨੌਕਰੀ ਸਰਕਾਰੀ ਹੈ 2000 ਦਿਹਾੜੀ ਹੈ ਲੈ ਫਿਰ ਬਣ ਗਈ ਗੱਲ ਬਸ ਤੂੰ ਮੁੰਡਾ ਧੱਕਾ ਦੱਸ ਕਦੋਂ ਆਵਾਂ ਮੈਂ ਤਾਂ ਕਹਿੰਦਾ ਘੰਟੇ ਤੱਕ ਆ ਜੋ ਹੈ ਐਡਾ ਤੱਤਾ ਨੀ ਤੜਕੇ ਚੱਲ ਠੀਕ ਹੈ ਫਿਰ ਓਕੇ ਚੱਕ ਫਿਰ ਪੈਗ ਡਨ ਕਰ ਡਨ ਮੈਂ ਕਿਹਾ ਜੀ ਪਵਿੱਤਰ ਸਿੰਘ ਘੁੰਮਣ ਤਾਂ ਲਾ ਦੂ ਦੁਨੀਆ ਝੁੰਮਣ ਇਹੋ ਜਿਹਾ ਮੁੰਡਾ ਤਾਂ ਦੀਵਾ ਲੈ ਕੇ ਲੱਭੀਏ ਨਾ ਤਾਂ ਨਹੀਂ ਲੱਭਦਾ ਲੈ ਤੁਸੀਂ ਹੈਰਾਨ ਹੋਵੋਗੇ ਬਈ ਮੈਂ ਬਿਨਾਂ ਦੀਵੇ ਤੋਂ ਹੀ ਲੱਭਤਾ ਮੈਂ ਕਿਹਾ ਮੈਂ ਪਹਿਲਾਂ ਜਾ ਕੇ ਤਿਆਰੀ ਤੂਰੀ ਵੇਖਾਂ ਤਾਂ ਆ ਗਿਆ ਹਾਂ ਦੇਖੋ ਤੇਰੀ ਦੇਖੋ ਆ ਲਓ ਚਾਹ ਤੋਂ ਸ਼ੁਰੂ ਕਰੋ ਪਹਿਲਾਂ ਚਾਹ ਚੈੱਕ ਕਰੋ ਚਾਹ ਪੀਨੇ ਆ ਇਹ ਕਿਹੜਾ ਚਿੱਥਣੀ ਪੈਂਦੀ ਹੈ ਕੋਈ ਨਾ ਜੀ ਪਹਿਲਾਂ ਰਿਸ਼ਤਾ ਤਾਂ ਪੱਕਾ ਹੋਣ ਦੋ ਚਿੱਥਣ ਵਾਲੀ ਚੀਜ਼ ਵੀ ਖਵਾ ਦਾਂਗੇ
ਉਹਨਿੰਦਰ ਤੁਸੀਂ ਪੂਜੇ ਨਾਲ ਸਾਰ ਲਓ। ਲੱਗਦਾ ਸਾਹਿਬ ਦੇ ਹੱਥੋਂ ਅੱਜ ਫੇਰ ਕਿਸੇ ਦੀ ਬੇਇੱਜ਼ਤੀ ਲਿਖੀ ਹੈ। ਬੰਦਾ ਜਾਣਿਆ ਪਛਾਣਿਆ ਜਿਹਾ ਲੱਗਦਾ, ਆਵਾਜ਼ ਵੀ ਸੁਣੀ ਸੁਣਾਈ ਜੀ ਹੈ। ਦੇਖਾਂ ਤਾਂ ਸਹੀ ਫੁੱਫੜਾ ਤੂੰ ਨਹੀਂ ਟਲਿਆ, ਆ ਗਿਆ ਬੇੜੀਆਂ 'ਚ ਵੱਟੇ ਪਾਉਣ। ਪਹਿਲਾਂ ਤੂੰ ਮੈਨੂੰ ਜਿਉਂਦੇ ਜੀ ਨਹੀਂ ਟਿਕਣ ਦਿੱਤਾ। ਲੈ ਫਿਰ ਘੁੰਮਣ ਸਾਹਿਬ, ਹੁਣ ਤੂੰ ਮੇਰੀਆਂ ਘੁੰਮਣ ਘੇਰੀਆਂ ਦੇਖ। ਪੂਜਿਆ ਖਾ ਕੇ ਮੂੰਹ 'ਚ ਮਿਰਚ ਤਾਂ ਲੱਗਦੀਆਂ ਦੇਖੀਆਂ ਨੇ, ਤੁਹਾਡੇ ਹੱਥਾਂ ਨੂੰ ਲੱਗੀਆਂ। ਦਰਅਸਲ ਗੱਲ ਇਹ ਆ ਵੀ ਜਦੋਂ ਮੈਂ ਕੋਈ ਚੀਜ਼ ਖਾਣਾ ਨਾ ਜੀ, ਤਾਂ ਪਹਿਲੀ ਬੁਰਕੀ ਮੈਂ ਧਰਤੀ ਮਾਤਾ ਨੂੰ ਦਿੰਦਾ ਜੀ। ਆ ਪਈ ਹੈ ਜੀ, ਕੋਈ ਨਾ ਜੀ ਪੂਜਿਆ ਹੋਰ ਲੈ ਲਓ। ਹਾਂਜੀ ਹਾਂਜੀ। ਫੁੱਫੜਾ ਬੜਾ ਢੀਠ ਆ, ਮੰਨਦਾ ਨਹੀਂ ਹੈ। ਲਾ ਫਿਰ ਭੁਜੀਏ ਨੂੰ ਹੱਥ। ਆ ਗਏ ਜੀ ਮੁੰਡੇ ਵਾਲੇ, ਆ ਗਏ। ਹੈਲੋ ਨਾ, ਮੇਰੀ ਗੱਲ ਸੁਣੋ, ਆ ਜਿਹੜੀ ਭੈਣ ਜੀ ਨੂੰ ਫੜੀ ਆਉਂਦੇ ਨੇ ਬਿਮਾਰ ਜੀ ਨੂੰ, ਕੌਣ ਹੈ ਉਹ? ਮੁੰਡੇ ਦੀ ਤਾਈ ਹੈ ਜੀ, ਬੀਬੇ ਬਾਪੂ। ਪੈਰੀ ਪੈਣਾ ਬਾਪੂ, ਪੈਰੀ ਪੈਣਾ ਬੇਬੇ। ਬੇਬੇ ਕੀ ਹੋ ਗਿਆ ਤੈਨੂੰ, ਕਿੰਨੀ ਕਮਜ਼ੋਰ ਹੋਈ ਪਈ ਆ, ਧਿਆਨ ਕਿਉਂ ਨਹੀਂ ਰੱਖਦੀ ਆਪਣਾ? ਬਾਪੂ ਤੂੰ ਕਿਉਂ ਨਹੀਂ ਧਿਆਨ ਦਿੰਦਾ? ਧਿਆਨ ਰੱਖਿਆ ਕਰ ਬੇਬੇ ਦਾ, ਨਾਲੇ ਉਹ ਬੈਂਕ ਵਾਲਿਆਂ ਨੇ ਦੁਬਾਰਾ ਗੇੜਾ ਤਾਂ ਨਹੀਂ ਮਾਰਿਆ? ਬੇਬੇ ਹੁਣ ਤੇਰਾ ਸਾਹ ਤਾਂ ਠੀਕ ਰਹਿੰਦਾ। ਲੈ ਫੇਰ ਉਹੀ ਹਾਲ। ਬਾਪੂ ਤੈਨੂੰ ਕਿੰਨੀ ਵਾਰੀ ਕਿਹਾ ਬਈ ਜਦੋਂ ਬੇਬੇ ਬਿਮਾਰ ਹੁੰਦੀ ਆ ਪਿੰਡ ਵਾਲੇ ਦੇਸੀ ਡਾਕਟਰ ਤੋਂ ਦਵਾਈ ਨਹੀਂ ਲੈਣੀ, ਸ਼ਹਿਰ ਲੈ ਕੇ ਜਾਇਆ ਕਰ। ਤੂੰ ਵੀ ਬਸ ਬੇਬੇ ਨਾਲ ਲੜਨ ਜੋਗਾ ਹੀ। ਅੱਜ ਬਾਕੀ ਸਾਰਾ ਕੁਛ ਛੱਡ ਕੇ ਆਪਾਂ ਜੀ ਭਰ ਕੇ ਗੱਲਾਂ ਕਰਦੇ ਹਾਂ, ਮੇਰਾ ਬਹੁਤ ਮਨ ਭਰਿਆ ਪਿਆ। ਬੇਬੇ ਪਹਿਲਾਂ ਤਾਂ ਮੈਂ ਜਦੋਂ ਤੇਰੇ ਨਾਲ 2 ਮਿੰਟ ਨਹੀਂ ਸੀ ਬੋਲਦਾ, ਤੈਨੂੰ ਯਾਦ ਆ ਤੇਰੇ ਹੌਲ ਪੈਣ ਲੱਗ ਜਾਂਦੇ ਸੀ। ਅੱਜ ਤੇਰੇ ਪੁੱਤ ਦਾ ਤੇਰੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ, ਤੂੰ ਮੇਰੀ ਗੱਲ ਹੀ ਨਹੀਂ ਸੁਣ ਰਹੀ। ਬੇਬੇ ਬੇਬੇ ਦੇਖ ਮੈਂ ਤੇਰੇ ਸਾਹਮਣੇ ਬੈਠਾ, ਉਹ ਮੇਰੀ ਗੱਲ ਤਾਂ ਸੁਣ ਲਾ। ਬਾਪੂ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ? ਤੁਹਾਨੂੰ ਪਤਾ ਇਹ ਤੁਹਾਡੀ ਨੂੰਹ ਦਾ ਘਰ ਆ। ਲਓ ਰੱਬ ਦਾ ਨਾਮ ਬਣਦਾ ਬਣਦਾ ਵੇ। ਬਾਪੂ ਹੁਣ ਤੂੰ ਆਪਣੇ ਪੁੱਤ ਦਾ ਹੀ ਘਰ ਪੱਟੇਂਗਾ, ਇਹ ਤੇਰੀ ਨੂੰਹ ਆ ਯਾਰ। ਬੇਬੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ। ਜੱਸੇ ਉਹ ਤੇਰੀ ਭਾਬੀ ਆ ਯਾਰ, ਇਹ ਕਮਾਲ ਹੋ ਗਈ। ਵਧਾਈਆਂ ਬਈ। ਉਹ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ? ਅੱਛਾ ਜੀ, ਸਤਿ ਸ੍ਰੀ ਅਕਾਲ। ਚੰਗਾ ਜੀ ਫਿਰ ਬਾਪੂ, ਸਤਿ ਸ੍ਰੀ ਅਕਾਲ ਜੀ। ਬੇਬੇ ਚੰਗਾ, ਮੈਂ ਪਿਆਰ ਕਰਦਾ ਸਿਫਤ ਨੂੰ। ਚੰਗਾ ਪੁੱਤ, ਤੁਸੀਂ ਗਲਤ ਕਰ ਰਹੇ ਹੋ ਮੇਰੇ ਨਾਲ ਇਹ। ਚੰਗਾ ਪੁੱਤ, ਖੁਸ਼ ਰਹੋ। ਉਹ ਮੈਂ ਨਹੀਂ ਰਹਿ ਸਕਦਾ ਸਿਫਤ ਬਿਨਾ। ਹਾਂ ਜੀ ਸਿਫਤ। ਉਹ ਯਾਰ ਉਹ ਬੇਬੇ ਕਿਉਂ ਨਹੀਂ ਮੇਰੀ ਗੱਲ ਸੁਣ ਰਹੇ? ਮੈਂ ਪਿਆਰ ਕਰਦਾ ਸਿਫਤ ਨੂੰ। ਗੁੱਡੀ ਗੁੱਡੀ, ਤੈਨੂੰ ਤਾਂ ਪਤਾ ਨਾ ਪੁੱਤ ਮੈਂ ਕਿੰਨਾ ਪਿਆਰ ਕਰਦਾ ਸਿਫਤ ਨੂੰ। ਤੂੰ ਸਮਝਾ ਇਹਨਾਂ ਨੂੰ, ਮੈਂ ਨਹੀਂ ਰਹਿ ਸਕਦਾ ਸਿਫਤ ਬਿਨਾ, ਮੈਂ ਨਹੀਂ ਰਹਿ ਸਕਦਾ ਗੁੱਡੀ। ਸ਼ਹਿਰੋਂ ਮੈਲੇ ਆਉਣੇ ਹਲੇਟਾਂ ਵਾਲੇ ਬੂਟ ਮੰਮੀਏ, ਹਲੇਟਾਂ ਵਾਲੇ ਆਹ ਆਹ।
ਚਾਹੀਦਾ। ਓਏ ਅੱਜ ਫੇਰ ਖਿਸਕ ਗਈ, ਇਹ ਵੀ ਗੱਠਜੋੜ ਦੀ ਸਰਕਾਰ ਵਾਂਗੂ ਨਾ ਖਿਸਕੀ ਰਹਿੰਦੀ ਹੈ। ਅੱਜ ਚੱਲ ਤੈਨੂੰ ਪਹਿਲਾਂ ਨਾ ਨਾਲੇ ਵਾਲੀਆਂ ਦਵਾਉਣਾ ਯਾਰ ਨਿਕਰਾ। ਡੈਡੀ ਤੁਸੀਂ ਤਾਂ ਕਹਿੰਦੇ ਹੀ ਰਹਿੰਦੇ ਹੋ ਦਵਾਉਂਦੇ ਤਾਂ ਕੁਛ ਹੈ ਨਹੀਂ। ਓਏ ਜੱਗੀ ਪੁੱਤ, ਇਹ ਘੁੰਮਣ ਸਾਹਿਬ ਹੈ, ਘੁੰਮਣ ਘੇਰੀਆਂ 'ਚ ਹੀ ਰੱਖਦੇ ਆ, ਲੈ ਲੂ ਕੇ ਕੁਛ ਨਹੀਂ ਦਿੰਦੇ। ਅੱਛਾ, ਆ ਜਿਹੜਾ ਸਾਰਾ ਕੁਛ ਪਾਈ ਫਿਰਦੀਆਂ ਇਹ ਕਿਹਨੇ ਲੈ ਕੇ ਦਿੱਤਾ, ਕਿਸੇ ਹੋਰ ਨੇ? ਹੈ ਨਾ, ਮੈਂ ਤੈਨੂੰ ਪਹਿਲਾਂ ਆਹ ਸਵਾ ਨਾ ਦੇਵਾਂ ਢਾਕੇ ਦੀ ਟੈਰਾ ਲੀਨ। ਹੈ ਹਾਂ, ਗੱਲਾਂ ਕਰਦੀ ਹੈ, ਸਮਝਾ ਲਾ ਆਪਦੀ ਮਾਂ ਨੂੰ, ਮੇਰਾ ਸੁਭਾਅ ਬਹੁਤ ਗਰਮ ਹੈ। ਚੱਲ ਬੈਠ ਪੁੱਤ। ਡੈਡੀ ਜੀ ਚਾਬੀ ਲਾ ਦੀ, ਤੁਸੀਂ ਕਿੱਕ ਮਾਰੋ। ਆ ਚੱਕ। ਇਹਨੂੰ ਕੀ ਹੋ ਗਿਆ? ਡੈਡੀ ਰੇਸ ਦਿਓ ਰੇਸ। ਯਾਰ ਢਾਕੇ ਦੀ ਟੈਰਾ ਲੀਨ ਦਾ ਰੰਗ ਤਾਂ ਪੁੱਛਦਾ ਜਾਂਦਾ। ਮੈਨੂੰ ਲੱਗਦਾ ਤੇਰੀ ਮੰਮੀ ਹਿੱਲ ਗਈ। ਓਏ ਇਹਨੂੰ ਹੋਇਆ ਕੀ ਹੈ? ਹੈਂ, ਸੇਵਾ ਭਾਲਦੀ ਆ ਥੋੜੀ ਜੀ ਮੰਮੀ ਤੇਰੀ, ਕਰ ਹੀ ਦੇਵਾਂ ਜਾਂਦਾ ਜਾਂਦਾ ਸੇਵਾ ਜੀ ਤਾਂ ਇਹਦੀ ਮੈਂ। ਮਨ ਅੱਜ ਲਾਉ ਤੇਰੀ ਦੁਨੀਆ ਚ ਮਨ। ਓ ਮੰਮੀ ਛੱਡੋ ਡੈਡੀ ਨੂੰ, ਨੱਚ ਘੁੰਮਣਾ ਨੱਚ, ਜਦੋਂ ਤੱਕ ਤੂੰ ਨੱਚੇਗਾ ਉਦੋਂ ਤੱਕ ਤੇਰੇ ਸਾਹ ਚੱਲਣਗੇ। ਓ ਡੈਡੀ ਨੱਚੋ, ਨੱਚ। ਓ ਡੈਡੀ ਓ ਨੱਚੋ ਮਾੜਾ ਜਾ। ਓ ਕਿੱਥੇ ਅਬ ਲੱਕ ਹਿੱਲੇ ਜਦੋਂ ਮੇਰਾ ਲੁਧਿਆਣਾ ਹਿੱਲਦਾ। ਆ ਲੈ ਨੱਚ ਪਿਆ, ਹੁਣ ਤਾਂ ਛੱਡ। ਓ ਡੈਡੀ ਮੈਨੂੰ ਲੱਗਦਾ ਮੰਮੀ ਦੇ ਕੁਤਕਤਾਰੀਆਂ ਕੱਢਣੀਆਂ ਪੈਣੀਆਂ। ਕੁਤਕਤਾਰੀਆਂ? ਚੱਲ 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 ਬਹਿ ਜਾ ਬਹਿ ਜਾ। ਕੁੜੀ ਵਾਲੇ ਵੀ ਉਡੀਕੀ ਜਾਂਦੇ ਹੋਣੇ ਆ। ਇਹ ਚਲੇ ਵੀ ਗਏ। ਕਿਹੜਾ ਉਹ ਭੈਣ ਦਾ ਪਜਾਮਾ ਆਪਦੀ ਦਾ? ਓਏ ਇੱਥੇ ਗੱਲ ਨਹੀਂ ਕਰਨੀ। ਪਰ ਮੈਂ ਤਾਂ ਬਸ ਭੈਣ ਦਾ ਪਜਾਮਾ ਹੀ। ਇਹ ਵੀ ਨਹੀਂ ਕਹਿਣਾ, ਉੱਥੇ ਬਹਿ ਜਾ। ਬਹੁਤ ਸ਼ਰਾਰਤੀ ਹੈ ਜੀ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਭਾਈ। ਆ ਗੁੱਡੀ ਆਪਣੀ? ਹਾਂਜੀ। ਅੱਛਾ ਅੱਛਾ ਅੱਛਾ, ਇਹ ਨੇ ਪਵਿੱਤਰ ਸਿੰਘ ਜੀ ਘੁੰਮਣ, ਰਿਸ਼ਤੇ ਕਰਾ ਕਰਾ ਕੇ ਲਾ ਦਿੰਦੇ ਨੇ ਦੁਨੀਆ ਝੁੰਮਣ। ਹੈਵੀ ਕੋਲ ਦਾ ਜੋੜ ਟੁੱਟ ਸਕਦਾ, ਪਰ ਇਹਨਾਂ ਦਾ ਕਰਾਇਆ ਰਿਸ਼ਤਾ ਮਤਲਬ ਹੀ ਨਹੀਂ ਬਈ ਟੁੱਟ ਜੇ। ਚਲੋ ਘੁੰਮਣ ਜੀ, ਹੋ ਜਾਓ ਸ਼ੁਰੂ। ਲਓ ਜੀ। ਆ ਮੁੰਡਾ ਨੀ ਜੀ, ਇਹ ਤਾਂ ਤੁਸੀਂ ਇਹ ਸਮਝੋ ਬਈ ਇਹ ਮਾਂ ਦਾ ਸ਼ਕਰ ਭਾਰਾ। ਲਓ ਜੀ ਦੇਖੋ, ਆ ਦੇਖੋ ਜੀ, ਕਿਉਂ ਜੀ ਖੁਸ਼ ਹੋ? ਲੈਲਾ ਲੈਲਾ, ਸ਼ਾਬਾਸ਼ ਲੈਲਾ। ਕਿਉਂ ਜੀ ਰਹਿ ਗਈਆਂ ਅੱਖਾਂ ਟੱਡੀਆਂ? ਕੀ ਕਰੀ ਜਾਂਦੇ ਹੋ? ਇਹ ਕੱਦਾ ਬੰਦਾ ਤਾਂ ਇਹ ਗੋਲੀਆਂ ਚੈੱਕ ਕਰਦੇ ਕਰਦੀ ਮਾਰ ਦਿੰਦੇ ਨੇ, ਕੀ ਬੰਦਾ ਮਰਦਾ ਕਿ ਨਾ ਮਰਦਾ? ਗਲਤੀ ਹੋ ਗਈ, ਆ ਠੋਲਾ ਗਲਤ ਥਾਂ ਵੱਜ ਗਿਆ। ਉਂਗਲ ਵੱਜ ਗਈ ਜੀ ਉਂਗਲ। ਹੁਣ ਦਿਖਾਉਣੇ ਆ ਜੀ ਤੁਹਾਨੂੰ। ਆ ਠੀਕ ਹੈ, ਇਹ ਸੈੱਟ ਹੈ, ਇਹ ਦਿਖਾ ਦੇ। ਪਹਿਲੀ ਗਲਤੀ ਵਾਸਤੇ ਮਾਫੀ ਚਾਹੁੰਦੇ ਆ ਜੀ। ਇਹ ਤੁਸੀਂ ਇਹ ਆ ਦੇਖੋ ਜੀ, ਹੁਣ ਦੇਖੋ ਜੀ, ਤੁਹਾਡੀ ਕੁੜੀ ਦੇ ਪੁੰਨ ਕੀਤੇ ਹੈ ਜੀ ਬਹੁਤ ਵੱਡੇ। ਤੁਹਾਡੇ ਪਰਿਵਾਰ ਚ ਹੀ ਰਲ ਜਾਣਾ ਜੀ ਇਹਨੇ। ਘੁੰਮਣ ਸਾਹਿਬ ਕੀ ਅੱਲ ਪੱਲ ਦਿਖਾਈ ਜਾਂਦੇ ਹੋ? ਜੇ ਕਿਤੇ ਭੁਲੇਖੇ ਨਾਲ ਇਹਨਾਂ ਤੋਂ ਬੰਦਾ ਮਰ ਮਰਾ ਜੇ ਨਾ,
ਇਹ ਬੰਦੇ ਨੂੰ ਸਾੜਦੇ ਨੀ, ਆ ਬੋਡੀ ਗਾਰਡਾਂ ਨੂੰ ਖਵਾ ਦਿੰਦੇ ਨੇ। ਗਲਤੀ ਹੋ ਗਈ ਜੀ, ਦੂਜੀ ਵਾਰ ਮਾਫੀ। ਮਾਫ ਕਰ ਦੋ ਜੀ। ਲਓ ਜੀ, ਹੁਣ ਤੁਹਾਨੂੰ ਜਿਹੜਾ ਮੁੰਡਾ ਦਿਖਾਉਣ ਲੱਗਿਆ ਨਾ, ਇਹਨੂੰ ਵੇਖ ਕੇ ਤਾਂ ਤੁਸੀਂ ਪਾਗਲ ਹੀ ਹੋ ਜਾਓਗੇ। ਬਿਲਕੁਲ ਜੀ। ਆ ਦੇਖੋ, ਜੇ ਗੁੱਡੀ ਆਪਣੀ ਬਾਗੋ ਬਾਗ ਨਾ ਰਹੇ ਤਾਂ ਗਏ ਹੋ ਗਏ ਖੁਸ਼। ਮੈਂ ਤੁਹਾਨੂੰ ਕਿਹਾ ਸੀ ਨਾ, ਫੋਟੋ ਦੇਖ ਕੇ ਪਾਗਲ ਹੋ ਜਾਓਗੇ, ਇਹ ਤਾਂ ਹੋ ਗਿਆ। ਹੁਣ ਤੁਸੀਂ ਦੱਸੋ। ਮੈਂ ਕਿਹਾ ਜੀ, ਅਜੇ ਆ ਕੜੇ ਛਾਪ ਨੂੰ ਪਾਉਣ ਨੂੰ ਤਾਂ ਕੀ ਸੀ ਜੀ, ਰਿਸ਼ਤੇ ਤੋਂ ਬਾਅਦ ਦੇਖਾਂਗੇ ਜੀ ਆਪਾਂ। ਖਾੜੋ ਤੇਰੀ ਵੱਡੇ ਵਿਚੋਲੇ ਦੀ ਪਾਉਣਾ ਤੈਨੂੰ ਛਾਪ। ਮੈਂ ਰਹਿੰਦੀ ਤੇਰੇ ਕੋਲੋਂ ਬੜੀ ਦੂਰ ਨੀ ਗੋਰੀਏ, ਝੁੱਪੀ ਵੱਲ ਜਾਂਦਾ ਹੋ ਬਟੂਰ ਨੀ ਗੋਰੀਏ, ਝੁੱਪੀ ਵੱਲ ਜਾਂਦਾ ਹੋ ਬਟੂਰ ਨੀ ਗੋਰੀਏ। ਅਰੇ ਇਹ ਕਾ ਕਾਟਾ ਖੁੱਲ ਗਿਆ। ਅਰੇ ਕਾਟੇ, ਮੈਂ ਕਰਤਾ ਹੂੰ ਤੇਰਾ ਕਾਟਾ ਬਾਟਾ। ਭਗਵਾਨ ਇਹ ਕੀ ਕਰਨ ਲੱਗੀ ਸੀ? ਮੈਂ ਤਾਂ ਕੱਪੜੇ ਧੋਣ ਚੱਲੀ ਸੀ। ਓਏ ਆ ਕੀ ਸੀ, ਮੈਨੂੰ ਕੀ ਪਤਾ। ਓਏ ਇਹ ਤਾਂ ਪੱਠਿਆਂ ਵਾਲੀ ਮਸ਼ੀਨ ਹੈ, ਕੱਪੜੇ ਧੋਣ ਵਾਲੀ ਨਹੀਂ। ਹਾਂ ਆ ਕੀ ਹੈ? ਕੀ ਹੋਇਆ ਸਰ? ਆ ਫਾਈਲ ਚਾਰ ਵਾਰੀ ਭੇਜੀ ਹੈ ਤੇਰੇ ਕੋਲ ਠੀਕ ਹੋਣ ਲਈ, ਪਰ ਅਜੇ ਤੱਕ ਠੀਕ ਨਹੀਂ ਹੋਈ। ਆਹ ਫਾਈਲ ਸਰ, ਆਹ ਫਾਈਲ ਤਾਂ ਮੈਂ ਦੋ ਵਾਰ ਚੈੱਕ ਕੀਤੀ ਹੈ, ਇਹ ਤਾਂ ਬਿਲਕੁਲ ਓਕੇ ਹੈ। ਜੇ ਓਕੇ ਹੈ ਤਾਂ ਮੇਰਾ ਦਿਮਾਗ ਖਰਾਬ ਆ। ਮੈਂ ਤੇਰੇ ਕੋਲ ਆਇਆ, ਮੈਨੂੰ ਪਤਾ ਹੈ ਕਿ ਫਾਈਲ ਠੀਕ ਕਿਉਂ ਨਹੀਂ ਹੁੰਦੀ, ਕਿਉਂਕਿ ਫਾਈਲ ਮੇਰੇ ਰਿਸ਼ਤੇਦਾਰਾਂ ਦੀ ਹੈ। ਸਰ ਕੀ ਬੋਲ ਰਹੇ ਹੋ? ਇੱਕ ਗੱਲ ਧਿਆਨ ਨਾਲ ਸੁਣ ਲਾ ਕਾਕਾ, ਜੇ ਤੂੰ ਪਟਵਾਰੀ ਹੈ ਨਾ ਤਾਂ ਮੈਂ ਵੀ ਕਾਨੂੰ ਗੋ ਹਾਂ, ਕਾਨੂੰ ਗੋ। ਨਾਲੇ ਇਹ ਗੱਲ ਹੁਣ ਐ ਨਹੀਂ ਖਤਮ ਹੁੰਦੀ, ਇਹ ਗੱਲ ਕਿਸੇ ਹੋਰ ਹਿਸਾਬ 'ਚ ਖਤਮ ਹੋਊਗੀ। ਗਲਤ ਕੀਤਾ ਕਾਕਾ, ਤੈਨੂੰ ਪਤਾ ਨਹੀਂ ਮੈਂ ਕੀ ਚੀਜ਼ ਆ ਤੇ ਮੇਰੀ ਕਿੱਥੋਂ ਤੱਕ ਚੱਲਦੀ ਆ। ਉਹ ਤੇਰੀ ਤਾਂ ਤੇਰੀ ਘਰ ਵਾਲੀ ਮੂਰੇ ਨਹੀਂ ਚੱਲਦੀ, ਤੇ ਆਪਣੇ ਮੂਰੇ ਮੈਂ ਚੱਲਣ ਨਹੀਂ ਦੇਣੀ। ਤੂੰ ਮੂੰਹ ਸੰਭਾਲ ਕੇ ਗੱਲ ਕਰ, ਮੈਂ ਤੈਨੂੰ ਸਸਪੈਂਡ ਕਰਾ ਦੂੰ। ਸਸਪੈਂਡ ਤੇਰੇ ਪਿਓ ਦਾ ਰਾਜ ਹੈ, ਕਰਾ ਸਸਪੈਂਡ, ਕਰਾ। ਚਪੇੜਾ ਵੀ ਮਾਰਦਾ, ਅੱਖਾਂ ਵੀ ਮਾਰਦਾ, ਹੁਣ ਤਾਂ ਪੁੱਤ ਤੈਨੂੰ ਡਿਸਮਿਸ ਕਰਾਉਂ। ਤੂੰ ਡਿਸਮਿਸ ਡਿਸਮਿਸ। ਆ ਕੀ ਹੋਇਆ ਸਰ? ਨਾਲੇ ਮੈਂ ਇੱਥੇ ਕਿੱਦਾਂ ਆ ਗਿਆ ਤੇ ਤੁਸੀਂ ਮੈਨੂੰ ਡਿਸਮਿਸ ਕਿਉਂ ਕਰਾਉਣਾ ਚਾਹੁੰਦੇ ਹੋ? ਓਏ ਹਾਏ ਓ ਰੱਬਾ, ਮਾਰ ਮਾਰ ਕੇ ਮੇਰਾ ਤਾਰ ਕਮਾਤਾ, ਅਜੇ ਕਹਿੰਦਾ ਆ ਕੀ ਹੋਇਆ? ਮੈਂ ਮਾਰਿਆ ਸਰ? ਨਹੀਂ ਸਰ, ਇਹ ਕਿੱਦਾਂ ਹੋ ਸਕਦਾ? ਤੂੰ ਕੁਝ ਨਹੀਂ ਕਰਨਾ, ਹੁਣ ਤਾਂ ਜੋ ਕੁਝ ਕਰਨਾ ਮੈਂ ਹੀ ਕਰਨਾ। ਨਾ ਸਰ, ਮੇਰੀ ਗੱਲ ਸੁਣੋ ਸਰ, ਮੇਰੀ ਗੱਲ ਤਾਂ ਸੁਣੋ ਸਰ। ਬੰਬ 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 ਇੰਗੀ ਮਿੰਗੀ ਬਿੰਗ ਤੜਿੰਗੀ, ਆ ਗਿਆ ਬਾਬਾ ਹਰੜ ਪੜਿੰਗੀ, ਭੂਤਾਂ ਦੇ ਨਾਲ ਲਾਉਂਦਾ ਸਿੰਗੀ। ਦੇਖ ਰਹੇ ਹੋ ਅੰਗਰੇਜ਼ੀ ਦਾਰੂ ਦੀ ਬੋਤਲ? ਅੰਗਰੇਜ਼ੀ ਦਾਰੂ ਦੀ ਬੋਤਲ ਨਹੀਂ ਬੱਚਾ, ਇਹਦੇ ਵਿੱਚ ਭੂਤਾਂ ਕਾਇਦਾ। ਬਾਬਾ ਭੂਤਾਂ ਨੂੰ ਰੱਖਦਾ ਮਦਹੋਸ਼, ਨਾਲੇ ਭੂਤਾਂ ਕੁੱਕੜ ਖਾਂਦੀਆਂ, ਨਾਲੇ ਖਾਣ ਖਰਗੋਸ਼। ਉਹ ਤੁਸੀਂ
ਫਿਲਮ ਦੇਖੀ ਆ ਦਲਜੀਤ ਵਾਲੀ? ਐ ਸਰਦਾਰ ਜੀ, ਹਾਂਜੀ 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 ਦੇਖੀ ਆ। ਜਦੋਂ ਉਹ ਭੂਤਾਂ ਕੈਦ ਕਰਦਾ ਫਿਲਮ ਦੇ ਵਿੱਚ, ਉਹ ਕੰਮ ਬਾਬਿਆਂ ਨੇ ਸਿਖਾਇਆ, ਬੰਬੇ ਤੱਕ ਪਹੁੰਚਾਇਆ, ਨਾਲੇ ਕਰੋੜਪਤੀ ਬਣਾਇਆ। ਜੈ ਬਾਬਿਆਂ ਦੀ। ਲਓ ਬਈ, ਹੁਣ ਅੰਬ ਡਿੱਗਣ ਚਾਹੇ ਬੰਬ, ਤੁਸੀਂ ਅੱਖਾਂ ਰੱਖਣੀਆਂ ਬੰਦ। ਬਾਬਾ ਜੀ ਖਫਕਾ ਜਾ ਹੋਈ ਜਾਂਦਾ ਹੈ। ਮੈਂ ਕਿਹਾ ਜੀ ਖਫਕ ਕੇ ਦੇਖੋ ਕੀ ਹੋ ਰਿਹਾ। ਨਾ ਭਾਈਆ, ਬਾਬਾ ਜੀ ਦਾ ਹੁਕਮ ਮੰਨਣਾ, ਬੰਬ ਡਿੱਗਣ ਜਾਏ ਅੰਬ, ਆਪਾਂ ਨਹੀਂ ਅੱਖਾਂ ਖੋਲਣੀਆਂ। ਅੱਖਾਂ ਖੋਲੋ। ਹਾਂ ਬਾਬਾ ਜੀ, ਆ ਤੁਹਾਡਾ ਮੂੰਹ ਕਿਵੇਂ ਸੜੀ ਬੈਟਰੀ ਵਰਗਾ ਹੋਇਆ ਪਿਆ ਜੀ? ਤੁਹਾਡੇ ਘਰੇ ਬਹੁਤ ਤਕੜੀਆਂ ਤਕੜੀਆਂ ਭੂਤਾਂ ਹੈ, ਤੇ ਬਾਬਿਆਂ ਦੀ ਉਹਨਾਂ ਭੂਤਾਂ ਨਾਲ ਬਹੁਤ ਮੁੱਠ ਭੇੜ ਹੋਈ ਹੈ, ਗੁੱਥਮ ਗੁੱਥਾ ਹੋਏ ਹੈ, ਜੁੰਡੋ ਜੁੰਡੀ ਹੋਏ ਹੈ। ਝੂਠ ਨਾ ਬੋਲਿਓ, ਤੁਹਾਡੇ ਮੁੰਡੇ ਦਾ ਰਿਸ਼ਤਾ ਪਰਸੋਂ ਹੀ ਤੈਅ ਹੋਇਆ। ਹਾਂਜੀ ਬਾਬਾ ਜੀ। ਹਾਂਜੀ, ਉਸ ਕੁੜੀ ਦਾ ਸਾਇਆ ਇਸ ਘਰ ਵਾਸਤੇ ਬਹੁਤ ਭਾਰੀ ਹੈ, ਵਿਚੋਲੇ ਦੀ ਮੌਤ ਹੋ ਸਕਦੀ ਹੈ। ਬਾਬਾ ਜੀ, ਮੈਂ ਤਾਂ ਇਹ ਵਿਚੋਲਗੀ ਦਾ ਕੁੱਤਾ ਕੰਮ ਹੀ ਛੱਡ ਦੇਣਾ ਜੀ। ਆ ਲਓ ਜੀ, ਆ ਚੱਕੋ, ਇਹ ਸਾਬਣ ਲਾ ਕੇ ਲੱਥਣ ਗਿਆ ਜੀ ਬਾਬਾ ਜੀ। ਮੈਂ ਤਾਂ ਕਹਿੰਦੀ ਹਾਂ ਜੀ, ਤੁਸੀਂ ਰਿਸ਼ਤਾ ਤੋੜ ਦਿਓ, ਆਪਾਂ ਨੇ ਭਾਈਆ ਥੋੜੀ ਮਰਵਾਉਣਾ। ਮਾਂ ਪਿਓ ਦੀ ਸਭ ਤੋਂ ਪਹਿਲਾਂ ਹੋ ਸਕਦੀ ਹੈ। ਮੈਂ ਤਾਂ ਕਹਿੰਦੀ ਹਾਂ ਜੀ, ਰਿਸ਼ਤਾ ਛੇਤੀ ਤੋੜੋ। ਤੋੜ ਦਾਂਗੇ ਬਾਬਾ ਜੀ, ਰਿਸ਼ਤਾ ਤੋੜਵਾ ਦੇਵਾਂਗੇ ਬਾਬਾ ਜੀ, ਤੋੜਵਾ ਦੇਵਾਂਗੇ। ਐਂ ਦੱਸ, ਕੱਲ ਤੇਰੇ ਘਰ ਵਾਲੀ ਤੇਰੇ ਨਾਲ ਗੱਬਰ ਸਿੰਘ ਵਾਂਗੂ ਪੇਸ਼ ਆਈ ਜਾਂ ਨਹੀਂ ਆਈ? ਹਾਂ ਆਈ ਬਾਬਾ ਜੀ, ਆਈ। ਚੰਗੀ ਤਰ੍ਹਾਂ ਯਾਦ ਕਰ, ਜਦੋਂ ਤੂੰ ਰਿਸ਼ਤਾ ਕਰਵਾਉਣ ਲਈ ਫੋਟੋਆਂ ਦਿਖਾਈਆਂ ਤਾਂ ਤੇਰੇ ਨਾਲ ਕੀ ਵਾਪਰਿਆ? ਆ ਜੀ, ਲੱਤ ਤੇ ਸਰੀਆ ਪਿਆ ਹੋਇਆ। ਤੁਹਾਨੂੰ ਤਾਂ ਜੀ ਲੱਤ ਮੋੜਨ ਤੱਕ ਮਤਲਬ ਹੈ, ਜੇ ਮੈਂ ਕਰੀ ਜਾਵਾਂ। ਮੇਰੀ ਗੱਲ ਸੁਣੋ ਜੀ, ਮੈਨੂੰ ਯਾਦ ਆ ਗਿਆ, ਭੁੱਲਿਆ ਪਿਆ ਸੀ, ਮੇਰੇ ਵੀ ਸਰੀਆ ਪਿਆ ਵਾ ਜੀ। ਕਿੱਥੇ ਪਿਆ ਹੋਏ? ਮੇਰੇ ਕਿੱਥੇ? ਮੇਰੀ ਧੌਣ ਚ ਪਿਆ ਵਾ ਜੀ। ਕੱਢ ਦਿੰਦੇ ਹਾਂ, ਚਲੋ ਕੱਢੋ ਡਰ ਬੈਠਕਾ। ਮੇਰੀ ਗੱਲ ਸੁਣੋ ਜੀ, ਮੈਨੂੰ ਨਾ ਸ਼ੂਗਰ ਹੈ, ਮੈਂ ਅੱਜ ਤੋਂ ਬਾਅਦ ਵਿਚੋਲਗੀ ਦਾ ਕੁੱਤਾ ਕੰਮ ਹੀ ਛੱਡ ਦੇਣਾ। ਮੁੰਦਰੀਆਂ ਆ ਲਾ ਦੋ, ਆ ਚੱਕ, ਦੁਬਾਰਾ ਨਹੀਂ ਕਰਨਾ ਕੰਮ ਇਹ। ਹਾਂ ਬਾਬਾ ਜੀ, ਧੰਨੋ ਬਾਬਾ ਜੀ, ਧੰਨੋ ਤੁਸੀਂ। ਰਿਸ਼ਤਾ ਤੋੜਨ ਲਈ ਤਿਆਰ ਹੋ? ਬਾਬਾ ਜੀ ਤੋੜ ਦਾਂਗੇ, ਤੁਸੀਂ ਚਾਹ ਪਾਣੀ ਦੀ ਸੇਵਾ ਦੱਸੋ। ਨਹੀਂ, ਬਾਬੇ ਇਸ ਘਰ ਦਾ ਅੰਨ ਪਾਣੀ ਉਦੋਂ ਹੀ ਗ੍ਰਹਿਣ ਕਰਨਗੇ ਜਦੋਂ ਇਹ ਰਿਸ਼ਤਾ ਟੁੱਟੂਗਾ। ਇੱਕੀਵੀਂ ਸਦੀ ਚ 16ਵੀਂ ਸਦੀ ਦੀਆਂ ਗੱਲਾਂ ਇਹ ਸਭ ਕੀ ਹੈ ਬਾਪੂ ਜੀ? ਮੈਂ ਤਾਂ ਹੈਰਾਨ ਹਾਂ, ਤੁਸੀਂ ਉਸ ਤਾਂਤਰਿਕ ਨੂੰ ਘਰੇ ਵੜਨ ਕਿਵੇਂ ਦਿੱਤਾ? ਹੋਏ ਪੁੱਤਰਾ, ਮੈਂ ਕਾਹਨੂੰ ਵੜਨ ਦਿੱਤਾ, ਇਹਨਾਂ ਨੂੰ ਪੁੱਛ ਲੈ। ਬਈ ਜਸ, ਸਦੀਆਂ ਸੁਦੀਆਂ ਦਾ ਤਾਂ ਮੈਨੂੰ ਕੁਛ ਨਹੀਂ ਪਤਾ, ਪਰ ਯਾਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਓ ਫੁੱਫੜ ਜੀ, ਤੁਸੀਂ ਵੀ ਇਹੋ ਜਿਹੀਆਂ ਗੱਲਾਂ ਕਰੋਗੇ? ਹਾਂ, ਮੈਂ ਤਾਂ ਬਈ ਇਹੋ ਜਿਹੀਆਂ ਗੱਲਾਂ ਕਰੂੰਗਾ। ਆ ਘੁੰਮਣ ਸਿੰਘ ਨੇ ਤਾਂ ਨਾ ਆ ਵਿਚੋਲਗੀ ਵਾਲੀਆਂ ਘੁੰਮਣ ਘੇਰੀਆਂ ਛੱਡ ਦੇਣੀਆਂ, ਕੁੱਤਾ ਕੰਮ ਇਹ ਬਸ। ਓ ਫੁੱਫੜਾ, ਐ ਕਿਸੇ ਦੀ ਧੀ ਤੇ ਇਲਜ਼ਾਮ ਲਾ ਕੇ ਰਿਸ਼ਤਾ ਤੋੜ ਦੇਣਾ, ਇਹ ਠੀਕ ਗੱਲ ਹੈ? ਕਾਕੇ, ਉਹ ਤਾਂਤਰਿਕ ਕਹਿੰਦਾ ਮਾਂ ਬਾਪ ਨੇ ਤੇਰੇ ਨੇ ਨਹੀਂ ਬਚਣਾ,
ਨੌਕਰੀ ਤੇਰੀ ਨੀ ਬਚਣੀ, ਫੁੱਫੜ ਨੇ ਤੇਰੇ ਨੇ ਨੀ ਬਚਣਾ। ਹੁਣ ਦੱਸ, ਇਲਜ਼ਾਮ ਨਾ ਲਾਈਏ ਤਾਂ ਹੋਰ ਕੀ ਕਰੀਏ? ਤੁਸੀਂ ਜੋ ਮਰਜ਼ੀ ਕਹੋ, ਪਰ ਮੈਨੂੰ ਇੰਨਾ ਪਤਾ ਸਿਫਤ ਮੈਨੂੰ ਪਸੰਦ ਹੈ ਤੇ ਇਸ ਘਰ ਦੀ ਨੂੰ ਉਹੀ ਬਣ ਕੇ ਆਊਗੀ। ਲੈ ਕਰ ਲਓ ਅੱਜ ਕੱਲ੍ਹ ਦੇ ਮੁੰਡਿਆਂ ਨਾਲ ਗੱਲ। ਚਲੋ ਠੀਕ ਹੈ, ਜਾਂ ਉਹ ਇਸ ਘਰ 'ਚ ਆਊਗੀ ਜਾਂ ਮੈਂ ਇਸ ਘਰ 'ਚ ਰਹੂੰਗੀ। ਹੁਣ ਫੈਸਲਾ ਤੁਸੀਂ ਕਰ ਲਿਓ। ਗੱਲ ਤਾਂ ਸੁਣੋ। ਕੀ ਯਾਰ, ਚੌਕਲੇਟ ਹੀਰੋ, ਭੂਆ ਨੂੰ ਤਾਂ ਹੁਣ ਕੋਈ ਹੋਰ ਹੀ ਲੈ ਜੂਗਾ। ਤੂੰ ਸਾਈਡ ਤੇ ਬਹਿ ਕੇ ਸੈਡ ਸੌਂਗ ਸੁਣਿਆ ਕਰੀ। ਹਾਏ ਹਾਏ, ਨਾਲੇ ਹੀਰੋ ਕਹਿਣੀ ਆ ਤੇ ਮੇਰੀ ਗੁੱਡੋ ਦੇ ਹੀਰੋ ਦੀ ਹੀਰੋਇਨ ਨੂੰ ਐਂ ਕਿਵੇਂ ਕੋਈ ਹੋਰ ਲੈ ਜੂਗਾ? ਤੂੰ ਬਸ ਦੇਖਦੀ ਜਾਈ। ਗੁੱਡੀ ਪੁੱਤ, ਕੌਣ ਹੈ ਇੱਥੇ? ਕੋਈ ਨੀ, ਮਾਣੋ ਬਿੱਲੀ ਆ। ਮਾਣੋ ਬਿੱਲੀ, ਚੱਲ ਆ ਜਾ, ਤੈਨੂੰ ਚੂਰੀ ਖਵਾਵਾਂ। ਆਨੀ ਆ। ਨਾਲੇ ਬਿੱਲੀ ਨੀ, ਬਿੱਲਾ। ਬਿੱਲਾ ਸਿਫਤ ਦੇ ਸਹੁਰੇ ਕਿਵੇਂ ਆ ਗਏ? ਮੈਨੂੰ ਲੱਗਦਾ ਆ ਵੀ ਜਵਾਬ ਦੇਣ ਆਏ ਨੇ। ਦਰ ਫਿੱਟੇ ਮੂੰਹ, ਜਦੋਂ ਬੋਲੂ ਪੁੱਠੇ ਬੋਲੂ, ਕਾਲੀ ਜਵਾਨ ਵਾਲਾ ਨਾ ਹੋਵੇ ਤਾਂ। ਤੂੰ ਚੁੱਪ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਦਾ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਓ ਜੀ, ਸਤਿ ਸ਼੍ਰੀ ਅਕਾਲ। ਬੈਠੋ ਕਰ, ਆਜੋ ਭਾਈ ਸਾਹਿਬ। ਸਤਿ ਸ਼੍ਰੀ ਅਕਾਲ, ਬੈਠੋ। ਵਧੀਆ ਬਾਈ, ਹੋਰ ਵੀ ਘਰ ਪਰਿਵਾਰ ਸਭ ਠੀਕ ਠਾਕ ਹੈ? ਹਾਂਜੀ ਹਾਂਜੀ, ਠੀਕ ਹੈ ਜੀ। ਭਾਈ ਸਾਹਿਬ। ਹਾਂਜੀ। ਤੁਸੀਂ ਅਚਾਨਕ ਇੱਥੇ ਕਿਵੇਂ? ਸਭ ਸੁੱਖ ਸ਼ਾਂਤ ਹੈ? ਹਾਂਜੀ ਹਾਂਜੀ, ਸੁੱਖ ਸ਼ਾਂਤ ਤਾਂ ਜੀ ਜ਼ਿੰਦਗੀ ਦਾ ਹਿੱਸਾ ਹੈ। ਬੰਦੇ ਨੂੰ ਦਿਲ ਤਕੜਾ ਰੱਖਣਾ ਚਾਹੀਦਾ ਜੀ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਜੀ। ਜੇਖਤੀ ਅੱਜ ਰਿਸ਼ਤੇ ਨੂੰ ਜਵਾਬ ਦੇ ਗਏ ਨਾ, ਮੈਂ ਤੁਹਾਨੂੰ ਦੱਸਦਾ ਮੈਂ ਜੋਗਿੰਦਰ ਟੁੰਡੇ ਦੇ ਹੱਥੋਂ ਸੁੱਕੇ ਨਹੀਂ ਜਾਂਦੇ। ਚੁੱਪ ਹੈ। ਭਾਈ ਸਾਹਿਬ ਨੇ ਕੁਛ ਕਿਹਾ? ਨਹੀਂ ਨਹੀਂ, ਇਹਨੇ ਕੁਛ ਨਹੀਂ ਕਿਹਾ। ਦਰਅਸਲ ਗੱਲ ਇਹ ਹੈ ਵੀ ਸਾਡੇ ਤਾਂ ਸਾਰੇ ਟੱਬਰ ਦੇ ਸਾਹ ਸੁੱਕੇ ਪਏ ਹੈ। ਤੁਸੀਂ ਦੱਸੋ ਗੱਲ ਕੀ ਹੈ? ਭਾਈ ਸਾਹਿਬ, ਘੁੰਮਣ ਸਾਹਿਬ ਨੇ ਜਿੰਨੀ ਗੱਲ ਘੁਮਾਉਣੀ ਸੀ ਘੁਮਾ ਤੀ, ਇਸ ਤੋਂ ਅੱਗੇ ਹੋਰ ਨਹੀਂ ਘੁੰਮਦੀ। ਹੁਣ ਤੁਸੀਂ ਗੱਲ ਕਰੋ। ਮੈਂ? ਹਾਂ। ਚੱਲ ਵੀ ਚਾਚਾ, ਦੇ ਜਵਾਬ ਫਿਰ, ਨਹੀਂ ਮੈਨੂੰ ਦੇਣਾ ਪਊ ਹੁਣ ਤੇਰੇ ਚ ਵੜ ਕੇ। ਓ ਜੀ ਨਾ, ਅਸੀਂ ਨਾ ਸਿਰਫ ਹਾਈ। ਸ਼ੀਲਾ ਦੀ ਜਵਾਨੀ, ਤੂੰ ਇੱਥੇ? ਤੂੰ ਅੱਧੀ ਕਹਾਣੀ ਸੁਣਾ ਕੇ ਤੁਰਦਾ ਬਣਿਆ, ਮੈਨੂੰ ਉਦੋਂ ਦੀ ਚੈਨ ਨਹੀਂ ਪੈ ਰਹੀ। ਤੂੰ ਨਾ ਕਹਾਣੀ ਪੂਰੀ ਕਰ ਦੇ, ਨਹੀਂ ਤੇ ਮੈਂ ਮਰ ਜੂ। ਉਹ ਮਰੀ ਤਾਂ ਹੋਈ ਆ, ਹੁਣ ਗਾਂ ਦੱਸ ਹੋਰ ਕਿੱਥੇ ਮਰੇਗੀ ਤੂੰ? ਹੁਣ ਤਾਂ ਜਿੱਦੇ ਮਰੀ ਨਾ ਤੇਰੇ ਤੇ ਮਰੂ ਮਿੱਠਿਆ। ਟਰਾਈ ਮਾਰਦੀ ਆ? ਕੋਈ ਸ਼ੱਕ, ਬਿਲਕੁਲ ਮਾਰਦੀ ਆ। ਮੈਨੂੰ ਜਿਹੜੇ ਅਸ਼ਕ ਦੀ ਲੋੜ ਸੀ ਨਾ, ਉਹ ਮੈਨੂੰ ਤੇਰੇ 'ਚ ਹੀ ਦਿਸਦਾ ਮਿੱਠਿਆ। ਉਹ ਤੂੰ ਜਾ ਯਾਰ, ਮੇਰਾ ਮਸਲਾ ਹੱਲ ਹੋਣ ਲੱਗਿਆ ਉੱਧਰ। ਆਹਾ, ਰੁਕ ਜਾ, ਹੁਣੇ ਉਨਾ ਚਿਰ ਨਹੀਂ ਹਿਲਦੇ ਜਿੰਨਾ ਚਿਰ ਤੂੰ ਮੈਨੂੰ ਕਹਾਣੀ ਨਹੀਂ ਸੁਣਾਉਂਦਾ। ਚੱਲ ਸ਼ੁਰੂ ਹੋ ਜਾ। ਐਂ ਕਰੇਂਗੀ ਹੁਣ? ਹਾਂ, ਐਂ ਕਰੂੰਗੀ ਮਿੱਠਿਆ। ਚੱਲ ਫਟਾਫਟ ਸੁਣਾ ਦੇ ਮੈਨੂੰ ਕਹਾਣੀ। ਚੰਗਾ ਦੱਸ, ਕਿੱਥੇ ਛੱਡੀ ਸੀ? ਪਹਿਲਾਂ ਵਾਲੀ ਯਾਦ ਆ? ਹਾਂ, ਪਟਵਾਰੀ ਵਾਲੀ ਗੱਲ ਤੇ ਛੱਡੀ ਸੀ, ਉੱਥੋਂ ਹੀ ਚੱਕ ਲਾ। ਹੋ ਜਾ ਸਟਾਰਟ।
ਅੱਲਾ ਫੁੱਫੜਾ ਬਈ ਪਵਿੱਤਰ ਸਿੰਘ ਘੁੰਮਣ ਨੂੰ ਇੱਕ ਗੱਲ ਸਮਝ ਨਹੀਂ ਆਈ। ਬੋਤਲ ਵੀ ਤੁਹਾਡੀ, ਮੁਰਗਾ ਵੀ ਤੁਹਾਡਾ ਤੇ ਫੁੱਫੜ ਵੀ ਸਾਡਾ ਹੀ ਆ। ਉਹ ਤਾਂ ਹੈਗਾ ਹੀ ਹੈ, ਪਰ ਵਿਚਲੀ ਗੱਲ ਦੱਸੋ ਪੁੱਤ ਕੀ ਹੈ? ਉਹ ਤਾਂ ਫੁੱਫੜਾ ਮੈਂ ਐਂ ਕਹਿੰਦਾ ਸੀ ਬਈ ਉਹ ਨਾ ਜਿਵੇਂ ਬਈ ਮੁੱਦੇ ਤੇ ਆ, ਤੀਰ ਨਿਸ਼ਾਨੇ ਤੇ ਲਾ। ਉਹ ਫੁੱਫੜਾ ਮੈਂ ਦੱਸਦਾ, ਮਸਲਾ ਕੁੜੀ ਦਾ, ਰਿਸ਼ਤਾ ਕਰਾਉਣਾ ਹੈ। ਹਾਂ ਹੋ ਜਾਊਗਾ, ਪਰ ਉਹ ਮੁੰਡਾ ਪਟਵਾਰੀ ਭਾਲਦੀ ਆ। ਪਟਵਾਰੀ? ਪਟਵਾਰੀ ਵੀ ਹੈਗਾ ਨਿਗਾਹ ਚ ਮੇਰੇ? ਲੈ ਕਰ ਲਾ ਗੱਲ, ਮੈਂ ਤੈਨੂੰ ਕਿਹਾ ਸੀ ਨਾ ਇੱਥੇ ਹੁੰਦਾ ਕਿਤੇ ਮੇਰਾ ਫੁੱਫੜ। ਉਹ ਤੂੰ ਚੁੱਪ ਕਰ, ਮੈਨੂੰ ਲੱਗਦਾ ਫੁੱਫੜ ਦੇ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਆਈ। ਆ ਗਈ ਸਮਝ, ਆ ਗਈ ਮੇਰੇ, ਪਟਵਾਰੀ ਤੂੰ ਲੱਗਣਾ। ਲੈ ਕਿਉਂ, ਤੈਨੂੰ ਮੈਂ ਕਿਹਾ ਸੀ ਨਾ, ਪਰ ਤੂੰ ਪਟਵਾਰੀ ਨਹੀਂ ਲੱਗ ਸਕਦਾ। ਮੈਂ ਤੈਨੂੰ ਕਿਹਾ ਸੀ ਨਾ ਇੱਥੇ ਹੁੰਦਾ ਕਿਤੇ ਮੇਰਾ ਫੁੱਫੜ। ਉਹ ਤੂੰ ਚੁੱਪ ਕਰ। ਹਾਂ ਮਾਸਟਰ ਲਾ ਦੂੰ, ਉਹ ਵੀ ਸਰਕਾਰੀ, 50,000 ਰੁਪਇਆ ਤਨਖਾਹ, ਇੱਕ ਕੁਰਸੀ ਬੈਠਣ ਨੂੰ, ਦੂਜੀ ਲੱਤਾਂ ਰੱਖਣ ਨੂੰ, ਜਵਾਕ ਕੁੱਟਣ ਨੂੰ ਫ੍ਰੀ। ਜਾ ਜਾ ਕੇ ਕਹਿ ਦੇ ਤੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਬਈ ਤੂੰ ਕਿੱਧਰ? ਮੈਂ ਤੁਹਾਡੇ ਪਿੱਛੇ। ਕੀ ਸਾਡੇ ਪਿੱਛੇ? ਉਹ ਮੈਂ ਉਦਣ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ ਵੀ ਮੇਰਾ ਫੁੱਫੜ ਰਿਸ਼ਤੇ ਕਰਾਉਂਦਾ, ਬਸ ਉਹਦੇ ਬਾਰੇ ਹੀ ਗੱਲ ਕਰਨ ਆਇਆ ਸੀ। ਚਲੀਏ, ਤੂੰ ਚੁੱਪ ਕਰ, ਰਿਸ਼ਤਾ ਲੈ ਕੇ ਆਇਆ। ਮਿਲ ਗਿਆ ਪਟਵਾਰੀ ਫਿਰ ਤੈਨੂੰ? ਨਹੀਂ ਜੀ, ਬਸ ਉਹੀ ਪੁੱਛਣਾ ਸੀ ਬਈ ਪਟਵਾਰੀ ਦੀ ਥਾਂ ਤੇ ਮਾਸਟਰ ਚੱਲੂ। ਮਾਸਟਰ ਤਾਂ ਖਰਾਬ ਹੁੰਦੇ ਨੇ, ਉਹ ਤੇ ਹੋਮਵਰਕ ਹੀ ਬੜਾ ਦਿੰਦੇ ਨੇ। ਉਹ ਨਹੀਂ ਨਹੀਂ ਪੁੱਤ, ਇਹੋ ਜਿਹਾ ਮਾਸਟਰ ਨਹੀਂ। ਇਹ ਮਾਸਟਰਾਂ ਨੇ ਜਿਹੜਾ ਕੰਮ ਦਿਆ ਕਰਨਾ ਉਹ ਮਾਸਟਰ ਨੇ ਤੇਰਾ ਸਾਰਾ ਹੋਮਵਰਕ ਕਰ ਦਿਆ ਕਰਨਾ, ਫਿਰ ਚੱਲੂ। ਹਾਂ ਫਿਰ ਓਕੇ ਆ। ਅੱਛਾ ਫਿਰ ਮੁੰਡਾ ਹੈ ਕਿਹੋ ਜਿਹਾ? ਉਹ ਮੁੰਡਾ ਤਾਂ ਜੀ ਬਸ ਜਮਾ ਮੇਰੀ ਡਿਟੋ ਕਾਪੀ ਆ, ਬਸ ਉਹਨੂੰ ਲੁਕੋ ਲਓ, ਮੈਨੂੰ ਕੱਢ ਲਓ, ਮੈਨੂੰ ਕੱਢ ਲਓ, ਉਹਨੂੰ ਲੁਕੋ ਲਓ। ਸ਼ਰਮਾ ਗਈ, ਲਓ ਜੀ ਇਸੇ ਖੁਸ਼ੀ ਚ ਕਰੋ ਮੂੰਹ ਮਿੱਠਾ। ਲੈ ਪੁੱਤ। ਥੈਂਕ ਯੂ। ਲਓ ਜੀ ਤੁਸੀਂ ਵੀ ਲੈ ਲਓ ਜੀ। ਬਸ ਠੀਕ ਆ ਜੀ, ਮੈਂ ਛੇਤੀ ਮਿਲਦਾ, ਬਾਏ। ਬਾਏ ਇੱਦਾਂ ਨਹੀਂ ਕਰੀਦੀ। ਕਿਉਂ, ਹੋਰ ਕਿੱਦਾਂ ਕਰੀਦੀ ਆ? ਪਹਿਲਾਂ ਐ ਕਰੋ, ਫਿਰ ਇੱਦਾਂ ਕਰੋ, ਫਿਰ ਇੱਦਾਂ ਕਰਨਾ। ਹਾਂ ਬਈ ਮੁੰਡਿਓ ਚੱਕੋ ਯਾਰ, ਹੈ ਫੁੱਫੜਾ ਚੱਕ ਤਾਂ ਲੈਨੇ ਆ। ਮੈਂ ਤਾਂ ਐ ਪੁੱਛਦਾ ਸੀ ਬਈ ਉਹ ਮਾਸਟਰ ਵਾਲੀ ਗੱਲ ਦਾ ਕੀ ਬਣਿਆ ਬਈ? ਔਖਾ ਉਦੋਂ ਤਾਂ ਕਹਿੰਦਾ ਸੀ ਮੈਂ ਮਿੰਟ ਲਾਉਂ, ਹੁਣ ਔਖਾ ਕਿਉਂ ਹੋ ਗਿਆ? ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਹੁੰਦਾ ਕਿਤੇ ਮੇਰਾ ਫੁੱਫੜਾ। ਫੁੱਫੜਾ ਮੈਂ ਲਾ ਲਿਆ ਹਿਸਾਬ ਤੇਰਾ, ਹੈ ਨੀ ਤੇਰੇ ਚ ਦਮ? ਨਾ ਇਹਨਾਂ ਨੇ ਭੂਆ ਬਿਨਾਂ ਦਮ ਤੋਂ ਹੀ ਦੇਤੀ। ਉਦੋਂ ਨਿਆਣੇ ਸੀ ਨਾ ਅਸੀਂ। ਹੈ ਉਹ ਕੁਛ ਨੀ ਫੁੱਫੜਾ, ਤੂੰ ਗੱਲ ਦੱਸ ਬਈ ਹੁਣ ਬਣੂ ਕੀ? ਹਾਂ ਇਹਦਾ ਹੱਲ ਵੀ ਹੈਗਾ, ਬਿਜਲੀ ਬੋਰਡ ਦੇ ਵਿੱਚ ਜਿੰਨੇ ਵੱਡੇ ਛੋਟੇ ਅਫਸਰ ਸਾਰਿਆਂ ਦੇ ਰਿਸ਼ਤੇ ਮੈਂ ਕਰਵਾਏ ਆ, ਤੈਨੂੰ ਲੈਣ ਮੈਣ ਲਵਾ ਦੂੰ ਪੱਕਾ। ਫੁੱਫੜਾ ਥੱਲੇ ਨੂੰ ਹੀ ਆਈ ਜਾਣਾ, ਹੁਣ ਤਾਂ ਫਿਰ ਦੁਬਾਰੇ ਗੱਲ ਕਰਨੀ ਪਊ। ਸਤਿ ਸ਼੍ਰੀ ਅਕਾਲ ਜੀ। ਤੂੰ ਅੱਜ ਫੇਰ ਇੱਥੇ? ਮੈਂ ਬਸ ਇਹ ਪੁੱਛਣ ਆਇਆ ਸੀ ਵੀ ਮੁੰਡਾ ਮਾਸਟਰ ਦੀ ਜਗ੍ਹਾ ਤੇ ਲਾਈਨਮੈਨ ਚੱਲ ਜੂ।
ਓਹੋ, ਮਾਸਟਰ ਜੀ ਨੇ ਤੇ ਮੇਰਾ ਹੋਮਵਰਕ ਕਰ ਦਿਆ ਕਰਨਾ ਸੀ। ਲਾਈਨਮੈਨ ਦਾ ਕੀ ਫਾਇਦਾ? ਉਹ ਪੁੱਤ ਬੜੇ ਫਾਇਦੇ ਆ ਲਾਈਨਮੈਨ ਦੇ। ਤੁਹਾਡੇ ਘਰੋਂ ਕਦੇ ਲਾਈਟ ਹੀ ਨਹੀਂ ਜਾਇਆ ਕਰਨੀ। ਭਾਖੜੇ ਨਾਲ ਹੀ ਤਾਰਾਂ ਜੋੜ ਦਿਆਂਗੇ, ਚਾਹੇ ਸਾਰਾ ਦਿਨ ਬੈਠ ਕੇ ਡੋਰੇਮੋਨ ਦੇਖੀ ਜਾਈ। ਹੈ? ਹਾਂ ਭੂਆ, ਫਿਰ ਤੇ ਲਾਈਨਮੈਨ ਹੀ ਵਧੀਆ। ਪਰ ਇਹ ਤਾਂ ਦੱਸ, ਮੁੰਡਾ ਹੈ ਕਿਹੋ ਜਿਹਾ? ਮੁੰਡਾ ਤਾਂ ਇਹ ਵੀ ਮੇਰੀ ਫੋਟੋ ਸਟੇਟ ਹੀ ਆ ਜੀ। ਬਸ ਉਹਨੂੰ ਲੁਕੋ ਲੋ, ਮੈਨੂੰ ਕੱਢ ਲੋ, ਮੈਨੂੰ ਕੱਢ ਲੋ, ਉਹਨੂੰ ਲੁਕੋ ਲੋ। ਹੈ, ਇਹ ਕਿਵੇਂ ਹੋ ਸਕਦਾ? ਕੋਇਨਸੀਡੈਂਸ। ਸੋਚੋ ਨਾ ਜੀ, ਤੁਸੀਂ ਆ ਮੂੰਹ ਮਿੱਠਾ ਕਰੋ। ਆ ਲੋ, ਤੂੰ ਵੀ ਲੈ ਪੁੱਤ, ਲੈ ਵੀ ਫੁੱਫੜਾ। ਮੈਂ ਤਾਂ ਕਰਾਇਆ ਲਾਈਨਮੈਨ ਨੂੰ ਪਾਸ, ਹੁਣ ਤੂੰ ਦੱਸ ਭਰਤੀ ਕਦੋਂ ਕਰਾ ਰਿਹਾ? ਬਿਜਲੀ ਬੋਰਡ ਦੇ ਜਿੰਨੇ ਅਫਸਰਾਂ ਦੇ ਮੈਂ ਵਿਆਹ ਕਰਵਾਏ ਸੀ ਨਾ, ਉਹ ਸਾਰਿਆਂ ਦੇ ਘਰੇ ਕੁੱਤ ਕਲੇਸ਼ ਬਹੁਤ ਰਹਿੰਦਾ। ਇਹ ਲੈਂਡ ਮੈਨੀ ਵਾਲਾ ਕੰਮ ਔਖਾ। ਲੈ, ਉਹ ਰਹਿ ਗਿਆ ਨਾ ਸਕਿਉਰਟੀ ਗਾਰਡ ਦਾ। ਸਕਿਉਰਟੀ ਗਾਰਡ, ਮੈਂ ਤੈਨੂੰ ਪਹਿਲਾਂ ਕਿਹਾ ਸੀ ਇੱਥੇ ਹੁੰਦਾ ਕਿਤੇ ਮੇਰਾ ਫੁੱਫੜ। ਨਾ ਗੱਲ ਸੁਣੋ, ਇੱਥੇ ਹੁੰਦਾ ਕਿਤੇ ਮੇਰਾ ਫੁੱਫੜ, ਮੇਰਾ ਫੁੱਫੜ। ਜੇ ਤੇਰਾ ਫੁੱਫੜ ਹੁੰਦਾ ਤਾਂ ਫੇਰ ਕੀ ਹੁੰਦਾ, ਇਹ ਦੱਸ ਪਹਿਲਾਂ। ਮੈਂ ਇਹੀ ਤਾਂ ਕਹੀ ਜਾਂਦਾ, ਜੇ ਫੁੱਫੜ ਹੁੰਦਾ ਤਾਂ ਜਦੋਂ ਭੂਆ ਹੀ ਹੈ ਨੀ, ਫਿਰ ਫੁੱਫੜ ਕਿੱਥੋਂ ਹੋਣਾ? ਜਾ ਪਕਾਈ ਮਾਰਦਾ। ਉਦਾਸ ਨਾ ਹੋ ਪੁੱਤਰਾ, ਇੱਕ ਲਾਸਟ ਆਪਸ਼ਨ ਮੇਰੇ ਕੋਲ ਹੈਗੀ ਆ, ਹੋਮ ਗਾਰਡ ਭਰਤੀ ਕਰਾ ਦੂੰ। ਆਏ ਫੁੱਫੜਾ, ਜੇ ਤੂੰ ਮੇਰੇ ਪਿਓ ਦਾ ਜੀਜਾ ਨਾ ਹੁੰਦਾ, ਤੈਨੂੰ ਮੈਂ ਦੱਸ ਦਿੰਦਾ ਵੀ ਲਾਰੇ ਕਿਵੇਂ ਲਾਈ ਦੇ। ਆ ਲੈ ਪੁੱਤ, ਸਾਡੀ ਫੈਕਟਰੀ 'ਚ ਪਾਰਟੀ ਆ ਤੇ ਤੁਸੀਂ ਸਾਰਿਆਂ ਨੇ ਆਉਣਾ। ਗੱਲ ਇਨਵੀਟੇਸ਼ਨ ਤੱਕ ਪਹੁੰਚ ਗਈ। ਬਸ, ਪਰ ਇੱਕ ਗੱਲ ਮੈਨੂੰ ਸਮਝ 'ਚ ਨਹੀਂ ਆਉਂਦੀ, ਤੂੰ ਸਾਨੂੰ ਲੱਭ ਕੇ ਮਿਲਣਾ? ਉਹ ਬਸ ਜੀ, ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ। ਮਤਲਬ? ਉਹ ਮੈਂ ਤਾਂ ਉਹ ਆਪਣੇ ਰਿਸ਼ਤੇ ਵਾਲੀ ਗੱਲ ਨਹੀਂ ਸੀ ਚੱਲਦੀ, ਬਸ ਉਹੀ ਕਰਨ ਆਇਆ ਸੀ। ਲੱਭਿਆ ਫਿਰ ਕੋਈ? ਉਹ ਨਾ ਜੀ, ਉਹ ਤਾਂ ਬਚੋਲਾ ਬਾਹਲਾ ਹੀ ਮਾੜਾ ਨਿਕਲ ਗਿਆ। ਮਤਲਬ ਲਾਈਨਮੈਨ ਕੈਂਸਲ? ਪੁੱਤ, ਉਹਦੇ ਬਹੁਤ ਨੈਗੇਟਿਵ ਪੁਆਇੰਟ ਨੇ। ਕੀ? ਸਾਰਾ ਦਿਨ ਤਾਂ ਖੰਭਿਆਂ ਤੇ ਚੜੇ ਰਹਿੰਦੇ। ਹਾਂਜੀ, ਤੇ ਖੰਭੇ ਤੇ ਚੜੇ ਬੰਦੇ ਦਾ ਕੀ ਪਤਾ ਜੀ, ਉਤਰੇ ਉਤਰੇ ਨਾ ਉਤਰੇ ਨਾ ਉਤਰੇ। ਕਰ ਲਾ ਗੱਲ, ਮੈਂ ਰਿਸ਼ਤਾ ਇੱਕ ਹੋਰ ਲੱਭਿਆ। ਪਰ ਪਤਾ ਤਾਂ ਲੱਗੇ ਵੀ ਮੁੰਡਾ ਕਰਦਾ ਕੀ ਹੈ? ਸਕਿਉਰਟੀ ਗਾਰਡ ਆ ਜੀ। ਮਾਪਿਆਂ ਦਾ ਕੱਲਾ ਕੱਲਾ ਮੁੰਡਾ, ਫੌਜ 'ਚ ਉਹਨਾਂ ਨੇ ਜਾਣ ਨਹੀਂ ਦਿੱਤਾ। ਦੇਸ਼ ਦੀ ਰਾਖੀ ਕਰਨੀ ਚਾਹੁੰਦਾ ਸੀ, ਉਹ ਕਰ ਨਹੀਂ ਸਕਿਆ। ਹੁਣ ਬਹੁਤ ਵੱਡੀ ਫੈਕਟਰੀ ਦੀ ਰਖਵਾਲੀ ਕਰ। ਫੈਕਟਰੀ ਜ਼ਿੰਮੇਵਾਰੀ? ਪਤਾ ਤਾਂ ਲੱਗੇ ਮੁੰਡਾ ਹੈ ਕਿਹੋ ਜਿਹਾ। ਉਹ ਤਾਂ ਜੀ ਬਸ ਉਹੀ ਬਈ, ਉਹਨੂੰ ਲੁਕੋ ਲੋ ਤੇ ਮੈਨੂੰ ਕੱਢ ਲੋ। ਇੱਕ ਮਿੰਟ, ਉਹਨੂੰ ਲੁਕੋ ਲੋ, ਤੈਨੂੰ ਕੱਢ ਲੋ, ਤੂੰ ਤਾਂ ਬਾਹਰ ਦਾ ਬਾਹਰ ਹੀ ਰਿਹਾ ਫਿਰ। ਉਹ ਐਕਚੁਅਲੀ ਮੈਂ ਅੰਦਰ ਜਾ ਨਹੀਂ ਸਕਦਾ ਨਾ। ਕਿਉਂ? ਕਿਉਂਕਿ ਮੁੰਡਾ ਇਹੀ ਹੈ ਜੀ। ਚੌਕਲੇਟ ਹੀਰੋ ਤੁਸੀਂ ਹੋ? ਗੁੱਸੇ ਵਾਲੀ ਭੈਣ ਜੀ, ਹੁਣ ਤੁਸੀਂ ਨਾ ਨਾ ਕਰਵਾ ਦਿਓ। ਜੇ ਤੁਸੀਂ ਨਾ ਕਰਤੀ ਨਾ, ਮੈਂ ਮਰ ਜਾਣਾ। ਜੇ ਇਹਨੇ ਹਾਂ ਕਰਤੀ, ਮਰ ਤੂੰ ਤਾਂ ਵੀ ਜਾਣਾ। ਤੂੰ ਚੁੱਪ ਕਰ ਓਏ। ਓਹੋ, ਚੌਕਲੇਟ ਕੱਢੋ, ਕਰਾਓ ਮੂੰ ਮਿੱਠਾ, ਰਿਸ਼ਤਾ ਪੱਕਾ। ਰੁਕ ਜਾ, ਵਿਆਹ ਸ਼ਾਦੀ ਦੀਆਂ ਗੱਲਾਂ ਇੱਦਾਂ ਨਹੀਂ ਹੁੰਦੀਆਂ। ਪਰਸੋਂ ਤੁਹਾਡੇ ਪਾਰਟੀ ਆ ਨਾ, ਅਸੀਂ ਉੱਥੇ ਆ ਕੇ ਦੱਸਾਂਗੀਆਂ ਹਾਂ ਏ ਜਾਂ ਨਾ ਏ। ਨਾ ਸੁਸਤੀ ਕੋ ਪਾਈ ਹੋਈ ਹੈ ਵੀ? ਸਰ, ਮਨੋਰੰਜਨ ਨਹੀਂ ਹੋ ਰਿਹਾ। ਤੇ ਮਨੋਰੰਜਨ ਦਾ ਪ੍ਰਬੰਧ ਕਿਹਨੇ ਕਰਨਾ ਸੀ? ਸ਼ਰਮਾ ਜੀ ਨੇ। ਸ਼ਰਮਾ ਜੀ ਕੌਣ ਆ?
ਦੱਸ ਹੁਣ ਮਨੋਰੰਜਨ ਕੌਣ ਕਰੂਗਾ? ਸਾਹਿਬ ਜੀ ਐਕਚੁਅਲੀ ਮੇਰਾ ਗਲਾ ਖਰਾਬ ਹੈ ਬਟ ਸਾਹਿਬ ਤੁਸੀਂ ਥੋੜੀ ਆਪਣਾ ਹਰ ਮਸਲਾ ਇੱਕ ਹੀ ਬੰਦਾ ਹੱਲ ਕਰਦਾ ਹੈ ਤੇ ਮੈਂ ਹੁਣੇ ਸਾਹਿਬ ਸਿੰਘ ਨਾਲ ਗੱਲ ਕਰਦਾ ਚੱਲ ਐਸ ਟੀ ਗੋਲਡ ਕੰਪਨੀ ਦੇ ਐਨੂਅਲ ਫੰਕਸ਼ਨ ਨੂੰ ਰੰਗੀਨ ਬਣਾਉਣ ਦੇ ਲਈ ਮੈਂ ਇੱਕ ਸੌਂਗ ਪੇਸ਼ ਕਰਾਵਾਂਗਾ ਸਾਡੀ ਫੈਕਟਰੀ ਦੀ ਆਨ ਬਾਨ ਸ਼ਾਨ ਮਿਸਟਰ ਸਾਹਿਬ ਸਿੰਘ ਓਏ ਆ ਕੀ ਬੋਲੀ ਜਾਂਦਾ ਮੈਂ ਕਿੱਥੋਂ ਗਾ ਲੂੰਗਾ ਓਏ ਹੋਏ ਕੱਢ ਲਾ ਕੀੜੇ ਗਾਉਣ ਵਾਲੇ ਕੀ ਚੱਕਰ ਪੈਂਦਾ ਤੈਨੂੰ ਲੈ ਸਿਫ ਤੱਕ ਸਾਰਿਆਂ ਨੂੰ ਬੇਨਤੀ ਹੈ ਮਾਰੋ ਤਾੜੀਆਂ ਉਹ ਕਿੱਧਰ ਚੱਲਿਆ ਮੇਰੀ ਗੱਲ ਸੁਣ ਹੁਣ ਤਾਂ ਭਾਬੀ ਆਈ ਆ ਇਹਦੇ ਸਾਹਮਣੇ ਤਾਂ ਗਾਲਾ ਤੇਰੀ ਤਾਂ ਸ਼ਕਲ ਵੀ ਰਵਿੰਦਰ ਗਰੇਵਾਲ ਨਾਲ ਮਿਲਦੀ ਆ ਕਰਦੇ ਭਾਬੀ ਨੂੰ ਪ੍ਰੈਸ ਉਹ ਚੱਲ 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 ਸ਼ਾਬਾਸ਼ ਸ਼ਾਬਾਸ਼ ਉਹ ਗਾਲਾ ਚੱਲ ਪੱਟੀ ਵਾਲੇ ਫੁਲਕਾਰੀਆਂ ਦਵਾ ਦਿਆਂ ਨਾਲੇ ਖੀਨ ਖਾਬ ਦਾ ਕੋਈ ਸੂਟ ਜਿਹਾ ਸਵਾ ਦਿਆਂ ਚੱਲ ਪੱਟੀ ਵਾਲੇ ਫੁਲਕਾਰੀਆਂ ਦਵਾ ਦਿਆਂ ਨਾਲੇ ਖੀਨ ਖਾਬ ਦਾ ਕੋਈ ਸੂਟ ਜਿਹਾ ਸਵਾ ਦਿਆਂ ਜਿਹੜਾ ਵੀ ਤੂੰ ਕਹੀਂ ਉਹੀ ਸ਼ੌਕ ਮੈਂ ਪਗਾ ਦਿਆਂ ਉਹੋ ਵੀ ਤਾਂ ਕੱਢ ਗੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਜਿਹਦਾ ਇੱਕੋ ਇੱਕ ਹੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਇਹਦਾ ਇੱਕੋ ਇੱਕ ਹੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਇਹਦਾ ਇੱਕੋ ਇੱਕ ਹੱਲ ਤੂੰ ਪੱਕੀ ਐਡੀ ਤੇਰੇ ਰਾਹਾਂ ਵਿੱਚ ਹਾਨਣੇ ਚੜ ਗਿਆ ਗੱਭਰੂ ਨਿਗਾਹਾਂ ਵਿੱਚ ਹਾਨਣੇ ਪੱਕੀ ਐ ਡਿਊਟੀ ਤੇਰੇ ਰਾਹਾਂ ਵਿੱਚ ਹਾਨਣੇ ਚੜ ਗਿਆ ਗੱਭਰੂ ਨਿਗਾਹਾਂ ਵਿੱਚ ਹਾਨਣੇ ਭਰੀ ਬੈਠਾ ਨਾਮ ਤੇਰਾ ਸਾਹਾਂ ਵਿੱਚ ਹਾਨਣੇ ਮੇਰੇ ਨਾਂ ਦਾ ਕੂੜਾ ਪਾ ਲੈ ਬਾਹਾਂ ਵਿੱਚ ਹਾਨਣੇ ਤੇਰੀਆਂ ਮੰਨੂੰਗਾ ਨੀ ਮੈਂ ਗੱਲਾਂ ਸਾਰੀਆਂ ਮਨ ਮਿੱਤਰਾਂ ਦੀ ਇੱਕ ਗੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਜਿਹਦਾ ਇੱਕੋ ਇੱਕ ਹੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਜਿਹਦਾ ਇੱਕੋ ਇੱਕ ਹੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਜਿਹਦਾ ਇੱਕੋ ਇੱਕ ਹੱਲ ਤੂੰ ਭੂਆ ਮੈਂ ਆਈਸਕ੍ਰੀਮ ਖਾ ਕੇ ਆਈ ਜਰਾ ਠੀਕ ਆ ਇਹ ਉਹ ਤਾਂ ਤੇਰੇ ਮਗਰੇ ਪੈ ਗਿਆ ਵੈਸੇ ਦੇਖਿਆ ਜਾਵੇ ਤਾਂ ਮੁੰਡਾ ਸਾਊ ਵੀ ਬਹੁਤ ਹੈ ਤੈਨੂੰ ਪਿਆਰ ਵੀ ਬਹੁਤ ਕਰਦਾ ਚੁੱਪ ਕਰਕੇ ਹਾਂ ਕਰ ਦੇ ਕੱਲੇ ਕੱਲੇ ਤੇਰੇ ਨਖਰੇ ਦਾ ਮੁੱਲ ਪਾ ਦਾ ਚੱਕਿਆ ਨੀ ਜਾਂਦਾ ਬਿੱਲੋ ਚਾਹ ਤੇਰੀ ਹਾਂ ਦਾ ਕੱਲੇ ਕੱਲੇ ਤੇਰੇ ਨਖਰੇ ਦਾ ਮੁੱਲ ਪਾ ਦਾ ਚੱਕਿਆ ਨੀ ਜਾਂਦਾ ਬਿੱਲੋ ਚਾਹ ਤੇਰੀ ਹਾਂ ਦਾ ਸਾਰੇ ਨੀ ਮੈਂ ਬੇਲੀਆਂ ਨੂੰ ਫੋਨ ਖੜਕਾ ਦਾ ਅੰਬੇ ਵਾਲਾ ਤਾਜ ਹੁਣੇ ਬੁੱਕ ਕਰਵਾ ਦਾ ਘਰੇ ਜੱਟ ਦੇ ਤੂੰ ਬਿੱਲੋ ਐਸ਼ ਕਰੇਗੀ ਅੱਗੇ ਬਣਦਾ ਕੀ ਵੇਖੀ ਚੱਲ ਤੂੰ
ਸਵਾਲ ਸਾਡੀ ਜ਼ਿੰਦਗੀ ਦਾ ਏ ਇਹਦਾ ਇੱਕੋ ਇੱਕ ਹੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਇਹਦਾ ਇੱਕੋ ਇੱਕ ਹੱਲ ਤੂੰ ਸਵਾਲ ਸਾਡੀ ਜ਼ਿੰਦਗੀ ਦਾ ਏ ਜਿਹਦਾ ਇੱਕੋ ਇੱਕ ਹੱਲ ਤੂੰ ਓ ਸਭ ਨਾਮ ਤਾਂ ਲੈ ਜਾ ਮੈਨੇ ਤਾਂ ਜੀ ਮੇਰੀਆਂ ਤਾਂ ਭਰਾਈਆਂ ਗੁੱਸੇ ਵਾਲੇ ਭੈਣ ਜੀ ਹੁਣ ਇੱਕ ਮਿੰਟ ਗੱਲ ਸੁਣਿਓ ਜੀ ਤੁਸੀਂ ਚੱਲੋ ਹਾਂ ਤੁਸੀਂ ਤਾਂ ਇੰਨਾ ਨੇੜੇ ਹੋ ਸਿਫਤ ਦੇ ਤੁਹਾਨੂੰ ਤਾਂ ਪਤਾ ਹੀ ਹੋਣਾ ਉਹਦੇ ਦਿਲ 'ਚ ਕੀ ਆ ਇੰਨੇ ਦਿਨ ਹੋ ਗਏ ਮਗਰ ਫਿਰਦੇ ਨੂੰ ਦੱਸ ਦਿਓ ਨਾ ਕੀ ਸੋਚਦੀ ਆ ਮੇਰੇ ਬਾਰੇ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਅੱਛਾ ਤੈਨੂੰ ਹੁਣ ਹਾਂ ਜਾਂ ਨਾ ਦਾ ਜਵਾਬ ਚਾਹੀਦਾ ਨਹੀਂ ਜੀ ਸਿਰਫ ਹਾਂ ਦਾ ਜੇ ਕਿਤੇ ਉਹਨੇ ਨਾ ਕਰਤੀ ਨਾ ਮੈਂ ਮਰ ਜਾਣਾ ਤੇ ਜੇ ਕਿਤੇ ਹਾਂ ਹੋ ਗਈ ਮਰਨ ਤਾਂ ਵੀ ਜਾਣਾ ਓਏ ਚਲੋ ਠੀਕ ਆ ਜੇ ਤਾਂ ਅੱਜ ਸਕੂਟੀ ਚਲਾਈ ਸਿਫਤ ਨੇ ਫਿਰ ਤਾਂ ਮੰਨ ਲਿਓ ਵੀ ਉਹਦੀ ਹਾਂ ਹੈ ਨਹੀਂ ਨਾ ਹੈ ਜੇ ਸਕੂਟੀ ਚਲਾਈ ਮੈਂ ਤਾਂ ਸਮਝ ਲਿਓ ਵੀ ਹਾਂ ਹੈ ਤੇ ਇੱਕ ਗੱਲ ਹੋਰ ਹਾਂ ਹੋਵੇ ਜਾਂ ਨਾ ਹੋਵੇ ਅਗਲੇ ਹਫ਼ਤੇ ਮੇਰਾ ਵਿਆਹ ਹੈ ਤੂੰ ਉਸ ਦਿਨ ਤੱਕ ਸਾਡੇ ਮਗਰ ਨਹੀਂ ਆਉਣਾ ਕੋਈ ਨਾ ਜੀ ਕੋਈ ਨਾ ਨਹੀਂ ਆਉਂਦੇ ਪੁੱਤ ਉੱਠੋ ਤੁਸੀਂ ਬੋਲਦੇ ਕਾ ਤੋਂ ਨਹੀਂ ਉੱਠੋ ਫਿਟੇ ਮੂੰਹ ਤੇਰੇ ਮੈਂ ਸੋਚਿਆ ਸੀ ਕਮ ਸੇ ਕਮ ਜੇ ਯੋਧਿਆਂ ਦੀ ਨੀ ਤਾਂ ਆਸ਼ਕਾਂ ਦੀ ਮੌਤ ਤਾਂ ਮਰਿਆ ਹੀ ਹੋਏਗਾ ਪਰ ਤੂੰ ਤਾਂ ਜ਼ਮੀਨ ਨਿੱਗਰ ਗਿਆ ਭੋਰਾ ਸਵਾਦ ਨਹੀਂ ਆਇਆ ਤੇਰੀ ਕਹਾਣੀ ਸੁਣ ਕੇ ਚੱਲ ਬਰੇ ਚੱਲੀ ਆ ਮੈਂ ਤਾਂ ਜਾ ਫਿਰ ਮੈਂ ਕਿਹੜਾ ਤੈਨੂੰ ਸੱਦਾ ਪੱਤਰ ਭੇਜ ਕੇ ਬੁਲਾਇਆ ਸੀ ਅੱਛਾ ਚੱਲੀ ਆ ਮੈਂ ਆ ਜਾਓ ਬੀਜੀ ਅੰਦਰ ਚੱਲੀਏ ਭਾਈ ਸਾਹਿਬ ਮੇਰਾ ਖਿਆਲ ਤੁਸੀਂ ਕੁਛ ਕਹਿ ਰਹੇ ਸੀ ਹਾਂਜੀ ਮੈਂ ਕਹਿ ਰਿਹਾ ਸੀ ਮੈਂ ਕਹਿ ਦਿਓ ਕਹਿ ਦਿਓ ਮੈਂ ਕਹਿ ਰਿਹਾ ਸੀਗਾ ਜੇ ਆਪਾਂ ਵਿਆਹ ਅਗਲੇ ਹਫ਼ਤੇ ਹੀ ਰੱਖ ਲਈਏ ਫਿਰ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਆਪਾਂ ਅਗਲੇ ਹਫ਼ਤੇ ਵਿਆਹ ਰੱਖ ਲਈਏ ਰਿਸ਼ਤੇਦਾਰਾ ਆਹ ਗੱਲ ਕਿੱਧਰ ਨੂੰ ਘੁਮਾਤੀ ਤੈਨੂੰ ਵੀ ਤੁਸੀਂ ਫਿਕਰ ਨਾ ਕਰੋ ਆਪਾਂ ਕਾਰਜ ਸਿਰੇ ਲਾਈਏ ਨਾਲੇ ਮੈਂ ਜਸਦੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਹਾਂ ਇਹ ਫੈਸਲਾ ਲਿਆ ਚਾਚਾ ਨਹੀਂ ਟਲਿਆ ਹੁਣ ਤੂੰ ਮੇਰੇ ਹੱਥ ਦੇਖੀ ਫਿਰ ਚਲੋ ਸ਼ੁਕਰ ਆ ਰੱਬ ਦਾ ਇੱਕ ਤਾਂ ਵਧੀਆ ਹੋ ਗਿਆ ਜਿਹੜਾ ਕਾਰ ਵਿਹਾਰ ਜਾਂ ਮੌਕੇ 'ਤੇ ਨਿਬੜ ਲੱਗਿਆ ਨਾ ਇਹਦੇ ਵਰਗੀ ਰੀਸ ਨਹੀਂ ਹੈ
ਉਹ ਤਾਂ ਗੱਲ ਠੀਕ ਹੈ ਤੁਹਾਡੀ, ਆ ਨਵਾਂ ਹੀ ਕੰਮ ਸ਼ੁਰੂ ਹੋ ਗਿਆ, ਫੋਟੋਆਂ ਕਰਾ ਲਓ ਜੀ, ਉਹ ਕਰਾ ਲਓ ਜੀ। ਉਹ ਚੱਲ ਕੋਈ ਨੀ, ਜਮਾਨੇ ਨਾਲ ਤੁਰਨਾ ਪੈਣਾ ਤਾਂ ਕੀ ਹੋ ਗਿਆ, ਖਚਾ ਲੈਣੇ ਚੱਲ, ਨਿਆਣੇ ਦੇ ਚਾਹ ਨੇ। ਅੱਠ ਚੋਂ ਕੱਢੇ ਛੇ ਤੇ ਬਾਕੀ ਰਹਿ ਗਏ ਦੋ ਨੀ ਬੱਲੀਏ, ਇੱਕ ਤੂੰ ਤੇ ਇੱਕ ਘੁੰਮਣ ਦੇ ਪੈਸੇ ਲੱਗਣਗੇ। ਉਹ ਦੇਖ ਹੱਦ ਹੋ ਗਈ ਯਾਰ। ਓਏ ਹੈਲੋ, ਇੱਧਰ ਗੱਲ ਸੁਣ ਜੀ, ਆ ਕੀ ਘੁੰਮਣ ਦੇ ਪੈਸੇ ਲੱਗਣਗੇ, ਮੈਂ ਕਿਉਂ ਪੈਸੇ ਦੇਵਾਂ ਵੀ ਦੱਸੋ? ਪੈਸੇ ਤਾਂ ਲੱਗਣਗੇ ਜੀ, ਆਏ ਕਿਵੇਂ, ਘੁੰਮਣ ਹੋਣਾ ਗੁਨਾਹ? ਇਹ ਤਾਂ ਮੈਨੂੰ ਪਤਾ ਨੀ ਜੀ, ਪਰ ਘੁੰਮਣ ਦੇ ਪੈਸੇ ਜ਼ਰੂਰ ਲੱਗਣ। ਹੱਦ ਹੋ ਗਈ ਯਾਰ, ਪਵਿੱਤਰ ਸਿੰਘ ਘੁੰਮਣ ਤਾਂ ਲਾ ਦਿੰਦਾ ਦੁਨੀਆ ਝੁੰਮਣ, ਤੇ ਤੂੰ ਮੈਥੋਂ ਹੀ ਪੈਸੇ ਲਏਗਾ? ਵਾਹ, ਕੀ ਗੱਲ ਹੋ ਗਈ ਘੁੰਮਣ ਸਾਹਿਬ? ਗੱਲ ਕੀ ਹੋਣੀ ਹੈ, ਘੁੰਮਣ ਦੇ ਪੈਸੇ ਲੱਗਣਗੇ, ਲੈ ਮੇਰੇ ਪੈਸੇ ਕਿਉਂ ਲੱਗਣਗੇ ਬਈ? ਘੁੰਮਣ ਦੇ ਪੈਸੇ, ਘੁੰਮਣ ਉਹ ਛੱਡ। ਓਹ ਘੁੰਮਣ ਸਾਹਿਬ, ਇਹ ਤੁਹਾਡੇ ਬਾਰੇ ਥੋੜੇ ਲਿਖਿਆ, ਇਹ ਤਾਂ ਉਹਨਾਂ ਲੋਕਾਂ ਵਾਸਤੇ ਲਿਖਿਆ ਜਿਨ੍ਹਾਂ ਨੇ ਘੁੰਮਣਾ ਫਿਰਨਾ, ਤੁਰ ਫਿਰ ਕੇ ਦੇਖਣਾ। ਹਾਂ ਇਹੀ ਤਾਂ ਮੈਂ ਸੋਚਦਾ ਸੀ, ਪਰ ਇਹਨਾਂ ਨੂੰ ਕਹੋ ਵੀ ਸਹੀ ਕਰਕੇ ਲਿਖੋ, ਨਾਲ ਇਹਦੇ ਫਿਰਨ ਪਾਓ ਬਈ, ਘੁੰਮਣ ਫਿਰਨ ਦੇ ਪੈਸੇ ਲੱਗਣਗੇ। ਤੁਸੀਂ ਵੀ ਨਾ ਹਰੇਕ ਥਾਂ ਤੇ ਜਾ ਕੇ ਆਪਦੀ ਕੁੰਡੀ ਪਾ ਲਿਆ ਕਰੋ, ਚਲੋ ਆ ਜਾਓ। ਗੱਲ ਸੁਣ, ਆਪਣੇ ਵੇਲੇ ਤਾਂ ਆ ਸੱਤ ਰੰਗ ਜੇ ਨਹੀਂ ਹੁੰਦੇ ਸੀ, ਆਪਾਂ ਵੀ ਧਰਮਿੰਦਰ ਹੇਮਾ ਅੱਜ ਬਣ ਜਾਈਏ ਇੱਥੇ। ਛੱਡੋ ਹੁਣ। ਓ ਡੈਡੀ, ਹੇਮਾ ਮਾਲਣੀ ਦਾ ਤਾਂ ਮੈਨੂੰ ਪਤਾ ਨਹੀਂ, ਮੰਮੀ ਚ ਫੇਰ ਗੱਬਰ ਸਿੰਘ ਆ ਜਾਣਾ, ਚੱਲ ਪੋ। ਇੱਕ ਤਾਂ ਆ ਨਹੀਂ ਪੱਟੀ ਭੱਜਣ ਦੇ ਤਾਂ ਮੇਰੀ, ਪਰ ਭਗਵਾਨ ਨੇ ਅੱਜ ਮੈਂ ਧਰਮਿੰਦਰ ਬਣਨਾ ਜ਼ਰੂਰ ਆ। ਆ ਵੇਖੀ ਜਾਈ ਤੂੰ। ਆ ਜਾਓ ਜੀ, ਨੈਕਸਟ ਸ਼ਾਟ ਰੈਡੀ ਹੈ, ਚਲੀਏ। ਬਹੁਤ ਸੋਹਣੇ ਲੱਗ ਰਹੇ ਹੋ। ਜਿਹੜਾ ਸਾਬ ਤੇ ਸਿਫਤ ਦੇ ਵਿਚਾਲੇ ਆਊ, ਉਹਦੇ ਨਾਲ ਤਾਂ ਫਿਰ ਆਈ ਹੋ। ਬਹੁਤ ਸੋਹਣੇ ਲੱਗ ਰਹੇ ਹੋ ਯੂ ਆਰ ਆਲਸੋ ਲੁਕਿੰਗ ਵੈਰੀ ਹੈਂਡਸਮ। ਵਾਹ ਓਏ ਚੱਟਾ, ਜਿਹੜੀ ਗੱਲ ਸੁਣਨ ਨੂੰ ਤਰਸਦਾ ਮਰ ਗਿਆ ਉਹ ਅੱਜ ਸੁਣਨ ਨੂੰ ਮਿਲੀ ਹੈ। ਜੇ ਆਹੀ ਗੱਲ ਇੱਕ ਵਾਰੀ ਫੇਰ ਕਹਿ ਦੋ ਨਾ, ਦਾਸ ਨੂੰ ਬਹੁਤ ਚੰਗਾ ਲੱਗੇਗਾ। ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ। ਬਸ ਤਸੱਲਾ ਹੋ ਗਿਆ, ਹੁਣ ਤਾਂ ਜੱਟਾ ਪ੍ਰੀ ਵੈਡਿੰਗ ਵੀ ਤੇਰੇ ਹਿਸਾਬ ਨਾਲ ਹੀ ਚੱਲੂ। ਤੇਰੇ ਨਾਲ ਹੀ ਪੜਾਉਣੇ ਆ ਮੈਂ ਨੰਦਨੀ, ਟੱਪ ਜਾਣੀ ਮੱਗ ਸੀ ਕੋ ਵਾਲੀ ਕੰਧਨੀ, ਤੇਰੇ ਨਾਲ ਹੀ ਪੜਾਉਣੇ ਆ ਮੈਂ ਨੰਦਨੀ, ਟੱਪ ਜਾਣੀ ਮੱਗ ਸੀ।
ਸਿੱਖੀ ਕੁਆਲੀ ਕੰਧਨੀ ਲੈ ਕੇ ਆਊ ਅਮਰੀਕਾ ਤੋਂ ਮੈਂ ਜਾਂਦਨੀ ਦੁਬਈ ਬਾਜੇ ਸੱਠ ਬੱਲੀਏ ਦੇਖੀ ਮੁੜ ਜਿੱਥਲੀ ਤੇ ਮੂਰੇ ਨੱਚਦੇ ਪਿੰਡਾਂ ਵਾਲੇ ਜੱਟ ਬੱਲੀ ਜਾਨੀ ਉੱਤੇ ਸੋਹਣੀਏ ਜਰੀਬਨੀ ਜਿੰਨਾ ਕਹੇਗੀ ਤੂੰ ਲਵਾਂਗੇ ਖਰੀਦਨੀ ਉਹ ਪਾ ਕੇ ਜਾਨੀ ਉੱਤੇ ਸੋਹਣੀਏ ਜਰੀਬਨੀ ਜਿੰਨਾ ਕਹੇਗੀ ਤੂੰ ਲਵਾਂਗੇ ਖਰੀਦਨੀ ਬਸ ਥੋੜੇ ਦਿਨ ਹੋ ਰਿਹਾ ਗਰੀਬਨੀ ਕੇ ਦੇਣਾ ਕੰਮ ਚੱਕ ਬੱਲੀਏ ਦੇਖੀ ਮੁੜ ਚਿੱਠਲੀ ਤੇ ਮੂਰੇ ਨੱਚਦੇ ਪਿੰਡਾਂ ਵਾਲੇ ਚੱਕ ਬੱਲੀ ਸੰਗਰੇੜੀ ਦੇ ਤਜਰਬੇ ਲਾਉਣੇ ਜੱਟ ਨੇ ਨੀ ਥੱਲੇ ਉੱਚੇ ਉੱਡਦੇ ਇਹ ਨੇ ਪ੍ਰੀਤ ਸੰਗਰੇੜੀ ਦੇ ਤਜਰਬੇ ਲਾਉਣੇ ਜੱਟ ਨੇ ਨੀ ਥੱਲੇ ਉੱਚੇ ਉੱਡਦੇ ਕਾਲੇ ਸੱਪ ਜੋ ਕੜਕਨਾਥ ਮੁਰਗੇ ਮੈਂ ਸਾਰੇ ਲੈਣੇ ਨੱਪ ਬੱਲੀਏ ਦੇਖੀ ਮੁੜ ਚਿੱਠਲੀ ਤੇ ਮੂਰੇ ਨੱਚਦੇ ਪਿੰਡਾਂ ਵਾਲੇ ਜੱਟ ਬੱਲੀ ਸਿਫਤ ਮੈਂ ਹਮੇਸ਼ਾ ਸੋਚਦਾ ਸੀ ਕਦੋਂ ਤੂੰ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰੇਂਗੀ ਮੈਨੂੰ ਆਪਣੀਆਂ ਫੀਲਿੰਗਾਂ ਦੱਸੇਂਗੀ ਮੈਨੂੰ ਮਹਿਸੂਸ ਕਰੇਂਗੀ ਅਤੇ ਅੱਜ ਮੈਨੂੰ ਮੇਰੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਚਾਹੇ ਜਸ ਦੇ ਜ਼ਰੀਏ ਹੀ ਸਹੀ ਪਰ ਤੂੰ ਮੇਰੀ ਹੋ ਕੇ ਰਹੇਂਗੀ ਕੀ ਹੋਇਆ ਕੀ ਹੋਇਆ ਪੁੱਤ ਕੁਛ ਨਹੀਂ ਬੇਬੇ ਫਿਰ ਘਬਰਾਈ ਕਿਉਂ ਐਵੇਂ ਲੱਗਿਆ ਜਿਵੇਂ ਕੋਈ ਕੋਲ ਹੁੰਦਾ ਮੈਂ ਹੈਗਾ ਨਾ ਸੌਂ ਜਾ ਮੈਂ ਹੈਗੀ ਹਾਂ ਕੋਲੇ ਤੇਰੇ ਸੌਂ ਜਾ ਕੀਰਤਨ ਸੁਣ ਕੇ ਨਾ ਜਣੀ ਮਨ ਨੂੰ ਕਿੰਨਾ ਸਕੂਨ ਮਿਲਿਆ ਹਾਂ ਇਹ ਤਾਂ ਹੈ ਪਰ ਭਾਈ ਨੇ ਅਰਦਾਸ ਕਿੰਨੀ ਲੇਟ ਸ਼ੁਰੂ ਕੀਤੀ ਅੱਜ ਨਹੀਂ ਉਸੇ ਵੇਲੇ ਕੀਤੀ ਹੈ ਟਾਈਮ ਦੇਖੋ 8 ਵਜ ਗਏ ਨੇ ਉਹ ਹਾਂ ਸੱਚ ਇਹ ਤਾਂ 8 ਵਜ ਗਏ ਹੋਰ ਜਸ ਲੇਟ ਹੋ ਗਿਆ ਹੁਣ ਤੁਸੀਂ ਉਹਨੂੰ ਉਠਾਓ ਮੈਂ ਜਦ ਤੱਕ ਨਾਸ਼ਤਾ ਤਿਆਰ ਕਰਦੀ ਹਾਂ ਹਾਂ ਠੀਕ ਹੈ ਉਹ ਜਸ ਪੁੱਤ ਉੱਠ ਜਾ ਪੁੱਤ ਤਿਆਰ ਹੋ ਜਾ ਉਹ 8 ਵਜ ਗਏ ਨੇ ਅਰੇ ਛਪਰਾ ਹਿਲੇ ਨਾ ਛਮਿਆ ਹਿਲੇ ਅਰੇ ਹੀਲੇ ਹਮਾਰਾ ਸਰ ਅਰੇ ਗੋਰੀਆ ਹੈ ਅਰੇ ਇਹ ਕਿਆ ਗਾਡੀ ਪੰਚਰ ਹੋ ਗਿਆ ਲਗਤਾ ਹੈ ਸਰਦਾਰ ਜੀ ਕੋ ਬਤਾਨਾ ਪੜੇਗਾ ਅਰੇ ਸਰਦਾਰ ਜੀ ਇਹ ਗਾਡੀ ਪੰਚਰ ਹੋ ਗਿਆ
अरे रामू, इस घर में कोई गड़बड़ है। रामू बचा ले अपनी जान। थैंक यू मम्मा, ये मेरी जैकेट भी फड़ा दियो। थैंक यू मम्मा। जस, ओ पुत्रा नूरानी नू नाल ही लै जी सुनियारे कोल, ते ओदी पसंद दे गहने दवा दी, पैसे दी ना परवाह करी। कोई ना बापू, ठीक है। पुत, गहने तू अपने मर्जी दे खरीद ली, एवें नी बुआ नू बड़ा सिर चढ़ाईदा हुंदा। ओए इनू ता देता मेरी गल कट्टण दी। तुसी चुप करो, खरीदा फरोख्त करना जनानियां दा काम हुंदा है। ਤੁਸੀਂ ਉਹਨਾਂ ਵਿੱਚ ਬੋਲੀ ਜਾਂਦੇ ਹੋ ਨਾ। ਤੂੰ ਮੈਨੂੰ ਐ ਦੱਸ, ਮੈਂ ਤੈਨੂੰ ਤੇਰੀ ਪਸੰਦ ਦੇ ਗਹਿਣੇ ਦਵਾਏ ਕਿ ਮੇਰੀ ਪਸੰਦ ਦੇ ਲਏ ਸੀ? ਚੰਗਾ ਚੁੱਪ ਕਰੋ। ਚੁੱਪ ਕਰੋ। ਉਹ ਠੀਕ ਹੈ ਬਾਪੂ ਜੀ, ਲੈ ਜੂੰਗਾ ਤੁਹਾਡੀ ਨੂੰਹ ਨੂੰ। ਠੀਕ ਹੈ ਮੰਮੀ, ਨਹੀਂ ਚੜਾਉਂਦਾ ਉਹਨੂੰ ਸਿਰੇ। ਹਾਂ, ਪਰ ਉਹਨਾਂ ਕ ਸਿਰੇ ਜ਼ਰੂਰ ਚੜਾਉਂਗਾ ਜਿੰਨਾ ਕ ਬਾਪੂ ਨੇ ਤੁਹਾਨੂੰ ਚੜਾ ਰੱਖਿਆ। ਠੀਕ ਹੈ, ਲੱਗੇ ਰਹੋ ਤੁਸੀਂ। ਤੂੰ ਪਰਵਾਹ ਨਾ ਕਰੀ ਪੈਸੇ ਦੀ। ਓਏ ਗਹਿਣੇ ਤੂੰ ਨਹੀਂ, ਮੈਂ ਪਸੰਦ ਕਰੂੰ ਆਪਦੀ ਸਿਫਤ ਵਾਸਤੇ। ਹੈਲੋ, ਸਤਿ ਸ਼੍ਰੀ ਅਕਾਲ ਤਾਇਆ ਜੀ। ਕੀ ਹੋਇਆ, ਤੁਸੀਂ ਇੰਨੇ ਘਬਰਾਏ ਹੋਏ ਕਿਉਂ ਬਾਪੂ? ਤੁਸੀਂ ਚਿੰਤਾ ਨਾ ਕਰੋ, ਅਸੀਂ ਹੁਣੇ ਆਉਂਦੇ ਹਾਂ। ਪਟਵਾਰੀ ਸਾਹਿਬ, ਤੁਸੀਂ ਜਾਣਦੇ ਹੋ ਆ ਸਾਹਿਬ ਨੇ ਲੋਨ ਲਿਆ ਸੀ ਬੈਂਕ ਤੋਂ ਆ ਮੱਛੀ ਫਾਰਮ ਬਣਾਉਣ ਲਈ, ਅਤੇ ਉਹਦੀਆਂ ਕਿਸ਼ਤਾਂ ਟੁੱਟ ਗਈਆਂ। ਆ ਵਿਆਜ ਵੁਜ ਪਾ ਕੇ ਤੇ ਗੱਲ ਕਿਤੇ ਦੀ ਕਿਤੇ ਪਹੁੰਚ ਗਈ। ਹੁਣ ਉਹਦੀ ਵਸੂਲੀ ਲਈ ਆਇਆ ਸੀ। ਆ ਮੁੜ ਕੇ ਜੇ ਕੋਰਟ ਕਚਹਿਰੀਆਂ ਦੇ ਖੱਜਲ ਖੁਆਰ ਹੁੰਦੇ ਫਿਰਨਗੇ, ਪੈਸੇ ਤਾਂ ਫਿਰ ਵੀ ਦੇਣੇ ਪੈਣੇ ਆ। ਘਰ ਕੀ ਕਰਨਗੇ? ਤੁਹਾਨੂੰ ਤਾਂ ਪਤਾ ਹੀ ਹੈ, ਇਸ ਘਰ ਚੋਂ ਕਮਾਉਣ ਵਾਲਾ ਚਲਾ ਗਿਆ, ਥੋੜਾ ਸਮਾਂ ਤੇ ਦਿਓ। ਆ ਮੁੰਡੇ ਦੀ ਮੌਤ ਕਰਕੇ ਹੀ ਤੁਹਾਨੂੰ ਇੰਨਾ ਸਮਾਂ ਮਿਲਿਆ ਜੀ, ਨਹੀਂ ਤਾਂ ਕੁਰਕੀ ਹੋ ਜਾਣੀ ਸੀ। ਅਸੀਂ ਤਾਂ ਮੁਲਾਜ਼ਮ ਹਾਂ, ਜਿਵੇਂ ਬੈਂਕ ਕਹੂ ਕਰਨਾ ਪੈਣਾ। ਕੁਰਕੀ ਤਾਂ ਮੈਂ ਕਰਾਉਣਾ ਤੁਹਾਡੀ, ਨਿਕਲ ਜਾਓ, ਚੰਗੇ ਰਹੋਗੇ। 3 ਦਿਨ ਆ ਜੀ ਤੁਹਾਡੇ ਕੋਲੇ, ਸੋਚ ਕੇ ਦੱਸ ਦਿਓ। ਚਲੋ ਠੀਕ ਹੈ, ਆ ਲਓ ਜੀ ਨੋਟਸ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੰਗਾ ਜੀ, ਉਹ ਰਿਸ਼ਤੇਦਾਰਾ ਕੋਈ ਟੈਨਸ਼ਨ ਨਾ ਲੈ ਯਾਰ, ਉਹ ਘੁੰਮਣ ਸਿਉਂ ਨੇ ਬਥੇਰੇ ਕੇਸ ਦੇਖੇ ਆ ਇਹੋ ਜਿਹੇ, ਕੁਛ ਨਹੀਂ ਨਿਬੜਦਾ ਇਹਦੇ ਚੋਂ। ਉਹ ਦੀਵਾਨੀ ਮਾਮਲੇ ਆ, 20-20 ਸਾਲ ਚੱਲਦੇ ਰਹਿੰਦੇ ਆ। ਭਲੇ ਫੁਫੜਾ, ਉਹ ਮੈਨੂੰ ਤਾਂ ਤੂੰ ਸਾਰੀ ਉਮਰ ਘੁੰਮਣ ਘੇਰੀਆਂ ਜੀ ਰੱਖਿਆ, ਪਰ ਅੱਜ ਤੂੰ ਗੱਲ ਕੰਮ ਦੀ ਕਰ ਰਿਹਾ। ਹੁਣ ਨਾਲੇ ਬਾਪੂ ਤੂੰ ਚਿੰਤਾ ਨਾ ਕਰ, ਮੈਂ ਹੈਗਾ, ਜੇ ਦੁਬਾਰੇ ਇੱਧਰ ਨੂੰ ਝਾਕ ਕੇ ਤੂੰ ਫੇਰ ਕਹੀਂ। ਭਾਈਆ, ਮੇਰੇ ਪੁੱਤ ਸਾਹਿਬ ਨੇ ਜਿਉਂਦੇ ਜੀ ਕਦੀ ਮੇਰਾ ਸਿਰ ਨੀਵਾਂ ਨਹੀਂ ਹੁਣ ਦਿੱਤਾ ਸੀ, ਨਾਲੇ ਉਹਦੇ ਜਾਣ ਤੋਂ ਬਾਅਦ ਹੁਣ ਮੈਂ ਘਰ ਦਾ ਕਰਨਾ ਕੀ? ਮੈਂ ਸਾਰਾ ਕਰਜ਼ਾ ਲਾਉਣ ਲਈ ਆਪਣੀ ਜ਼ਮੀਨ ਵੇਚ ਦੂੰਗਾ ਜੇ ਫਿਰ ਨਹੀਂ ਲੱਥਿਆ, ਆਪਣੇ ਆਪ ਨੂੰ ਵੇਚ ਦੂੰਗਾ। ਪਰ ਮੈਂ ਸਾਹਿਬ ਤੇ ਦਾਗ ਨਹੀਂ ਲੱਗਣ ਦੂੰਗਾ। ਨਾ ਤਾਇਆ, ਐਂ ਕਿਵੇਂ ਦਾਗ ਲੱਗ ਜੂ ਬਾਈ ਦੇ ਨਾਮ ਨੂੰ? ਮੈਂ ਹੈਗਾ ਨਾ
ਨਾ ਮੈਂ ਤੇਰਾ ਪੁੱਤ ਨਹੀਂ, ਮੇਰੇ ਹੁੰਦਿਆਂ ਤੁਹਾਨੂੰ ਕੋਈ ਬੋਝ ਲੈਣ ਦੀ ਲੋੜ ਨਹੀਂ, ਮੈਂ ਤਾਰੂ ਬਾਈ ਦੇ ਸਾਰੇ ਕਰ। ਸ਼ਾਬਾਸ਼ ਪੁੱਤਰਾ, ਮੈਨੂੰ ਮਾਣ ਹੈ ਤੇਰੇ ਤੇ, ਵਿਆਹ ਆਪਾਂ ਸਾਦਾ ਹੀ ਕਰ ਲਾਂਗੇ। ਆਹੋ ਜੀ, ਔਖੇ ਸੌਖੇ ਹੋ ਕੇ ਪਹਿਲਾਂ ਬੈਂਕ ਵਾਲਾ ਕੰਮ ਨਿਬੇੜੋ। ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਹਾਂ ਤਾਈ ਜੀ, ਬੇਬੇ, ਤਾਈ ਜੀ, ਮੰਮੀ ਪਾਣੀ ਲਿਆਓ। ਤਾਈ ਜੀ, ਪਾਣੀ ਪੀਓ, ਪਾਣੀ। ਹਾਲੋ ਹਾਲੋ ਭੈਣਾ। ਤਾਈ ਜੀ, ਤੁਹਾਨੂੰ ਕਿੰਨੀ ਵਾਰੀ ਕਿਹਾ, ਹੁਣ ਤੁਸੀਂ ਵੀ ਸਾਡੇ ਨਾਲ ਹੀ ਆ ਗਿਆ। ਇਸ ਘਰ ਚ ਮੇਰੇ ਸਾਹਿਬ ਦੀਆਂ ਯਾਦਾਂ ਜੁੜੀਆਂ ਨੇ। ਇੱਕ ਗੱਲ ਦੱਸ ਤਾਈ, ਨਾ ਮੈਂ ਤੇਰਾ ਸਾਹਿਬ ਪੁੱਤ ਨਹੀਂ, ਕੀ ਕਰ ਰਿਹਾ ਸਾਹਿਬ, ਜਿਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦਾ, ਇਹੀ ਤਾਂ ਤੇਰੇ ਪਰਿਵਾਰ ਦਾ ਸਹਾਰਾ ਨੇ। ਬਸ ਕਰ ਪੋ, ਥੱਕ ਜਾਏਗੀ। ਬਸ 10 ਵਾਰੀ ਹੋਰ ਪਾਪਾ, ਤੇਰੇ ਨਹੀਂ ਪੂਰੇ ਹੋਣਗੇ। ਆ ਸੁਣਦੇ ਹੋ, ਆ ਦੁੱਧ ਲੈ ਆਇਓ। ਆ ਗਿਆ ਜੀ। ਨਾਲੇ ਜਾਂਦੇ ਜਾਂਦੇ ਹਲਵਾਈ ਕੋਲੇ ਵੀ ਹੋਇਆ। ਹੋ ਜੂ ਹੋ ਜੂ, ਕੋਈ ਨਹੀਂ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਵੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਤੇਰੇ ਕੰਨ ਪੱਟਣ ਆਈ ਆ, ਤੂੰ ਵਿਆਹ ਕਰਾਉਣ ਲੱਗੀ ਆ ਤੇ ਮੈਨੂੰ ਦੱਸਿਆ ਵੀ ਨਹੀਂ। ਮੈਨੂੰ ਮੇਰੇ ਘਰਦਿਆਂ ਤੋਂ ਪਤਾ ਲੱਗਿਆ ਵੀ ਤੇਰਾ ਵਿਆਹ ਹੋ ਰਿਹਾ। ਕੀ ਦੱਸਾਂ ਯਾਰ, ਸਭ ਛੇਤੀ ਛੇਤੀ ਹੋ ਗਿਆ, ਹੁਣ ਕੀ ਫਾਇਦਾ ਫਿਰ। ਚੱਲ ਆ ਜਾ, ਤੂੰ ਬਹਿ ਤਾਂ ਜਾ। ਚੱਲ ਹੁਣ ਇਹ ਵੀ ਦੱਸ ਦੇ ਫਿਰ, ਵਿਆਹ ਕਰਵਾ ਕਿੱਥੇ ਰਹੀ ਆ? ਹਿੰਮਤਪੁਰੇ। ਮਤਲਬ ਸਾਡੀ ਲੱਕੀ ਕਬੂਤਰੀ ਉਸੇ ਛਤਰੀ ਤੇ ਜਾ ਕੇ ਬੈਠੀ। ਵੈਸੇ ਸਭ ਮੁੰਡਾ ਵੀ ਬਹੁਤ ਸਾਊ ਹੈ, ਬਹੁਤ ਨੇਕ ਹੈ, ਤੈਨੂੰ ਪਿਆਰ ਵੀ ਬਹੁਤ ਕਰਦਾ। ਤੈਨੂੰ ਪਤਾ ਜੇ ਤੂੰ ਉਹਨੂੰ ਨਾ ਮਿਲਦੀ ਨਾ, ਉਹਨੇ ਤਾਂ ਤੇਰੇ ਬਿਨਾਂ ਮਾਰੇ ਜਾਣਾ ਸੀ। ਪਰ ਮੇਰੀ ਗੱਲ ਤਾਂ ਸੁਣ। ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ। ਤੈਨੂੰ ਯਾਦ ਹੈ ਜਦੋਂ ਆਪਾਂ ਉਸ ਫੰਕਸ਼ਨ 'ਤੇ ਮਿਲੇ ਸੀ, ਮੈਂ ਉਹਨੂੰ ਤੇਰੇ ਵੱਲੋਂ ਹਾਂ ਕਰਿਆਈ ਸੀ ਕਿ ਤੂੰ ਉਹਨੂੰ ਪਿਆਰ ਕਰਦੀ ਹਾਂ, ਕਿਉਂਕਿ ਮੇਰਾ ਦਿਲ ਕਹਿੰਦਾ ਸੀ ਕਿ ਤੇਰੇ ਦਿਲ 'ਚ ਵੀ ਉਹਦੇ ਲਈ ਪਿਆਰ ਹੈਗਾ। ਮਤਲਬ ਸਿਫਤ ਨੇ ਕਦੇ ਮੇਰੇ ਪਿਆਰ ਲਈ ਹਾਂ ਕੀਤੀ ਹੋਈ? ਦੇਖ ਹੁਣ ਤਾਂ ਵਿਚਾਰੇ ਦੇ ਬਥੇਰੇ ਗੇੜੇ ਕਢਵਾ ਲਏ, ਚੁੱਪ ਕਰਕੇ ਹਾਂ ਕਰ ਦੇ। ਐਵੇਂ ਕਿਵੇਂ ਹਾਂ ਕਰਦਾ? ਵੈਸੇ ਇਹ ਤਾਂ ਠੀਕ ਹੈ ਕਿ ਉਹ ਮੈਨੂੰ ਪਿਆਰ ਕਰਦਾ, ਪਰ ਮੈਨੂੰ ਕਿਵੇਂ ਪਤਾ ਲੱਗੂ ਕਿ ਮੈਂ ਵੀ ਉਹਨੂੰ ਪਿਆਰ ਕਰਦੀ ਹਾਂ? ਲੈ ਇਹ ਤੈਨੂੰ ਮੈਂ ਦੱਸ ਦਿੰਦੀ ਹਾਂ, ਜੇ ਇਹ ਮੁੰਡਾ ਮੇਰੇ ਵਿਆਹ ਤੱਕ ਤੇਰੇ ਮਗਰ ਨਾ ਆਇਆ ਅਤੇ ਤੂੰ ਉਹਨੂੰ ਮਿਸ ਕੀਤਾ, ਤਾਂ ਤੂੰ ਸਮਝ ਲਈ ਕਿ ਤੂੰ ਉਹਨੂੰ ਪਿਆਰ ਕਰਦੀ ਹਾਂ। ਹਾਂ ਹੋਵੇ ਜਾਂ ਨਾ ਹੋਵੇ, ਅਗਲੇ ਹਫ਼ਤੇ ਮੇਰਾ ਵਿਆਹ ਹੈ, ਤੂੰ ਉਸ ਦਿਨ ਤੱਕ ਸਾਡੇ ਮਗਰ ਨਹੀਂ ਆਉਣਾ। ਨਹੀਂ ਸੁਮਨ, ਮੇਰਾ ਵਿਆਹ ਸਾਹਿਬ ਨਾਲ ਨਹੀਂ ਹੋ ਰਿਹਾ। ਹੈ? ਸਾਹਿਬ ਨਾਲ ਨਹੀਂ ਹੋ ਰਿਹਾ, ਕਿਉਂ? ਸਾਹਿਬ ਇਸ ਦੁਨੀਆਂ 'ਚ ਨਹੀਂ ਰਿਹਾ।
ਤੇਰੇ ਵਿਆਹ ਤੋਂ ਅਗਲੇ ਦਿਨ ਹੀ ਜਦੋਂ ਮੈਂ ਗੁੱਡੀ ਨੂੰ ਸਕੂਲ ਛੱਡਣ ਗਈ ਤਾਂ ਮਾਂ ਸਦਕੇ ਅੱਜ ਤਾਂ ਮੇਰਾ ਪੁੱਤ ਐ ਤਿਆਰ ਹੋਇਆ ਹੋਇਆ ਜਿਵੇਂ ਮੇਰੇ ਵਾਸਤੇ ਬਹੂ ਲੈਣ ਚੱਲਿਆ ਹੋਵੇ। ਬੇਬੇ, ਤੈਨੂੰ ਹਮੇਸ਼ਾ ਆਪਦੀ ਨੂੰਹ ਦੇ ਹੀ ਸੁਪਨੇ ਆਉਂਦੇ ਰਹਿੰਦੇ ਆ। ਉਹ ਬੰਦਾ ਵੈਸੇ ਵੀ ਤਿਆਰ ਸ਼ਿਆਰ ਹੋ ਸਕਦਾ ਹੈ। ਵੇ ਤੂੰ ਬਹੂ ਤਾਂ ਲਿਆ, ਮੈਂ ਤਾਂ ਨੱਚ ਨੱਚ ਵਿਹੜਾ ਪੱਟ ਦੂ। ਚਲੋ ਠੀਕ ਹੈ, ਮਿਲਦਾ ਮੈਂ। ਪਰ ਤੀਰ ਤੂੰ ਟਿਕਾਣੇ 'ਤੇ ਹੀ ਮਾਰਿਆ, ਚੱਲਿਆ ਤਾਂ ਤੇਰੀ ਨੂੰਹ ਨੂੰ ਮਿਲਣੀ ਆ। ਵਾਹ ਵੇ ਮੇਰਿਆ ਮਿੱਠਿਆ, ਮੈਂ ਸਦਕੇ ਜਾਵਾਂ ਤੇਰੇ। ਚੌਕਲੇਟ ਹੀਰੋ, ਆ ਸਭ ਕੁਛ ਮੇਰੇ ਕਰਕੇ ਹੋਇਆ ਨਾ? ਨਹੀਂ ਪੁੱਤ, ਤੇਰਾ ਕੋਈ ਕਸੂਰ ਨਹੀਂ। ਇਹ ਸਭ ਤਾਂ ਮੇਰੀ ਕਿਸਮਤ 'ਚ ਲਿਖਿਆ ਸੀ। ਮਜ਼ਾਕ ਮੇਰੇ ਨਾਲ, ਸਭ ਗਲਤੀ ਸੀ ਮੇਰੀ, ਕੀ ਸ਼ਿਕਵਾ ਤੇਰੇ ਨਾਲ। ਲੱਗਦਾ ਸੀ ਪਿਆਰ ਵਟੇ ਪਿਆਰ ਕਰੋਂਗੇ, ਪੈਣਾ ਮੇਰੀਆਂ ਦੇ ਵਿੱਚ ਪੈਣ ਤਰੋਂਗੇ। ਵਹਿਮ ਟੁੱਟ ਗਿਆ ਮੇਰਾ, ਸਾਥ ਛੁੱਟ ਗਿਆ ਤੇਰਾ, ਪਰ ਜਾ ਕੇ ਵੀ ਨਾ ਰੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ, ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ।
ਲੁੱਟ ਮੈਂ ਗਿਆ ਕਰ ਵੱਖ ਵੀ ਨਹੀਂ ਸਕਦੇ ਨੜ ਰੱਖ ਵੀ ਨਹੀਂ ਸਕਦੇ ਕਿਸ ਮੋੜ ਤੇ ਆ ਕੇ ਰੁਕ ਮੈਂ ਗਿਆ ਨਾ ਬੋਲੀ ਤੇਰਾ ਚੋਕਲੇਟ ਹੀਰੋ ਕਿੱਥੇ ਆ ਤੈਨੂੰ ਮੇਰੀ ਸੌਂ ਦੱਸ ਦੇ ਗੁੱਡੀ ਤੂੰ ਮੈਨੂੰ ਉਹਦੇ ਕੋਲ ਲੈ ਜਾ ਮੈਂ ਸੁਣਿਆ ਸੀ ਕਿ ਪਿਆਰ ਇੱਕ ਅਹਿਸਾਸ ਹੈ ਅਤੇ ਪਹਿਲੀ ਵਾਰੀ ਉਦੋਂ ਮਹਿਸੂਸ ਕੀਤਾ ਜਦੋਂ ਤੂੰ ਸੁਮਨ ਦੇ ਕਹੇ 'ਤੇ ਕੁਛ ਦਿਨ ਮੇਰੇ ਪਿੱਛੇ ਨਹੀਂ ਆਇਆ ਅਤੇ ਮੇਰੀਆਂ ਨਜ਼ਰਾਂ ਤੈਨੂੰ ਲੱਭਦੀਆਂ ਰਹੀਆਂ ਅਤੇ ਤੇਰੀ ਘਾਟ ਮਹਿਸੂਸ ਹੁੰਦੀ ਰਹੀ ਅਤੇ ਦਿਲ ਨੇ ਸੋਚ ਹੀ ਲਿਆ ਸੀ ਕਿ ਸਿਫਤ ਸਿਰਫ ਸਾਬ ਦੀ ਹੈ ਪਰ ਸਾਡੇ ਲੇਖਾ 'ਚ ਤਾਂ ਕੁਛ ਹੋਰ ਹੀ ਲਿਖਿਆ ਸੀ ਫਿਰ ਤੇਰੇ ਜਾਣ ਤੋਂ ਬਾਅਦ ਦਿਲ ਨੇ ਪਿਆਰ ਅਤੇ ਸਭ ਅਰਮਾਨਾਂ ਨੂੰ ਦੱਬ ਲਿਆ ਅਤੇ ਕਰਦਿਆਂ ਦੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਕਰ ਲਿਆ ਪਰ ਹੁਣ ਮੈਨੂੰ ਫੇਰ ਤੇਰੇ ਪਿਆਰ ਦਾ ਅਹਿਸਾਸ ਹੋ ਰਿਹਾ ਸਾਹਿਬ
ਚੱਲਿਆ। ਕੋਈ ਇੰਨਾ ਪਿਆਰ ਵੀ ਕਰਦੇ ਕਿਸੇ ਨੂੰ, ਮਰ ਕੇ ਵੀ ਹਰ ਪਲ ਨਾਲ ਨਾਲ ਹੈ। ਬਸ ਹੁਣ ਮੇਰਾ ਦਿਲ ਕਰਦਾ ਕਿ ਸਭ ਕੁਛ ਛੱਡ ਕੇ ਤੇਰੇ ਕੋਲ ਆ ਜਾਵਾਂ ਸਾਹਿਬ, ਤੇਰੇ ਕੋਲ। ਪਰ ਉਹਦੇ ਲਈ ਤਾਂ ਮਰਨਾ ਹੀ ਪਊਗਾ ਨਾ। ਪਰ ਜਦੋਂ ਜਸ ਦੇ ਪਿਆਰ ਤੇ ਤੇਰੇ ਪਰਿਵਾਰ ਬਾਰੇ ਸੋਚਦੀ ਆ ਤਾਂ ਹੁਣ ਫੈਸਲਾ ਤੇਰੇ ਹੱਥ ਹੈ। ਜਾਂ ਤਾਂ ਮੈਨੂੰ ਮੇਰੇ ਹਾਲਾਤਾਂ ਤੇ ਛੱਡ ਦੇ, ਜਾਂ ਮੈਨੂੰ ਆਪਣੇ ਨਾਲ ਲੈ ਜਾ। ਤੇਰੇ ਕੋਲੋਂ ਲੱਗ ਰਿਹਾ ਡਰ, ਤੈਨੂੰ ਪਾਉਣ ਦੀ ਉਮੀਦ ਵਾਲਾ ਟੁੱਟ ਗਿਆ ਸਬਰ। ਹੁਣ ਖੁਸ਼ ਰਹਿ ਤੂੰ ਯਾਰਾ, ਨਾ ਮਿਲਾਂਗੇ ਦੁਬਾਰਾ, ਤੈਨੂੰ ਜਾਂਦੀ ਵਾਰੀ ਵੀ ਨਾ ਛੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾ ਮਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾ ਮਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ। ਕੀ ਹੋਇਆ ਚੋਕਲੇਟ ਹੀਰੋ, ਰੋ ਕਿਉਂ ਰਹੇ ਹੋ? ਗੁੱਡੀ, ਮੈਂ ਜਾ ਰਿਹਾ ਪੁੱਤ। ਐਦਾਂ ਕਿੱਦਾਂ ਚਲਾ ਜਾਏਗਾ? ਮਾਨੂੰ ਬਿੱਲੀ ਬਿਨਾਂ ਤੇ ਮੇਰਾ ਜੀ ਹੀ ਨਹੀਂ ਲੱਗਣਾ। ਪਰ ਹੁਣ ਇੱਥੇ ਰੁਕਣ ਦੀ ਮੇਰੀ ਕੋਈ ਵਜ੍ਹਾ ਨਹੀਂ ਰਹੀ। ਗੁੱਡੀ, ਕਹਿ ਦੇ ਆਪਣੀ ਭੂਆ ਨੂੰ, ਜਾ ਜਿਉਂ ਲੈ ਆਪਣੀ ਜ਼ਿੰਦਗੀ। ਮੈਂ ਆਇਆ ਕਰੂੰਗਾ ਨਾ ਤੈਨੂੰ ਮਿਲਣ, ਤੇਰੇ ਸੁਪਨੇ 'ਚ। ਪਜਾਮਾ ਆਪਦੀ ਦਾ
ਓਏ ਨੋਨੀ, ਆ ਜੱਸੇ ਦੇ ਘਰ ਵਾਲੀ ਆਪਾਂ ਨੂੰ ਮਿਲ ਜੇ ਨਾ, ਆ ਸਵਾਦ ਹੀ ਆ ਜੇ। ਮੈਂ ਵੀ ਕੱਲੀ ਕੱਲੀ ਤੇ ਤੂੰ ਵੀ ਕੱਲਾ ਕੱਲਾ, ਉਧਰੋਂ ਦਾ ਵੇਲਾ ਹੋ ਗਿਆ ਮਿੱਠਿਆ, ਹੁਣ ਜੇ ਤੂੰ ਕਹੇ ਆਪਾਂ ਦੋਵੇਂ ਵਟਾਈਏ ਮੁੰਦੀਆਂ ਛੱਲੇ। ਸ਼ੀਲਾ, ਜੱਟ ਚਾਹੇ ਮਾਰੀ ਗਿਆ ਪਰ ਅੜੀ ਤਾਂ ਜੱਟਾਂ ਵਾਲੀ ਹੋਈ ਆ। ਪਿਆਰ ਤਾਂ ਇੱਕੋ ਵਾਰੀ ਕੀਤਾ ਸੀ ਜੱਟ ਨੇ। ਇਹਦਾ ਮਤਲਬ ਹੁਣ ਮੈਂ ਨਾ ਹੀ ਸਮਝਾ? ਕੋਈ ਸ਼ੱਕ? ਮੇਰਾ ਡਾਇਲੌਗ ਮੇਰੇ ਤੀ। ਜੱਟ ਆਈ ਕਰਦੇ ਹੁੰਦੇ ਆ। ਸ਼ੀਲਾ, ਕੀਪ ਡਿਸਟੈਂਸ। ਤੇਰੇ ਨਾਲ ਹੀ ਪੜਾਉਣੇ ਆ ਮੈਂ ਨੰਦਨੀ, ਟੱਪ ਜਾਣੀ ਮੱਕਸੀਕੋ ਵਾਲੀ ਕੰਧਨੀ। ਤੇਰੇ ਨਾਲ ਹੀ ਪੜਾਉਣੇ ਆ ਮੈਂ ਨੰਦਨੀ, ਟੱਪ ਜਾਣੀ ਮੱਕਸੀਕੋ ਵਾਲੀ ਕੰਧਨੀ। ਲੈ ਕੇ ਆਊ ਅਮਰੀਕਾ ਤੋਂ ਮੈਂ ਜਾਂਦਨੀ, ਦੁਬਈ ਬਾਜੇ ਸੱਠ ਬੱਲੀਏ। ਦੇਖੀ ਮੁੜ ਜਿੱਥਲੀ ਤੇ ਮੂਰੇ ਨੱਚਦੇ ਪਿੰਡਾਂ ਵਾਲੇ ਜੱਟ ਬੱਲੀਏ। ਦੇਖੀ ਮੁੜ ਜਿੱਥਲੀ ਤੇ ਮੂਰੇ ਨੱਚਦੇ ਨੀ ਪਿੰਡਾਂ ਵਾਲੇ ਜੱਟ ਬੱਲੀਏ। ਜਾਨੀ ਉੱਤੇ ਸੋਹਣੀਏ ਜਰੀਬਨੀ।